ਲਓ ਜੀ, ਟਾਈਮ ਹੋ ਗਿਆ 2:47 ਅਤੇ ਹੁਣ ਤੋਂ 1 ਘੰਟਾ ਬਾਅਦ ਬਹੁਤ ਹੀ ਜ਼ਰੂਰੀ ਕੰਮ ਜਾਣਾ ਆ ਅਤੇ ਮੈਂ ਬਣਾ ਰਿਹਾ ਹਾਂ ਸੈਂਡਵਿਚ, ਕਿਉਂਕਿ ਨਾਲ ਬੱਚੇ ਨੇ ਜਾਣਾ, ਬੱਚੇ ਦਾ ਢਿੱਡ ਭਰ ਕੇ ਲਿਜਾਣਾ ਆ ਅਤੇ ਬੱਚਾ ਤੁਹਾਨੂੰ ਦਿਖਾ ਦਿੰਦੇ ਹਾਂ, ਬੱਚਾ ਆਲੂ ਕੁਦਰ ਰਿਹਾ ਆ ਅਤੇ ਬਾਕੀ ਗੱਲਾਂ ਬਾਤਾਂ ਅਸੀਂ ਬਾਅਦ 'ਚੋਂ ਬਾਹਰ ਜਾ ਕੇ ਕਰਦੇ ਹਾਂ, ਪਹਿਲਾਂ ਸੈਂਡਵਿਚ ਖਾ ਲਈਏ। ਦੇਖੋ ਕਾਲੀਆਂ ਨੇ ਮਾਰ ਲਿਆ ਜੀ, ਦੇਖ ਲਓ ਟਾਈਮ ਹੀ ਹੈ ਨੀ ਗਾ, ਚਾਹ ਵੀ ਗੱਡੀ 'ਚ ਬੈਠ ਕੇ ਪੀ ਰਹੀ ਆ। ਬਟ ਇੱਕ ਚੱਕਰ ਆ ਕਿ ਪਿਛਲੀ ਵਾਰੀ ਜਿੱਦਾਂ ਕਿ ਮੈਂ ਲੇਟ ਹੋ ਗਿਆ ਸੀਗਾ, ਤੁਸੀਂ ਪਹਿਲਾਂ ਮੇਰੀ ਗਰਮੀ ਦੇਖੋ, ਤੁਹਾਨੂੰ ਲੱਭਣੀ ਨਹੀਂ ਵੈਸੇ। ਪਿਛਲੀ ਵਾਰੀ ਜਿੱਦਾਂ ਕਿ ਮੈਂ ਲੇਟ ਹੋ ਗਿਆ ਸੀ, ਇਸ ਵਾਰੀ ਲੇਟ ਨਹੀਂ ਹੁੰਦਾ, ਹੋਣ ਦਿੱਤਾ ਜਾਊਗਾ। ਟਾਈਮ ਆ ਗਿਆ, ਕਿੱਥੇ ਜਾਣਾ ਵਾ? ਬਾਬਾ ਸੁਖ ਰੱਖੇ, ਪੇਪਰ ਦੇਣ ਚੱਲੇ ਹਾਂ, ਪਾਸ ਹੋ ਕੇ ਬਣਾਂਗੇ। ਉਦਣ 13 'ਤੇ ਸੀਗਾ ਅਤੇ ਅੱਜ ਹੈਗਾ ਜੀ। ਵਾਹਿਗੁਰੂ ਜੀ, ਆਹ ਕੀ ਕੀਤਾ? ਸੀਟ ਕਿੱਥੇ ਭਾਅ ਜੀ? ਬੰਦ ਕੀਤੀ ਪਚਾਈ ਆ। ਵਨ ਇੱਥੇ ਆ, ਲੈ 347 ਦੇ ਨਵ ਦਾ ਪੇਪਰ ਆ ਅਤੇ ਚਲੋ ਆਪਾਂ ਥੋੜ੍ਹਾ ਜਿਹਾ ਜਾ ਕੇ ਫਿਰ ਰੁੱਖ ਟੁੱਕ ਲੱਗਣੇ ਆ, ਮੈਡਮ ਦੇ ਹਿਸਾਬ ਨਾਲ ਲੈਣੀ ਆ ਆਪਾਂ ਬੱਚੀ। ਬਾਕੀ ਸਤਿ ਸ਼੍ਰੀ ਅਕਾਲ ਪੰਜਾਬੀਓ, ਸਵਾਗਤ ਹੈ ਤੁਹਾਡਾ ਇਸ ਨਵੀਂ ਵੀਡੀਓ ਦੇ ਵਿੱਚ, ਜੋ ਕਿ ਬਹੁਤ ਇਨਫੋਰਮੇਟਿਵ ਹੋਣ ਜਾ ਰਹੀ ਆ। ਕਿਸੇ ਪਾਸੋਂ ਵੀ ਨਹੀਂ, ਜਿਹਦੇ ਵਿੱਚ ਕੀ ਦੱਸੂਗਾ ਪਾਸ ਕਿੱਦਾਂ ਹੋਈਦਾ, ਸੀਰੀਅਸ ਇਹ ਦੱਸਾਂਗੇ, ਕਿਉਂਕਿ ਇੱਕ ਵਾਰੀ ਮੈਂ ਫੇਲ ਹੋ ਚੁੱਕਿਆ ਹਾਂ, ਵੇਖਦਾ ਐਤਕੀ ਉਹ ਗਲਤੀਆਂ ਨਹੀਂ ਕਰਾਂਗਾ ਤਾਂ ਕੀ ਬਣਦਾ। ਅਤੇ ਬਾਕੀ ਆਲਵੇਸ ਵੇਅਰ ਯੂਅਰ ਸੀਟ ਬੈਲਟਸ ਐਂਡ ਲੈਟਸ ਗੋ। ਡਰਦੇ ਮਾਰੇ ਹੋਈ ਜਾਣਾ ਸਾਰਾ ਕੁਛ। ਚਲੋ ਜੀ, ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪੰਜਾਬੀ ਹੋ, ਪੰਜਾਬ ਪੰਜਾਬੀ ਦੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਟੈਂਪਰੇਚਰ ਹੈਗਾ ਬਾਹਰ -1, ਬਾਈ 0 ਇੱਧਰ, ਇੱਧਰ -1। ਓਹ ਤੁਸੀਂ ਝੂਠ ਮਾਰਿਆ ਭਾਅ ਜੀ, ਉੱਥੇ ਵੀ 0 ਹੀ ਆ, ਸੱਚੀ 0 ਹੀ ਆ। ਚਲੋ 0-1 ਸੇਮ ਹੀ ਹੁੰਦਾ, ਸਾਡਾ ਫਰਕ ਤਾਂ ਕਦੇ ਮਾੜਾ ਜਿਹਾ ਪਿਆ, ਇੱਕ ਡਿਗਰੀ ਦਾ ਤਾਂ ਫਰਕ ਪਿਆ, ਉਹੀ ਤਾਂ ਗੱਲ ਹੈ, ਕਿਹੜਾ ਕੋਈ ਜ਼ਿਆਦਾ ਪਾਇਆ ਸੀ। ਅਤੇ ਦੂਜਾ ਕੀ ਕਹਿਣਾ ਸੀ ਮੈਂ, ਹਾਂ ਪਹਿਲਾਂ -1 ਸੀਗਾ ਅਤੇ ਹੁਣ 0 ਆ, ਅਤੇ ਪਰ ਚੱਕਰ ਆ ਕਿ ਉਹ ਤਾਂ ਗਰਮੀ ਦੇਖੋ ਕਿੱਦਾਂ, ਗਰਮੀ ਮੈਨੂੰ ਗਰਮੀਆਂ ਆ ਰਹੀਆਂ ਅਤੇ ਉੱਧਰ ਮੁੰਡੇ ਨੂੰ ਪਸੀਨੇ ਆ ਰਹੇ ਆ, ਦੂਜੇ ਸੱਚ ਤਰੇੜੀਆਂ ਆ ਰਹੀਆਂ ਆ, ਉਲਟ ਸਿੱਧ ਕੰਮ ਹੋਇਆ ਪਿਆ ਆ। ਅਤੇ ਮੇਰਾ ਕੀ ਆ, ਆਪਾਂ ਤਾਂ ਭਰਾ ਚੰਗੀ ਮੱਤ ਦੇਈ ਦੀ ਆ, ਸੇਧ ਦੇਈ ਦੀ ਸਦਾ, ਤੁਸੀਂ ਬਹੁਤ ਤੇ ਪਿਆਰ ਕਰਦੇ ਆ ਬਾਬਾ ਜੀ, ਤੁਹਾਨੂੰ ਸਾਰਿਆਂ ਨੂੰ ਰੱਖਣ ਚੜ੍ਹਦੀ ਕਲਾ 'ਚ। ਮੁੰਡੇ ਦਾ ਪੇਪਰ ਆ ਅੱਜ, ਪੇਪਰ ਦਵਾਉਣ ਚੱਲਿਆ ਆ, ਅਤੇ ਇਹ ਵੀੜਾ ਵੀ ਮੈਂ ਆਪਣੇ ਮੋਢਿਆਂ 'ਤੇ ਚੱਕਿਆ ਹੋਇਆ ਆ। ਪਿਛਲੀ ਵਾਰੀ ਬਹੁਤ ਕੁਝ ਸੁਣਨ ਨੂੰ ਮਿਲਿਆ, ਕਹਿੰਦੇ ਜੂੜਾ ਕਰਨ ਤੋਂ ਪਹਿਲਾਂ ਇਹਨੇ ਗੱਡੀ ਚਲਾਉਣੀ ਸਿੱਖੀ ਸੀ, ਪਰ ਇਸ ਵਾਰੀ ਫਿਰ ਮੈਂ ਸੋਚਿਆ ਇਹਨੂੰ ਮੈਂ ਕਲਾਸਾਂ ਦਿੱਤੀਆਂ ਕਲਾਸਿਸ। ਹੁਣ ਅੱਧੇ ਬੰਦੇ ਉੱਦਣ ਦੇ ਇਹ ਸੋਚਣ ਡੇ ਵੀ ਗੱਡੀ ਇਹ ਚਲਾਈ ਫਿਰਨ ਡੇ ਜਿੱਦਣ ਦਾ ਆਇਆ ਹੋਇਆ, ਅਤੇ ਲਾਇਸੈਂਸ ਕਿਹੜਾ, ਥੋੜ੍ਹਾ ਲਾਇਸੈਂਸ ਵੀ ਚਾਹੀਦਾ ਹੁੰਦਾ, ਉਹ ID ਚਾਹੀਦੀ ਹੈ, ਇੱਥੇ ID ਕਰਕੇ ਲਾਇਸੈਂਸ ਚਾਹੀਦਾ ਸੀਗਾ, ਇਸ ਕਰਕੇ ਲਾਇਸੈਂਸ ਬਣਾਉਣ ਡੇ ਆ। ਹੋਰ ਕੋਈ ਖਾਸ ਰੀਜ਼ਨਸ ਤਾਂ ਨਹੀਂ ਗੇ, ਬਾਕੀ ਜਿਹੜੇ ਟਾਈਮ ਦਾ ਇਹਨੂੰ ਹੁਣ ਟਾਈਮ ਲੈ ਤਾ, ਉਸ ਟਾਈਮ ਸਕੂਲ ਬੱਸਾਂ ਨੂੰ ਉੱਥੇ ਆਉਣੀਆਂ ਆ, ਛੁੱਟੀ ਹੋਣੀ ਸਕੂਲਾਂ 'ਚ, ਤਾਂ ਗਲਤੀਆਂ ਤਾਂ ਇੰਨੀਆਂ ਕੁ ਬੰਦੇ ਕੋਲ ਹੋ ਹੀ ਜਾਂਦੀਆਂ ਸਕੂਲ ਬੱਸ ਦੇ ਬੰਦਾ ਮੂਹਰੇ ਜਾ ਕੇ। ਚਲੋ ਬਾਕੀ ਦੇਖਦੇ ਹਾਂ ਕੀ ਬਣਦਾ, ਅੱਗੇ ਜਾ ਕੇ ਗੱਲਬਾਤ ਕਰਕੇ ਤੁਹਾਨੂੰ ਸੁਣਾਉਣਾ, ਚਾਹ ਮਾੜੀ ਜਿਹੀ ਮੁਕਾ। ਅਤੇ ਨਾ ਉਹਨੂੰ ਮੈਂ ਪੁੱਛਿਆ ਵੀ ਕੀ ਹਾਲ ਚਾਲ ਹੈ, ਤੂੰ ਕੋਈ ਗੱਲਬਾਤ ਕਰਨੀ ਚਾਹੂੰਗਾ, ਅਤੇ ਇਹ ਕਹਿੰਦਾ ਵੀ ਮੈਂ ਨਹੀਂ, ਉਹ ਮੂਹਰੇ ਦੇਖਣਾ, ਮੂਹਰੇ ਦੇਖੀ ਹੋਇਆ ਮਾਮੇ ਨੇ ਲਾਈਟਾਂ ਲਾਤੀਆਂ ਤੇਰੇ ਵਰਗੇ ਕਿਸੇ ਹੁਸ਼ਿਆਰੀ ਨੂੰ, ਅਗਲਾ ਟੈਸਟ ਦੇਣ ਡਿਆ ਹੋਵੇ ਭਾਵੇਂ, ਚਲੋ ਰਾਤੀਆਂ ਲਾਈਟਾਂ ਇੰਨਾ ਕਦੇ ਬਣਦਾ ਚੱਲ। ਅਤੇ ਲੱਗਣ ਆਪਣੇ ਵੀ ਲੱਗੀਆਂ ਸੀ, ਮੈਂ ਵੀ ਬਹੁਤ ਤੇਜ਼ ਜਾ ਰਿਹਾ ਸੀਗਾ, ਚੱਲ ਕੋਈ ਨਾ। ਹੋਰ ਮਾਮਾ ਠੀਕ ਹੈ? ਅਤੇ ਮੈਂ ਕੀ ਕਹਿਣਾ ਸੀ, ਹਾਂਜੀ ਜਿੱਦਾਂ ਇੱਕ ਹੱਥ ਨਾਲ ਮੈਂ ਗੱਡੀ ਚਲਾਉਣ ਡਿਆ ਹੈ ਨਾ, ਜਦੋਂ ਤੁਹਾਨੂੰ ਵੀ ਪਤਾ ਆਪਾਂ ਨੂੰ ਆਦਤ ਤਾਂ ਪਈ ਹੁੰਦੀ ਹੈ ਇੱਕ ਹੱਥ ਨਾਲ ਗੱਡੀ ਚਲਾਉਣ ਦੀ, ਮਾਮਾ ਨਹੀਂ ਸੋਰੀ ਮਾਮੀ ਸੀ,
ਇੱਕ ਹੱਥ ਨਾਲ ਗੱਡੀ ਚਲਾਉਣ ਦੀ ਆਦਤ ਪਈ ਹੁੰਦੀ, ਪਿਛਲੀ ਵਾਰੀ ਉਹਨੇ ਇੱਕ ਹੱਥ ਨਾਲ ਚਲਾ ਚਲਾ ਕੇ ਉੱਥੇ ਸਟੈਲ ਮਾਰੇ ਤਾਂ ਕਰਕੇ ਸਾਰਾ ਚੱਕਰ ਪਿਆ। ਅਸੀਂ ਪਹੁੰਚ ਗਏ ਡਰਾਈਵ ਟੈਸਟ ਦੇਖੋ ਅਤੇ ਬਸ ਕਿਹੜੀ ਕੜੀ ਕਹਿੰਦੇ ਹੁੰਦੇ ਆ ਭਾਈ ਭਾਜੀ ਵਾਲਾ, ਇਮਤਿਹਾਨ ਦੀ ਕੜੀ ਆ ਚੁੱਕੀ ਆ, ਇਮਤਿਹਾਨ ਦੀ ਕੜੀ ਆ ਗਈ ਆ ਜੋ ਵੀ ਆ। ਆਹੋ ਤੇ ਅੱਜ ਨਾ ਸ਼ਮੈਕਸ ਆਈ ਬੋਦੇ ਵਾਲੀ ਇਹਨੇ ਕੀਤਾ ਹੀ ਫੇਲ ਵੜ ਗਈ ਕੇ ਗੱਡੀ ਚ, ਭਾਵੇਂ ਮੇਰੇ ਟਾਈਮ ਤੇ ਫੇਰ ਆ ਜਾਏ ਵਾਪਸ ਯਾਰ, ਇਹ ਉਤੋਂ ਬਹੁਤ ਡਰਦਾ ਆ। ਓਏ ਉਹ ਤੋਂ ਬਾਅਦ ਮੈਨੂੰ ਜਿੰਨੇ ਮੁੰਡੇ ਮਿਲੇ ਸਾਰਿਆਂ ਨੇ ਕਿਹਾ ਭਾਜੀ ਉਹਨੇ ਫੇਲ ਕੀਤਾ ਸੀ ਮੈਨੂੰ ਵੀ। ਹਰੇਕ ਨੂੰ ਫੇਲ ਕਰ ਦਿੰਦੀ ਆ ਯਾਰ, ਇੱਥੇ ਬਹੁਤ ਦਹਿਸ਼ਤ ਆ ਉਹਦੀ ਇਸ ਏਰੀਏ 'ਚ। ਜੇ ਕਿਤੇ ਮੈਂ ਵੀ ਲਾਇਸੈਂਸ ਬਣਾਉਣ ਆਇਆ ਹੁੰਦਾ ਤਾਂ ਮੈਂ ਵੀ ਇਸ ਟਾਈਮ ਕਿੱਦਾਂ ਸਿੱਧੀ ਗੱਲ ਗੱਡੀ ਲਾਉਣੀ ਸੀਗੀ ਬੰਦੇ ਦੇ। ਉਸ ਟਾਈਮ ਕਹਿਣਾ ਹੀ ਸੌਖਾ ਆ ਵੈਸੇ, ਜਿਹੜਾ ਟੈਸਟ ਹੁੰਦਾ ਨਾ ਸਾਰਾ ਟੈਸਟ ਆ ਫੇ ਵੀ ਯਾਰ ਬੰਦੇ ਦੇ ਮਨ 'ਚ, ਬੰਦੇ ਨੂੰ ਪਤਾ ਨਾ ਕੀ ਹੁੰਦਾ। ਉੱਧਰ ਲਾਵਾਂ ਗੱਡੀ ਜਿੱਧਰ ਮਰਜ਼ੀ ਲਾ ਲਓ, ਉਹ ਤਾਂ ਭਰਵਾਨ ਜੀ ਐਂਟੀ ਟੈਸਟ ਲੈਣ ਡੀ ਉਹਦਾ। ਉਹ ਨਹੀਂ ਉਹ ਦੂਜੀ ਆ, ਮੈਂ ਇੱਥੇ ਲਾਉਣਾ ਗੱਡੀ ਰੁਕ ਜਾ। ਆਹ ਬੈਗੀ ਆ ਕਾਲੀ ਗੱਡੀ 'ਚ, ਆਹ ਪਿੱਛੇ ਵਾਲੀ ਗੱਡੀ 'ਚ ਬੈਠੀ ਆ ਹੋਂਡਾ 'ਚ। ਹਾਂ ਆ ਕਰੋ ਮਾੜਾ ਜਿਹਾ ਪਿੱਛੇ ਬੈਕ ਕੈਮਰਾ 'ਚ ਲਾਇਓ। ਤੇਰਾ ਸਾਡੇ ਕੋਲ ਰਹਿ ਗਿਆ ਸਾਲਿਆ, ਮੈਨੂੰ ਵੀ ਭੁਲਾਤਾ। ਤੇਰਾ ਸਾਡੇ ਕੋਲ ਰਹਿ ਗਿਆ ਯਾਰ, ਭਾਈ ਮੈਂ ਤੁਹਾਡੇ ਮੂੰਹ ਗਾਣਾ ਸੁਣਿਆ ਯਾਰ, ਮੈਂ ਗਾਤਾ। ਤੇਰਾ ਸਾਡੇ ਕੋਲ ਰਹਿ ਗਿਆ ਕਲਿਪਨੀ, ਕਲਿਪ ਕੋਈ ਵੀਡੀਓ ਕਲਿਪ ਨਾ ਸਮਝ ਲਿਓ। ਉਹ ਜਾਂਦੀ 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 ਉਹ ਜਾਂਦੀ ਆਹੀ ਆਹੀ ਆਹੀ, ਮੈਂ ਮੁੰਡਾ ਤਾਂ ਫੇਲ ਕਰਤਾ ਇਹਨੇ। ਤੇ ਜਾ ਅੰਦਰੋਂ ਤੂੰ ਜਾ ਕੇ ਲਿਆ ਟੋਕਨ ਟਾਕਨ, ਤੇ ਮੈਂ ਜਦ ਗੱਡੀ ਸਿੱਧੀ ਕਰਕੇ ਲਾਉਣਾ। ਓਕੇ ਭਾਜੀ, ਤੇ ਆ ਇੱਥੇ ਗੱਡੀਆਂ ਦੇ ਗੱਬੇ ਲਾ ਦੇਣਾ। ਲਾ ਦੋ ਲਾ ਦੋ, ਪੱਕਾ ਸ਼ੋਰ ਆ। ਮੈਂ ਕਿਹਾ ਇੱਟ ਵਰਗਾ, ਕਿਉਂਕਿ ਜੋ ਵੀ ਮੈਂ ਕੁਛ ਕਰਨਾ ਇਹ ਸਾਰਾ ਕੁਛ ਬਲੇਮ ਤੇਰੇ ਸਿਰ ਤੇ ਪੈਣਾ ਵਾ। ਓਕੇ ਕੋਈ ਨੀ, ਸਾਂਭ ਲਾਂਗੇ। ਆਹ ਵਾਲੀ ਆਂਟੀ ਵਧੀਆ ਲੱਗਣ ਡੀ ਆ ਜਿਹੜੀ ਅੱਜ ਗਈ ਆ। ਚਲੋ ਬਾਬਾ ਮੇਰ ਕਰੇ, ਨਹੀਂ ਤਾਂ ਫੇਰ $50 ਹੀ ਆ, ਕਿਹੜੀ ਵੱਡੀ ਰਕਮ ਆ। ਨਾਲੇ ਫੇਰਾ ਤੋਰਾ ਬਣਿਆ ਰਹਿੰਦਾ ਆ, ਪਹਿਲੀ ਗੱਲ ਤਾਂ ਇਹ ਆ ਪਿਆਰ ਬਣਿਆ ਰਹਿੰਦਾ। ਹੁਣ ਤਾਂ ਇਹ ਆ ਪਾਸ ਹੋਵੇ ਚਾਹੇ ਜੋ ਮਰਜ਼ੀ ਹੋਵੇ, ਹੁਣ ਤਾਂ ਇਹ ਪਾਸ ਹੀ ਆ। ਤੇ ਦੂਜੀ ਗੱਲ ਇਹ ਕਿ ਹੁਣ ਨਵ ਨੇ ਲੈ ਕੇ ਆਉਣੀ ਆ ਗੱਡੀ, ਗੱਡੀ ਲੈ ਕੇ ਦੇਣੀ ਇਹਨੇ ਮੈਨੂੰ, ਪ੍ਰੋਮਿਸ ਕੀਤਾ ਹੋਇਆ ਇਹਨੇ ਮੈਨੂੰ, ਮੇਰੀ ਫੇਵਰੇਟ ਗੱਡੀ ਇਹਨੇ ਬੋਲੇ ਦਾ ਵੀ ਇੱਕ ਬੁੜੀਆਂ ਖਤਰਨਾਕ ਖਤਰਨਾਕ ਭਰਾਵਾ, ਕੁੜੀ ਨੇ ਮੈਨੂੰ ਫੇਲ ਕੀਤਾ ਸੀ ਇੱਕ ਨੇ ਐਕਸਪੀਰੀਅੰਸ, ਕਹਿੰਦੀ ਤੁਹਾਡਾ ਪਾ ਦਿੰਦੇ ਹਾਂ ਜਿੰਨੇ ਚਿਰ ਦਾ ਵੀ ਹੈਗਾ ਸਾਰਾ, ਪਰ ਤੁਹਾਨੂੰ ਇੱਕ ਵਾਰੀ ਪੇਪਰ ਦੁਆਰਾ ਫੇਰ ਦੇਣਾ ਪੈਣਾ। ਸੜੀ ਕਿੰਨੀ ਵੇਰ ਵਾਸਤੇ ਉਸ ਟਾਈਮ ਉਹ ਘੜੀ ਹੋਊਗੀ। ਤੂੰ ਸੜਾ ਅੱਜ ਮੈਨੂੰ ਕਹਿਣਾ ਸੀ ਗੱਡੀ, ਗੱਡੀ ਤਾਂ ਮੈਂ ਆਪਣੀ ਆਪ ਚਲਾ ਕੇ ਲਿਆ ਸੀ ਖੁਦ, ਮੈਂ ਵੀ ਖੁਦ ਹੀ ਚਲਾ ਕੇ ਲਿਆ। ਫਿਰ ਉਹ ਤਾਂ ਗੱਡੀ ਤਾਂ ਬੰਦੇ ਨੇ ਆਪ ਹੀ ਲਿਆਉਣੀ ਹੁੰਦੀ ਹੈ, ਇਹ ਨਹੀਂ ਇਹ ਤਾਂ ਗੱਲ ਤੇਰੇ ਮੇਰੇ ਤਾਂ ਅੱਜ ਤੂੰ ਬਣਾਤੀ। ਉਹ ਸ਼ੋਨ ਨੇ ਗੱਡੀ ਬੈਕ ਕਰਨੀ ਆ, ਉਹ ਦੇਖ ਮੂਹਰੇ ਕਿੱਦਾਂ ਦੀ ਗੱਡੀ ਖੜੀ ਆ, ਬੜੀ ਸੋਹਣੀ ਆ ਭਾਜੀ। ਚਲੋ ਭਾਜੀ ਆਪਾਂ ਫੋਨ ਬੰਦ ਕਰੀਏ ਤੇ ਅੱਗੇ ਵਧੀਏ, ਹੁਣ ਐਤਵਾਰ ਸਿੱਧਾ ਉੱਤੇ ਚੱਕਦੇ ਆ। ਜਲੇ ਆ ਜਾ ਕੇ ਟੋਕਣ ਦੇ ਉੱਤੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪੰਜਾਬੀ, ਉਹ ਪੰਜਾਬ ਪੰਜਾਬੀ ਦੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿੱਦਾਂ ਹਾਲ ਚਾਲ? ਠੀਕ ਠਾਕ ਹੋ? ਅੱਜ ਮੁੰਡਾ ਡਰ ਗਿਆ ਬਹੁਤ ਜ਼ਿਆਦਾ, ਕਿਉਂਕਿ ਹੁਣ ਦੂਜੀ ਵਾਰੀ ਬੇਇੱਜ਼ਤੀ ਕਰਾਉਣੀ ਥੋੜ੍ਹੀ ਜ਼ਿਆਦਾ ਹੋ ਜਾਣੀ ਆ। ਗਿਆ ਤਾਂ ਹੋਇਆ ਆ, ਤਾਂ ਟਾਈਮ ਨਾਲ ਪਹਿਲਾਂ ਹੀ ਲਿਆਇਆ, ਪਿਛਲੀ ਵਾਰੀ ਚਲੋ ਪੂਰੇ ਟਾਈਮ ਦੇ ਟਾਈਮ ਆਏ ਸੀਗੇ, ਪਰ ਹੋ ਜਾਊਗਾ ਪਾਸ ਅੱਜ ਉਮੀਦ ਆ। ਬਾਕੀ ਕਿੱਦਾਂ ਮੇਰਾ ਅਜੇ ਦੇਵਗਨ ਵਾਲਾ ਹੇਅਰ ਸਟਾਈਲ ਮੂਹਰਿਓ ਇੱਥੋਂ ਇੱਦਾਂ ਪਫ ਜਿਹਾ, ਠੀਕ ਆ। ਬਾਕੀ ਹੋਰ ਕਿੱਦਾਂ, ਤੁਸੀਂ ਸਾਰੇ ਸੈੱਟ ਹੋ? ਠੀਕ ਠਾਕ ਹੋ? ਬਾਬਾ ਜੀ ਗਰਮੀ ਬਹੁਤ ਹੋ ਗਈ ਸੀਗੀ ਨਾ, ਉਹਨੇ ਜਦੋਂ ਮੇਰੀ ਬੇਇੱਜ਼ਤੀ ਕੀਤੀ ਨਾ, ਟੈਂਪਰੇਚਰ -1 ਇੱਕ ਮਿੰਟ ਹੋ ਗਿਆ। ਹਾਂ ਦੇਖੋ -1 ਹੋ ਗਿਆ, ਉਸ ਟਾਈਮ ਉਹਨੇ ਮੇਰਾ ਘਾਟਾ ਕੀਤਾ ਸੀ। ਸਾਲਿਆ ਟੈਂਪਰੇਚਰ ਦੇਖ ਲਾ ਕਿੰਨਾ ਹੁਣ -1 ਹੋ ਗਿਆ। ਹਾਂ ਤੇ ਟੈਸਟ ਹੋ ਗਿਆ ਪੁੱਤ, ਹੁਣ ਆਪ ਕਰੇ ਅੰਦਰ ਵੇਟ।
ਕਿਉਂ ਹੱਲੇ ਕਿਹੜਾ ਕੋਈ ਆ ਚੱਲਾ, ਜਦੋਂ ਆਊਗਾ ਕੋਈ ਫੇਰ ਦੇਖਾਂਗੇ। ਸੀਰੀਅਸ ਕਹਿਣਾ ਧੌਣ ਘੁਮਾਈ ਜਾਣੀ ਤਾਂ ਉਹਨੂੰ ਮੂੰਹ ਚੱਕ ਕੇ ਦੇਖਣਾ, ਜਿੰਨਾ ਓਪਰਿਆਂ ਨੂੰ ਚਲਾਊਂਗਾ ਓਨਾ ਹੀ ਵਧੀਆ ਰਹੂੰਗਾ, ਠੀਕ ਆ। ਓਪਰਿਆਂ ਨੂੰ ਚਲਾਉਣਾ ਮਤਲਬ ਮੈਂ ਕੁਛ ਨੀ ਕਹਿਣਾ ਭਰਾਵਾ, ਪਿਛਲੀ ਵਾਰੀ ਤੁਸੀਂ ਹੱਥ ਕਰਾਈ ਸੀ ਚਿਸ਼ਤੀ ਨੇ ਕਰੀ। ਆਪਾਂ ਜਾ ਕੇ ਅੰਦਰ ਬਹਿੰਦੇ ਹਾਂ, ਆਪਾਂ ਪੂਰੇ ਪੂਰੇ ਟਾਈਮ ਤੇ ਜਾਵਾਂਗੇ, 10 ਮਿੰਟ ਹੈਗੇ। ਅੰਦਰ ਆ ਕੇ ਬੈਠ ਬ੍ਰੋ, ਆਵਾਜ਼ ਨੀ ਮਾਰਨੀ ਪੈਂਦੀ, ਆਪੇ ਆ ਜਾਂਦਾ ਜਿਹਨੇ ਆਉਣਾ। ਬੀਬੀਆਂ ਵਾਲੀ ਆ ਨਾ, ਚੱਕਰ ਨਾ ਨਾ ਪਾਦੇ ਕੋਈ, ਬਸ ਤਾਂ ਕਰਕੇ, ਬਾਕੀ ਕੋਈ ਚੱਕਰ ਨੀ। ਲੈ ਉਹ ਮੋਟੀ ਜੀ ਆਂਟੀ, ਅੱਛਾ ਲੈ ਆਈ ਪੇਪਰ। ਵਾਹਿਗੁਰੂ ਸੱਚੇ ਪਾਤਸ਼ਾਹ, ਬਸ ਉਹ ਮੈਲੀ ਨਾ ਹੋਵੇ, ਕੋਈ ਵਧੀਆ ਮੈਡਮ ਆਵੇ ਜਾਂ ਸਰ ਕੋਈ ਚਾਹੇ ਦਾ ਬੰਦਾ ਆਵੇ। ਬੁੱਝੇ ਹੋਏ ਚਿਹਰਿਆਂ ਦਾ ਮਤਲਬ ਇਹ ਥੋੜੀ ਆ ਕਿ ਇਹਨਾਂ ਨੂੰ ਕੋਈ ਡਰ ਨੀ, ਕੋਈ ਖਤਰਾ ਨੀ, ਅੰਦਰੋਂ ਕੀ ਪਤਾ ਕਿੱਥੋਂ ਤੱਕ ਮਾਰ। ਬੁੱਝੇ ਹੋਏ ਥੋੜੀ, ਕੋਈ ਹੋਰ ਕੋਈ ਚਿਹਰੇ ਸੀ, ਪਰ ਮੈਂ ਤਾਂ ਬੁੱਝੇ ਹੋਏ ਚਿਹਰਿਆਂ ਦਾ ਇਹ ਕਿਹਾ ਸੀ ਵੀ ਬੁੱਝੇ ਹੋਏ ਚਿਹਰਿਆਂ ਨੂੰ ਡਰ ਹੀ ਬਹੁਤ ਆ, ਨਾ ਹੱਸ ਨਾ ਝੂਠਾ ਸਿੱਧਾ ਹੀ ਪਤਾ ਲੱਗਦਾ ਪਿਆ। ਓਏ ਭਾਜੀ ਇਦਾਂ ਕਰਕੇ ਦੱਬ ਦੁੱਬ ਕੇ ਕੁਛ ਨੀ ਹੋਣਾ, ਬਸ ਹਯਾ ਵਾਲੀ ਮੈਡਮ ਚੰਗੀ ਲੱਗਦੀ ਆ, ਕਹਿੰਦੀ ਪੁੱਤ ਆਉਣ ਜਾਣਾ, ਪਰ ਮੁੰਡੇ ਦਾ ਮੂੰਹ ਕਾਹਦੇ ਉੱਡਿਆ ਪਿਆ ਮੇਰੇ। ਓ ਵੀਰੇ ਇਹ ਹੁਣੇ ਹਲੇ ਗਏ ਸੀ ਤੇ ਉਹ ਲੈ ਆਈ ਆ, ਇਹਦਾ ਕੰਮ ਮੇਰੇ ਸਾਹਮਣੇ ਨਿਕਲਿਆ ਨੀ। ਹੇ ਪਰਮਾਤਮਾ, ਜੇ ਉਹਨੇ ਕਹਿ ਤਾ ਨਾ ਜਿੱਥੇ ਵੀ ਹੈਗੀ ਖੜੀ ਰਹਿਣ ਦੇ, ਫੇਰ ਸਮਝ ਲਾ ਉਹ ਫੇਲ ਆ। ਜੇ ਉਹਨੇ ਉਹਨੂੰ ਕਿਹਾ, ਵੈਸੇ ਉਹਦਾ ਟੈਸਟ ਹੀ ਜੀ ਸੀਗਾ ਮੇਰੇ ਹਿਸਾਬ ਨਾਲ, ਪਰ ਉਹ ਜੀ ਵਾਲਾ ਤਾਂ ਕੀ, ਉਹ ਤਾਂ ਕੀ ਉਹਦੇ ਵਾਲਾ ਵੀ ਹੈ ਨੀ ਗਾ ਜਿਹੜੇ ਹਿਸਾਬ ਨਾਲ ਚਲਾਉਣ ਡਿਆ। ਬੱਦਲ ਚੱਲੇ ਫੇਰ ਅੱਜ ਮੀਂਹ ਲੈਣ, ਇੱਥੋਂ ਪਤਾ ਲੱਗਣਾ ਤੁਹਾਨੂੰ ਆ ਡੇਕ ਤੋਂ ਸਿੱਧੇ ਜਿਹੜਾ, ਉਹ ਸੋਰੀ ਡੇਕ ਤੋਂ ਸਿੱਧਾ ਉਹ ਦੇਖਿਓ ਬੱਦਲ ਉੱਥੋਂ ਕਿੰਨਾ ਗਾਹ ਨੂੰ ਆਉਂਦਾ, ਅਸਲੀ 'ਚ ਕਿੰਨਾ ਲੱਗਣ ਡਿਆ ਆ ਅਤੇ ਕੈਮਰੇ 'ਚ, ਪਰ ਪਤਾ ਨਹੀਂ ਕੈਮਰੇ 'ਚ ਤਲ ਚੱਲਦਾ ਬੱਦਲ ਲੱਭਦਾ ਹੀ ਨਹੀਂ। ਰਹਿਣ ਦਾ ਛੱਡੋ ਪਰੇ, ਬੱਦਲ ਕਿੰਨੇ ਘੈਂਟ ਆ। ਨਾ ਮੈਂ ਪਾਸ ਹੋ ਕੇ ਗੱਡੀ ਸਾਫ਼ ਕਰਦੀ ਹਾਂ ਇੱਕ ਤਾਂ ਵਿੱਚੋਂ, ਜੇ ਮੈਂ ਪਾਸ ਹੋ ਗਿਆ ਨਾ ਗੱਡੀ ਸਾਰੀ ਧਵਾ ਕੇ ਮੇਰੀ ਜ਼ਿੰਮੇਵਾਰੀ। ਤੂੰ ਗੱਡੀ ਐਨ ਸਾਫ਼ ਵਿੱਚੋਂ ਕਰਦੀ ਕਿੱਦਾਂ, ਆਹ ਗਾਰਾ ਗੂਰਾ ਜਿਹਾ ਪਾਸ ਹੋ ਗਿਆ। ਭਾਜੀ ਇਹ ਵੀ ਪਾਸ ਹੋ ਗਿਆ, ਵਧਾਈਆਂ ਹੋਣ ਵੀਰ, ਨਾਲੇ ਟੈਸਟ ਵੀ ਜੀ ਦਿੱਤਾ ਸੀ ਵੀਰ, ਵਧਾਈਆਂ ਹੋਣ। ਸਿੱਧਾ ਹੀ ਅੰਦਰ ਗਿਆ, ਆ ਬੀਬੀ ਨੇ ਤਾਂ ਪਾਸ ਕਰ ਦੇਣਾ ਸੀ, ਚੰਗੀ ਆ ਹਾਏਗਾ ਤੇ ਆਹੀ ਬੀਬੀ ਆਏ ਚੱਲ ਭਰਾਵਾ ਮਿਲਦੇ ਆ ਫਿਰ, 47 ਤੇ 46 47 ਹੋਣ ਲੱਗੇ। ਚੱਲ ਬੈਸਟ ਆਫ ਲੱਕ, ਥੈਂਕਸ ਵੈਰੀ ਮੱਚ, ਹੌਸਲਾ ਦੀ ਲੋੜ ਆ, ਬਾਬਾ ਸੁੱਖ ਰੱਖੇ। ਤੇ ਚਲੋ, ਮੈਡਮ ਦੀ ਸੀਟ ਵਾਲੀ ਹੀਟ ਜੀ ਬੰਦ ਕਰਦੀ, ਅੱਗੇ ਹੀ ਬੜੀ ਖਿਜੀ ਹੋਣੀ ਆ। ਉਹ ਵੀ ਚਲ ਮੈਂ ਅੰਦਰ ਜਾ ਕੇ ਬਹਿਣਾ। ਨਵ ਨਾ ਹੋਈ ਬੜੀ ਮਾੜੀ, ਜਿਹੜੀ ਮੈਡਮ ਤੋਂ ਨਵ ਡਰਦਾ ਸੀ ਉਹੀ ਮੈਡਮ ਫੇਰ ਆ ਗਈ, ਤੇ ਉਹਦੇ ਵੱਲ ਦੇਖ ਕੇ ਉਹ ਘਬਰਾ ਗਿਆ, ਤੇ ਹੁਣ ਗਲਤੀਆਂ ਕਰੂਗਾ, ਤੇ ਬਸ ਹੁਣ ਆਪਾਂ ਇੱਥੇ ਖੜ ਕੇ ਧੁੱਪੇ ਵੇਟ ਕਰਦੇ ਹਾਂ ਕੀ ਬਣਦਾ। ਜਿਹਦੇ ਕੋਲੋਂ ਡਰ ਹੋਵੇ ਉਹਦੇ ਕੋਲੋਂ ਡਰਦਾ ਸੀ ਉਹੀ ਮੈਡਮ ਫੇਰ ਆ ਗਈ, ਤੇ ਹੁਣ ਚੱਕਰ ਪੈ ਗਿਆ ਉਹੀ। ਬਾਕੀ ਆ ਦੇਖੋ ਗੱਲਬਾਤ, ਨਵਜੋਤ ਸਿੰਘ ਆ ਗਏ ਆ, ਹੋਰ ਵੀ 3-4 ਗਏ ਸੀ ਆ ਗਏ ਆ, ਜਿੰਨੇ ਗਏ ਸੀਗੇ ਟੀਚਰ ਲੈ ਕੇ ਆਪਣੇ ਆਪਣੇ, ਅਤੇ 2 ਕੁ ਤਾਂ ਪਾਸ ਹੋ ਗਏ ਆ। ਹੁਣ ਨਵ ਦਾ ਦੇਖਦੇ ਹਾਂ ਕੀ ਬਣਿਆ, ਕਿਉਂਕਿ ਹਾਲੇ ਤੱਕ ਤਾਂ ਗੱਡੀ 'ਚ ਹੀ ਆ ਮੇਰੇ ਹਿਸਾਬ ਨਾਲ, ਹੋ ਗਿਆ ਲੱਗਦਾ ਬਸ।
ਵਧਾਈਆਂ ਮਤਲਬ ਕੰਗ੍ਰੈਚੁਲੇਸ਼ਨਸ ਮੈਂ ਵੀ ਨਾਲ ਹੀ ਜਾਊਂਗਾ ਹੁਣ ਸ਼ੁਕਰ ਆ ਭਰਾਵਾ ਪਾਸ ਹੋ ਗਿਆ ਇੱਜ਼ਤ ਰਹਿ ਗਈ ਮਾੜੀ ਮੋਟੀ ਉਸੇ ਮੈਡਮ ਨੂੰ ਕੀਤਾ ਪਾਸ ਜਿਹਦਾ ਸਭ ਤੋਂ ਵੱਧ ਡਰ ਗਈ ਫਿਰ ਉਹਨੇ ਪਾਸ ਕੀਤਾ ਉਹ ਵੀ ਬਿਨਾਂ ਕਲਾਸਾਂ ਲਏ ਹੁਣ ਜੀ ਦੀਆਂ ਕਲਾਸਾਂ ਲਾ ਕੇ ਲਵਾਂਗੇ ਜੀ ਹਜੇ ਬਣਨਾ ਭਰਦੇ ਟੈਸਟ ਉਹਦਾ ਵੀ ਕਲਾਸਾਂ ਕਾਹਦੇ ਲਾਉਣੀਆਂ ਬਸ ਓਦਾਂ ਹੀ ਕਲਾਸਾਂ ਲਾ ਕੇ ਵੇਖਣਾ ਚਾਹੀਦਾ ਕਲਾਸਾਂ ਦੇ ਅੰਦਰ ਸੈਟਿੰਗ ਆ ਤਾਂ ਕਲਾਸਾਂ ਲਾਉਣੀਆਂ ਚਲੋ ਬਾਕੀ ਸੱਚੀ ਗੱਲ ਆ ਇਹ ਜਦੋਂ ਦਾ ਬਾਬਾ ਜੀ ਫੇਲ ਹੋ ਗਏ ਉਦੋਂ ਭਾਜੀ ਨੇ ਕਰਾ ਦਿੱਤਾ ਜਦੋਂ ਪਾਸ ਹੋ ਗਏ ਅੱਜ ਮੈਂ ਗਲਤ ਨਹੀਂ ਭਾਜੀ ਨੇ ਕਰਾਇਆ ਪਾਸ ਭਾਜੀ ਨੇ ਪਾਸ ਕਰਾਇਆ ਭਾਜੀ ਨੇ ਕਰਾਇਆ ਭਾਜੀ ਨੇ ਪੰਪ ਬਹੁਤ ਦਿੱਤਾ ਭਾਜੀ ਨੇ ਪੰਪ ਅਸੀਂ ਹੋ ਗਏ ਫੇਲ ਹੋ ਟਰੱਕ ਵਾਲਾ ਦੇਖਦੇ ਮੋੜ ਦੇਖ ਲੈ ਕਿੰਨੀ ਖਤਰਨਾ ਗਿਆ 50 ਦਾ ਜ਼ੋਨ ਆ ਕੱਲ ਵੀ ਇੱਕ ਟਰੱਕ ਵਾਲੇ ਨੇ ਬੜੀ ਹੱਥ ਕਰਾਈ ਥੱਲੇ ਲਾ ਦੇ ਲੰਗਾਈ ਇੱਥੋਂ 40 ਦਾ ਜ਼ੋਨ ਆ 50 ਦਾ ਤੁਸੀਂ ਹੌਲੀ ਚਲਾਓ ਬ੍ਰੋ ਤੇ ਹੋਰ ਕੀ ਕਹਿਣਾ ਸੀ ਹਾਂਜੀ ਮੈਂ ਕਹਿਣਾ ਸੀਗਾ ਕਿ ਭਰਾਵਾ ਜਿਹੜੀ ਪਹਿਲਾਂ ਮੈਂ ਤੁਹਾਨੂੰ ਜਾਣਦੇ ਇਹ ਗੱਲ ਦੱਸੀ ਸੀ ਵੀ ਨਵ ਇਹਨਾਂ ਮੈਂ ਪਹਿਲਾਂ ਇੱਕ ਡੀਲ ਕੀਤੀ ਸੀ ਵੀ ਮੈਂ ਦੱਸੂੰਗਾ ਨਹੀਂ ਕਿਸੇ ਨੂੰ ਜਦੋਂ ਅੱਜ ਵੀ ਫੇਲ ਹੋ ਗਿਆ ਪੰਪ ਪੰਪ ਦੇ ਕੇ ਭੇਜਿਆ ਸੀ ਇਹਨੂੰ ਕਿ ਮੈਂ ਦੱਸੂੰਗਾ ਨਹੀਂ ਕਿਸੇ ਨੂੰ ਜਦੋਂ ਹੁਣ ਵੀ ਫੇਲ ਹੋਊਂਗਾ ਅਤੇ ਤੂੰ ਬਸ ਮੈਂ ਕਹਿ ਦੂੰਗਾ ਸਾਰਿਆਂ ਨੂੰ ਵੀਡੀਓ 'ਚ ਪਾਸ ਹੋ ਗਿਆ ਅਤੇ ਫਿਰ ਉਹ ਜਦੋਂ ਉਹ ਮੈਡਮ ਆਈ ਉਹ ਇਹਦਾ ਮੂੰਹ ਦੇਖਣ ਵਾਲਾ ਸੀ ਉਹੀ ਵਾਲੀ ਮੈਡਮ ਫੇਰ ਆ ਗਈ ਉਹ ਆ ਗਈ ਉਹ ਤੁਹਾਡੀ ਨੂੰ ਮੈਨੂੰ ਇੰਨਾ ਹਾਸਾ ਆਇਆ ਪਰ ਮੈਂ ਸੋਚਿਆ ਸੀ ਫੇਲ ਹੀ ਆ ਜਿਹੜੇ ਸਾਨੂੰ ਡਰ ਗਿਆ ਡਰਿਆ ਬੰਦਾ ਤਾਂ ਵੱਧ ਗਲਤੀਆਂ ਕਰਦਾ ਅਤੇ ਜਾ ਕੇ ਉਹਨੇ ਇਹਨੂੰ ਬੈਗ ਲਾਉਣ ਨੂੰ ਕਿਹਾ ਇਹਨੇ ਗੱਡੀ ਕਾ ਪਤਾ ਨਹੀਂ ਹੁਣ ਸ਼ੀਸ਼ੇ 'ਚ ਦੇਖ ਕੇ ਬੈਗ ਲਾਈ ਦੀ ਸਿੱਧੀ ਜੀ ਗੱਲ ਆ ਕੈਮਰੇ 'ਚ ਦੇਖ ਕੇ ਬੈਗ ਲਾਉਣ ਤੋਂ ਮਨਾ ਕਰਦੇ ਆ ਉਹ ਅਤੇ ਹੁਣ ਅਸੀਂ ਤਾਂ ਚਲੋ ਪੁਰਾਣੇ ਆਏ ਹੋਏ ਹਾਂ ਅਤੇ ਸ਼ੀਸ਼ਾ ਮੈਨੂੰ ਮਾੜੀ ਜਿਹੀ ਲੋਹ ਪਾਉਣ ਦਿਓ ਅਸੀਂ ਪੁਰਾਣੇ ਆਏ ਹੋਏ ਹਾਂ ਸਾਡੀ ਵਾਰੀ ਚਲੋ ਕੈਮਰੇ ਹੁੰਦੇ ਨਹੀਂ ਸੀ ਅਤੇ ਹੁਣ ਫਿਰ ਅੱਜ ਕੱਲ੍ਹ ਦੇ ਆ ਜਾਂਦੇ ਆ ਮੂੰਹ ਚੱਕ ਕੇ ਗੱਡੀਆਂ ਚਲਾਉਣੀਆਂ ਨਹੀਂ ਆਉਂਦੀਆਂ ਅਤੇ ਕੈਮਰੇ 'ਚ ਦੇਖ ਕੇ ਬੈਕ ਕਰਦੇ ਆ ਅਸੀਂ ਤਾਂ ਪੁਰਾਣੇ ਆਏ ਹਾਂ ਗੱਡੀ ਕਰਨੀ ਕੀ ਅਸੀਂ ਤਾਂ ਬੱਸਾਂ 'ਚ ਹੀ ਰਹੇ ਹਾਂ ਅਤੇ ਇਹ ਵਿਚਾਰ ਤੁਹਾਨੂੰ ਸੁਣਨ ਨੂੰ ਮਿਲਣਗੇ ਜਦੋਂ ਤੁਸੀਂ ਕਦੀ ਆਉਂਗੇ ਬਾਹਰ ਆਪਣੇ ਕਿਸੇ ਪੁਰਾਣੇ ਆਏ ਹੋਏ ਕੋਲੋਂ ਅਤੇ ਮੈਂ ਨਹੀਂ ਇੱਦਾਂ ਕਹਿੰਦਾ ਕਿਉਂਕਿ ਮੈਂ ਤਾਂ ਆਪ ਨਹੀਂ ਕਿਸੇ ਦੀ ਸੁਣਦਾ ਭਾਅ ਜੀ ਪ੍ਰੋਪਰ ਸਟੋਪ ਲੈਣਾ ਜੀਰੋ ਤੱਕ ਇੱਕੋ ਜ਼ਿੰਦਗੀ ਆ ਜੋ ਜੀ ਕਰਦਾ ਕਰੋ ਤੁਹਾਡਾ ਜੀ ਕਰਦਾ ਗੱਡੀ ਲੈਣੀ ਆ ਤੁਸੀਂ ਲਓ ਤੁਹਾਡਾ ਜੀ ਕਰਦਾ ਨਹੀਂ ਲੈਣੀ ਤੁਸੀਂ ਬੱਸ ਜਾਣਾ ਤੁਸੀਂ ਬੱਸ 'ਚ ਜਾਓ ਬਸ ਕਿਸੇ ਤੋਂ ਸਲਾਹ ਲੈ ਕੇ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਉਹ ਨਹੀਂ ਸਹੀ ਹੈਗੀਆਂ ਕਿਉਂਕਿ ਉਹ ਬੰਦੇ ਨੂੰ ਨਾ ਖਰਾਬ ਕਰਦੇ ਆ ਨਾਨਾ ਨੂੰ ਮੈਂ ਦੋ ਫੋਰਮੂਲੇ ਦੱਸੇ ਸੀਗੇ ਇੱਕ 30 ਦਾ ਇੱਕ 60 ਦਾ ਕਿੱਦਾਂ 30 ਦੇ ਅੰਕੜੇ ਨਾਲ 60 ਦੇ ਅੰਕੜੇ ਨਾਲ ਜੋੜ ਕੇ ਇੱਦਾਂ 120 ਦਾ ਲਾ ਦੇਣਾ ਅਤੇ ਇਹਨੇ ਦੋਨੇ ਫਾਰਮੂਲੇ ਉਹ ਯੂਜ਼ ਕੀਤੇ ਉਹ ਅਸੀਂ ਤਾਂ ਆਪ ਭਰਾਵਾ ਤੁੱਕਿਆਂ ਨਾਲ ਪਾਸ ਹੋਏ ਅਸੀਂ ਗਰੁੱਪ 'ਚ ਪਾਸ ਹੋਏ ਹਾਂ ਅਸੀਂ ਮੈਂ ਅਤੇ ਮਨਜੀਤ ਅਤੇ ਸਾਨੂੰ ਜਦੋਂ ਟੈਸਟ ਦੇਣ ਗਏ ਅਸੀਂ ਗਏ ਆਟਵਾ ਪੇਪਰ ਭਰਿਆ ਸੀ ਜਦੋਂ ਮੇਰੀ ਇੱਕੋ ਮੈਡਮ ਮੇਰੇ ਕੋਲ ਪੇਪਰ ਸੀਗਾ ਅਸੀਂ ਅੱਧੇ ਅੱਧੇ ਘੰਟੇ ਦੇ ਫਰਕ ਨਾਲ ਭਰ ਲਿਆ ਸੀਗਾ ਵੀ ਚੱਲ ਵੀ ਗੱਡੀ 'ਚ ਕੋਈ ਇੱਕੋ ਹੀ ਆ ਹੈ ਨਾ ਅਸੀਂ ਉੱਥੇ ਗਏ ਪੇਪਰ ਦਿੱਤਾ ਘੰਟਾ ਡੇਢ ਘੰਟਾ ਲਾ ਕੇ ਗਏ ਔਰ ਉਹ ਆਂਟੀ ਸੀਗੀ ਜਿੱਦਾਂ ਥੋੜ੍ਹੀ ਹੰਬੀ ਜਿਹੀ ਸੀ ਬਜ਼ੁਰਗ ਜਿਹੀ ਅਤੇ ਮੈਂ ਤਾਂ ਮਨਜੀਤ ਗਏ ਪਹਿਲਾਂ ਉਹ ਮੈਡਮ ਨੇ ਟੈਸਟ ਲਿਆ ਮਨਜੀਤ ਦਾ ਮਨਜੀਤ ਨੂੰ ਕਰਤਾ ਪਾਸ ਥੋੜ੍ਹੇ ਚਿਰ ਬਾਅਦ ਫਿਰ ਗਈ ਉਹ ਸਿਗਰਟ ਸੁਗਰਟ ਪੀ ਕੇ ਦੁਬਾਰਾ ਫਿਰ ਆਈ ਮੇਰਾ ਟੈਸਟ ਸੀਗਾ ਅਤੇ ਮੈਨੂੰ ਕਹਿੰਦੀ ਫਰੈਂਡ ਤੇਰਾ ਪਾਸ ਕਰਤਾ ਆਂਟੀ ਸੀ ਮਤਲਬ ਜ਼ਿਆਦਾ ਬਜ਼ੁਰਗ ਸੀ ਜ਼ਿਆਦਾ ਹੀ ਸੀਨੀਅਰ ਸੀ ਅਤੇ ਪਰ ਆਂਟੀ ਨੇ ਪਾਸ ਕਰਤੇ ਬਟ ਜਿੰਨੀਆਂ ਵੀ ਗੁੱਡੀਆਂ ਆ ਨਾ ਮਤਲਬ ਕਿ ਛੋਟੀ ਉਮਰ 'ਚ ਕੁੜੀਆਂ ਉਹ ਫੇਲ ਹੀ ਕਰਦੀਆਂ ਮੈਂ ਬਹੁਤ ਦੇਖਿਆ ਯਾਰ ਬੜੇ ਚਾਂਸ ਹੋਏ ਅਤੇ ਹੁਣ ਇੱਥੇ ਜਿਹੜੀ ਮੈਡਮ ਨੇ ਨਾ ਉਹਨੂੰ ਪਾਸ ਕੀਤਾ ਉਹਦੇ ਬਾਰੇ ਇੱਥੇ ਹਵਾ ਆ ਜਾਂ ਜੇ ਇਹਨੂੰ ਨਾ ਪਾਸ ਕਰਦੀ ਤਾਂ ਹਵਾ ਤਾਂ ਸੱਚੀ ਅਸੀਂ ਤਾਂ ਮੰਨ ਜਾਣੀ ਸੀ ਜੀ ਹਾਂ ਵੀ ਫੇਲ ਹੀ ਕਰਦੀ ਉਹ
ਵੀ ਉਹਨੂੰ ਕੀ ਮਿਲਣਾ ਫੇਰ ਕਰਕੇ ਉਹਦਾ ਅਗਲੀ ਰੂਲ ਫੋਲੋ ਕਰਾਉਂਦੀਆਂ ਆ ਕਿ ਜੇ ਕੋਈ ਬੰਦਾ ਸਹੀ ਆ, ਹੁਣ ਗਲਤੀ ਤਾਂ ਹੋ ਜਾਂਦੀ ਯਾਰ ਜਦੋਂ ਆਪਾਂ ਇੰਡੀਆ ਤੋਂ ਆ ਕੇ ਇੱਥੇ ਗੱਡੀ ਚਲਾਈ ਦੀ, ਗਲਤੀਆਂ ਤਾਂ ਆਪਾਂ ਕਰੀ ਦੀਆਂ ਨੋ ਡਾਊਟ, ਕਿਉਂਕਿ ਜਿੱਦਾਂ ਹੁਣ ਕਿ ਚੀਜ਼ਾਂ ਨਹੀਂ ਪਤਾ ਹੁੰਦੀਆਂ, ਸਿੱਖ ਤਾਂ ਜਾਈਦੀ ਆ ਗੱਡੀ ਜਹਾਜ਼ ਕੋਠੇ 'ਤੇ ਲਿਥਣ ਲੱਗਾ ਉਹਦੇ ਖਿਲਾਫ ਅੱਜ ਉਹ ਬਾਦਲ ਸਾਹਿਬ ਨੇ ਆਉਣਾ ਸੀਗਾ ਯਾਰ ਸੁਖਵੀਰ ਭਾਜੀ ਦਾ, ਮੈਨੂੰ ਫੋਨ ਵੀ ਆਇਆ ਸੀਗਾ ਯਾਰ ਐਡਰੈਸ ਦੇ ਦਿੱਤਾ ਮੈਂ, ਹੁਣ ਉਹਨਾਂ ਨੇ ਸਟਰੀਟ 'ਤੇ ਜਹਾਜ਼ ਲੈ ਲੈਣਾ, ਉਹਦੇ ਕਿਤੇ ਘੁੰਮਦਾ ਦੇਖ ਤੁਸੀਂ ਜਹਾਜ਼ ਕਹਿੰਦਾ ਘੁੰਮਣ ਡਿਆ, ਨਜ਼ਾਰੇ ਕਿੰਨੇ ਲੈਣ ਡਿਆ ਜਹਾਜ਼, ਦੱਸ ਦੱਸਿਆ ਕਿ ਨਹੀਂ ਵਿੱਚ, ਦਿਸ ਰਿਹਾ ਘੁੰਮਣ ਦਿਓ ਉਹਨੂੰ, ਪਾਇਲਟ ਉਹੀ ਆ ਤੇਜ਼ਾ ਹੀ ਆ ਮੈਨੂੰ ਲੱਗਦਾ, ਉਹ ਕਰਾਉਂਦਾ ਤੈਨੂੰ ਕੰਮ ਸੁਖਵੀਰ ਭਾਜੀ, ਆਪ ਇੱਧਰ ਬੈਠਣਾ ਤਾਂ ਜਹਾਜ਼ ਇੱਧਰ ਨੂੰ ਹੁੰਦਾ ਟੇਢਾ, ਸੁੱਖਣਾ ਉਹਨਾਂ ਭਾਜੀ ਦਾ ਵੀ ਹੁਣ ਵੇਟ ਵਧਿਆ ਹੋਇਆ, ਚੱਲ ਛੱਡ ਤੂੰ ਜਾ ਆ ਜਾਣਾ ਉਹਨਾਂ ਨੇ ਘਰੇ ਪਹੁੰਚ ਜਾਣਾ, ਵੀ ਸਮੋਸੇ ਸਮੋਸੇ ਦਾ ਕਿਹਾ ਹੋਇਆ ਭਾਜੀ ਸੁਖਵੀਰ ਨੇ ਆਉਣਾ ਸੀ, ਸੁਖਵੀਰ ਬਾਦਲ ਨੇ ਆਪਣੇ ਇੱਥੇ ਗੱਲ ਹੋਈ ਸੀ ਮੈਨੂੰ, ਉਹਨਾਂ ਦਾ ਡਰਾਈਵਰ ਤੇਜ਼ਾ ਆ ਬੜੀ ਛੋੜੀ ਛੋੜਾ ਬਹੁਤ ਚੱਲਦਾ, ਉਹ ਜਹਾਜ਼ ਲੈ ਕੇ ਅਤੇ ਗੇੜੇ ਦੇਣ ਡਿਆ ਉੱਪਰ, ਵੀ ਮੈਂ ਕਿਹੜਾ ਇੱਦਾਂ ਬਾਹਰ ਆ ਜਾਣਾ, ਮੈਂ ਤਾਂ ਹੈ ਹੀ ਨਹੀਂ ਉੱਥੇ, ਹਾਂ ਮੈਂ ਕਿਹਾ ਆਪਾਂ ਜਦੋਂ ਆਈਦਾ ਆ ਪਿੰਡੋਂ ਗੱਡੀ ਦਾ ਮੋਟੇ ਮੋਟੇ ਰੂਲ ਆ ਜਿਹੜੇ ਆਪਣੇ ਉੱਥੇ ਵੀ ਹੈਗੇ ਆ ਫੋਲੋ ਤਾਂ ਕਰ ਲਈਦੇ ਆ, ਬਟ ਫਿਰ ਵੀ ਆਪਾਂ ਗਲਤੀਆਂ ਕਰੀਦੀਆਂ ਆ ਵੀ ਅੱਜ ਤਾਂ ਹੁਣ ਸਾਹਮਣੇ ਗੱਡੀ ਆ ਆਪਾਂ ਉਹ ਤੋਂ ਕਿੰਨੀ ਗੱਡੀ ਪਿੱਛੇ ਰੋਕਣੀ ਆ, ਉਹਦੇ ਆਪਾਂ ਨੂੰ ਟਾਇਰ ਦੱਸਣੇ ਚਾਹੀਦੇ ਆ ਨਾ, ਜਿੱਦਾਂ ਆਪਾਂ ਨੂੰ ਹੁਣ ਨਹੀਂ ਦੱਸਦੇ ਅਤੇ ਐਂ ਪਿੱਛੇ ਲਾਉਣੀ ਹੁੰਦੀ ਹੈ ਨਾ, ਅਤੇ ਆਪਾਂ ਇਹ ਚੀਜ਼ਾਂ ਨਹੀਂ ਮੰਨੀ ਦੀਆਂ, ਇੱਕ ਪੈਲਰ ਪਾਰਕਿੰਗ ਅਪ ਹਿੱਲ ਡਾਊਨ ਹਿੱਲ ਲਟਰਮ ਪਟਰਮ ਜੇ ਵੋ ਕਾਫੀ ਕੁਛ, ਦੋ ਤਿੰਨ ਚੀਜ਼ਾਂ ਜਿਹੀਆਂ ਫਾਰਮੂਲੇ ਜਿਹੇ ਲਾ ਕੇ, ਇੱਕ ਜਿਹੜੀ ਗੱਡੀ ਬੈਕ ਲਾਉਣੀ ਆ ਇਹਨਾਂ ਦੇ ਫਾਰਮੂਲੇ ਜਿਹੇ ਆ ਰੱਖੇ ਹੋਏ ਇਹਨਾਂ ਨੇ ਗੱਡੀ ਦੇ ਬਰਾਬਰ ਗੱਡੀ ਕਰਕੇ, ਵੀ ਕਿੱਦਾਂ ਬੈਕ ਉਹ ਇੱਦਾਂ ਪੂਰੀ ਬੱਟ ਦਿਉ, ਬਸ ਜੇ ਇਹਨਾਂ ਨੂੰ ਉਹ ਲਾ ਕੇ ਦਿਖਾ ਦਿਉ ਫਿਰ ਇਹਨਾਂ ਨੂੰ ਲੱਗਦਾ ਵੀ ਹਾਂ ਇਹ ਪੂਰੀ ਇਹਨਾਂ ਨੇ ਸਾਡੇ ਫਾਰਮੂਲੇ ਫੋਲੋ ਕੀਤੇ, ਨਾਲੇ ਬੰਦਾ ਪਾਸ ਆ, ਜੇ ਆਪਾਂ ਆਪਣੇ ਵਾਲੀ ਇਸ ਆਪਾਂ ਨੂੰ ਸਮਝਦੇ ਕੁਛ ਨਹੀਂ, ਸਮਝਦੇ ਵੀ ਇੰਡੀਆ ਮਤਲਬ ਵੀ 15-20 ਸਾਲ ਗੱਡੀ ਚਲਾਈ ਆ ਤਾਂ ਕੁਛ ਨਹੀਂ ਹੈਗੀ, ਸਾਡੇ ਇੱਥੇ ਗੱਡੀ ਤੁਹਾਨੂੰ ਸਾਡੇ ਤਰੀਕੇ ਨਾਲ ਚਲਾਉਣੀ ਪੈਣੀ ਹੈ, ਗੱਲ ਵੀ ਸਹੀ ਆ ਭਾਈ, ਪਹਿਲੇ ਇੰਚ ਜਾਣਾ ਸੀ ਹੁਣ ਭਾਜੀ ਜਿੱਧਰ ਲੈ ਗਏ ਤਾਂ ਲੈ ਗਏ ਭਾਜੀ, ਇੱਥੋਂ ਇੱਧਰ ਨੂੰ ਵੀ ਲਿਜਾ ਸਕਦੇ ਹੁਣੀ, ਪਰ ਪਿੱਛੇ ਭੀੜ ਇੰਨੀ ਸੀਗੀ ਬਾਬੇ ਸਕੂਲ, ਮੈਨੂੰ ਆਹ ਦੇਖੋ ਸਕੂਲ ਦੇਖੋ ਕਿੰਨਾ ਸੋਹਣਾ, ਮੈਨੂੰ ਇੱਕ ਇਹ ਸਕੂਲ ਦੇਖ ਕੇ ਇੰਡੀਆ ਦੇ ਸਕੂਲ ਯਾਦ ਆਉਂਦੇ ਆ, ਮਾਨਵ ਸਹਿਯੋਗ ਸਕੂਲ ਬੜਾ ਘੈਂਟ ਆ, ਇੱਥੇ ਮੈਂ ਸਕੂਲ ਦੇਖੇ ਬੜੇ ਛੋਟੇ ਛੋਟੇ ਹੁੰਦੇ ਆ, ਆਹ ਸਕੂਲ ਬੜਾ ਵੱਡਾ ਆ, ਹੁਣ ਅਸੀਂ ਬਸ ਕਿੱਥੇ ਟੈਨਸ਼ਨ 'ਚ ਘਰੇ ਜਾਣਾ ਸੀਗਾ, ਮੁੰਡੇ ਨੇ ਸੈਰ ਹੋਣਾ ਸੀਗਾ ਫਿਰ ਨਹੀਂ ਅਸੀਂ ਭੈਣ ਚੋ ਫਿਰ ਕਾਲਜ ਜੀ ਗੱਲ ਨਹੀਂ ਕੋਈ ਬਾਹਰ ਨਹੀਂ ਬਾਕੀ ਜਿਹੜਾ ਉਦਣ ਕਹਿਣ ਡਿਆ ਸੀਗਾ ਵੀ ਜੂੜੀ ਕਰਨ ਤੋਂ ਪਹਿਲਾਂ ਗੱਡੀ ਸਿੱਖੀ ਸੀ, ਉਹ ਸਾਲੇ ਨੇ ਤਾਂ ਆਪ ਪੱਗ ਬੰਨਣੀ ਵੀ ਸਾਈਕਲ ਜਾਂ ਗੱਡੀ 'ਚ ਬਹਿਣਾ ਨੀ, ਗੱਡੀ ਚਲਾਉਣੀ ਨੀ ਸਿੱਖਣੀ ਆਈ, ਗੱਡੀ ਚਲਾਉਣੀ ਨੀ ਆਈ ਉਹਨੂੰ, ਹਲੇ ਕਲੱਚ ਬ੍ਰੇਕ ਦਾ ਨੀ ਪਤਾ, ਟੈਸਟ ਦੇਣਾ ਉਹਨੇ ਪੇਪਰ, ਕਹਿੰਦੇ ਜੀ ਜੀ ਮਤਲਬ ਕਿ ਜਿਹੜਾ ਜਿੱਦਾਂ ਮੇਨ ਅਸੀਂ ਦੋ ਹੁੰਦੇ ਨਾ, ਇੱਕ ਚਲੋ ਨੌਲੇਜ ਟੈਸਟ ਹੋਣਾ ਤੇ ਉਸ ਤੋਂ ਬਾਅਦ ਹੋਣਾ ਆ ਜੀ 1 ਨਹੀਂ ਜੀ 2 ਜੀ 2 ਸੋਰੀ, ਪਹਿਲਾਂ ਜੀ 1 ਹੋਣਾ ਫਿਰ ਜੀ 2 ਤੇ ਫਿਰ ਹੋਣਾ ਜੀ ਜੀ 2 ਤੇ ਜਿਹੜਾ ਹੁੰਦਾ ਸ਼ਹਿਰ 'ਚ ਗੱਡੀ ਗੁੱਡੀ ਚਲਾਉਣ ਵਾਲਾ ਜੀ ਹੁੰਦਾ ਜਿਹੜਾ, ਬਸ ਤੁਸੀਂ ਹੁਣ ਪਰਫੈਕਟ ਆ ਜੀ ਚੱਕ ਦੋ ਫੱਟੇ, ਉਹਨੂੰ ਕੀ ਕਹਿੰਦੇ ਆ ਭਲਾ ਜੀ 4 ਗ੍ਰੈਜੂਏਟ ਜਾਂ ਗ੍ਰੈਜੂਏਟ ਹੋ ਗਏ, ਅਤੇ ਉੱਥੇ ਲਿਖਿਆ ਪੜਿਆ ਸੀ ਮੈਂ ਹੁਣ, ਪਰ ਉਹ ਐਮ 4 ਵੀ ਗ੍ਰੈਜੂਏਟ ਹੀ ਸੀਗਾ, ਅਤੇ ਉਹ ਧੂਤੇ ਦਾ ਪੇਪਰ ਉਹ ਆ, ਧੂਤੇ ਦਾ ਪੇਪਰ ਉਹ ਆ, ਸੱਚੀ ਸੋਹ ਲੱਗੇ ਝੂਠ ਨਹੀਂ ਬੋਲਣਾ, ਅਤੇ ਬਾਕੀ ਜਸ਼ਨ ਦੀ ਗੱਲ ਇੱਦਾਂ ਸੀਗੀ ਉਹ ਮੈਂ ਕਿਹਾ ਹੁਣ ਉਹਦਾ ਸਿੱਧਾ ਜੀ ਭਰਿਆ ਹੋਇਆ ਆ, ਅਤੇ ਹੁਣ ਉਹ ਦੇਖਦੇ ਉਹ ਜੀ ਵਿੱਚ ਕੀ ਕਰਦਾ ਮੇਨ, ਯਾਨੀ ਕਿ ਜਿਹੜਾ ਹਾਈਵੇ 'ਤੇ ਚਲਾਉਣ ਵਾਲਾ, ਜਿਹੜੇ ਬੰਦੇ ਨੇ ਆਪਣੇ ਪਿੰਡ ਤੋਂ ਕਦੀ ਆਪਣੇ ਨਾਨਕਾ ਤੱਕ ਗੱਡੀ ਨਹੀਂ ਚਲਾਈ, ਉਹ ਇੱਥੇ ਹਾਈਵੇ 'ਤੇ ਕਹਿੰਦਾ ਮੈਂ ਗੱਡੀ ਚਲਾਉਣੀ ਆ ਅਤੇ ਪਹਿਲੀ ਵਾਰੀ 'ਚ ਪਾਸ ਹੋਣਾ ਆ, ਅਤੇ ਜਦੋਂ ਉਹਦਾ ਟੈਸਟ ਬੁੱਕ ਕਰਾਇਆ ਨਾ, ਕਹਿੰਦਾ ਮੇਰੇ ਪੈਸੇ ਨਹੀਂ ਲੱਗੇ, ਮੈਨੂੰ ਕਹਿੰਦੇ ਤੇਰੇ ਪੈਸੇ ਲੱਗਣੇ ਨਹੀਂ, ਵੀ ਤੂੰ ਤਾਂ ਮੈਨੂੰ ਆ ਕੇ ਦੱਸਣ ਡਿਆ ਵੀ ਤੇਰਾ ਐਕਸੈਲ ਦਾ ਐਕਸਪੀਰੀਅੰਸ ਪੈ ਗਿਆ ਤਾਂ ਪੈਸੇ ਲੱਗਣੇ ਨਹੀਂ, ਮੈਂ ਨਾਲ ਲੈ ਕੇ ਗਿਆ ਅਤੇ ਮੇਰੇ 'ਤੇ ਪ੍ਰਭਾਵ, ਮੈਨੂੰ ਕਹਿੰਦਾ
ਭਾਜੀ ਉਹ ਮੈਨੂੰ ਕਹਿੰਦੇ ਤੇਰੇ ਪੈਸੇ ਤਾਂ ਲੱਗਣੇ ਨੀ, ਤੇਰੇ ਕੋਲ ਐਕਸਪੀਰੀਅੰਸ ਇੱਕ ਸਾਲ ਦਾ। ਉਹ ਮੈਂ ਕਿਹਾ ਯਾਰ ਦਸ ਸਾਲ ਹੀ ਸਾਡੀ ਬੇਇੱਜ਼ਤੀ ਕਰੀ ਜਾਣ ਡਿਆ, ਮੈਂ ਤੈਨੂੰ ਲੈ ਕੇ ਆਇਆ ਪੰਪ ਦੇ ਕੇ, ਤੂੰ ਮੈਨੂੰ ਹੀ ਆ ਕੇ ਮੇਰੇ ਫੀਲਿੰਗਾਂ ਲੈਣ ਡਿਆ ਹਨਾ। ਮੈਂ ਕਿਹਾ ਚੱਲ ਠੀਕ ਆ, ਮੈਂ ਕਿਹਾ ਮੇਰਾ ਐਕਸਪੀਰੀਅੰਸ ਦੇਖੀ ਦਾ ਕਿੰਨੇ ਚਿਰ ਦਾ ਬਾਅਦ ਚ ਮੇਰਾ। ਮੈਂ ਕਿਹਾ ਮੇਰੇ ਪੈਸੇ ਲੱਗੇ ਸੀ ਭਰਾ, ਤੇ ਉਹਨੇ ਸਾਰੇ ਕਾਲਜ ਚ ਰੌਲਾ ਪਾਤਾ ਵੀ ਮੇਰੇ ਪੈਸੇ ਨੀ ਲੱਗਣੇ। ਨਵ ਦੇ ਤਾਂ ਲੱਗ ਗਏ ਪੈਸੇ, ਮੁੜ ਕੇ ਨਵਨਾਂ ਨੂੰ ਡਬਲ ਲੱਗੇ ਉਹਦੇ ਪੈਸੇ। ਚਲੋ ਹੁਣ ਪੇਪਰ ਚੋਂ ਵੀ ਪਾਸ ਹੋ ਜਾਵੇ ਮੈਂ ਤਾਂ ਇਹੀ ਪ੍ਰੇ ਕਰਦਾ ਆ, ਪਰ ਉਹਨੇ ਹੋਣਾ ਨੀ ਇਹ ਵੀ ਮੈਨੂੰ ਪਤਾ ਆ। ਬਾਕੀ ਅਸੀਂ ਘਰੇ ਪਹੁੰਚ ਚੱਲੇ ਹਾਂ, ਬਾਕੀ ਗੱਲਾਂ ਬਾਤਾਂ ਕਰਦੇ ਹਾਂ ਫਿਰ। ਰਸਤੇ 'ਚ ਉਹਨਾਂ ਦੋਨਾਂ ਭੈਣ ਭਰਾਵਾਂ ਦੀ ਸਲਾਹ ਬਣਗੀ ਕੁਛ ਬਾਹਰੋਂ ਖਾਣ ਦੀ, ਤੇ ਹੁਣ ਅਸੀਂ ਇੱਥੋਂ ਕੁਛ ਖਾਣ ਵਾਸਤੇ ਲੈਣ ਨੂੰ ਰੁਕੇ ਹਾਂ ਇੱਥੇ ਇੱਕੋ ਇੱਕ ਇਕਲੌਤਾ ਜਿਹਾ ਰੈਸਟੋਰੈਂਟ ਜਿੱਥੇ ਤਾਜ਼ਾ ਤਾਜ਼ਾ ਆਂਟੀ ਫੂਡ ਬਣਾ ਕੇ ਖਿਲਾਉਂਦੇ ਆ। ਜੇ ਸਮੋਸਾ ਖਾਣਾ ਤਾਂ ਉਹਦੇ ਆਲੂ ਬੋਇਲ ਕੀਤੇ ਪਏ ਹੋਣੇ ਉਸੇ ਟਾਈਮ ਛਿੱਲ ਕੇ, ਅਤੇ ਉਸੇ ਟਾਈਮ ਮਿਕਸਚਰ ਤਿਆਰ ਕਰਕੇ। ਸੀਰੀਅਸ ਗੱਲ ਆ, ਮੈਂ ਬਣਦੇ ਦੇਖੇ ਪਿਛਲੀ ਵਾਰੀ ਜਿੱਦਣ ਮੈਂ ਤਾਜ਼ੇ ਐਨ ਆਲੂ ਉਸੇ ਟਾਈਮ ਮਤਲਬ ਕਿ ਉਬਲੇ ਹੋਏ ਕੱਢ ਕੇ ਬਣਾ ਕੇ, ਅਤੇ ਹੋਰ ਵੀ ਚੀਜ਼ਾਂ ਤਾਜ਼ੀਆਂ ਤਾਜ਼ੀਆਂ ਬਣਾ ਕੇ, ਬਸ ਇੱਕੋ ਹੀ ਆ। ਬਾਕੀ ਤਾਂ ਚਲੋ ਛੱਡੋ ਯਾਰ, ਬਾਰ ਬਾਰ ਇੱਕੋ ਹੀ ਗੱਲ ਦੱਸੀ ਜਾਣੀ ਹੈ ਨਹੀਂ ਯਾਰ, ਕੋਈ ਫੂਡ ਵਧੀਆ ਚੱਜ ਦੀ ਕੋਈ ਦੁਕਾਨ ਇੱਥੇ ਇੱਕ ਹੀ ਆ ਵੀ ਬਜਾਏ, ਉਹ ਵੀ ਟਾਈਮ ਨਾਲ ਬੰਦ ਕਰ ਦਿੰਦੇ, ਅਤੇ ਇੱਥੇ ਡਾਇਨਿੰਗ ਹੈ ਨਹੀਂ ਗੀ, ਅਤੇ ਖਾਣ ਵਾਸਤੇ ਲੈ ਕੇ ਤਾਂ ਬਾਹਰ ਜਾਣਾ ਪੈਂਦਾ। ਅਤੇ ਆਹ ਆਪਾਂ ਡਾਊਨ ਟਾਊਨ 'ਚ ਖੜ੍ਹੇ ਹਾਂ, ਬਸ ਡਾਊਨ ਟਾਊਨ ਹੀ ਆ ਇਹ, ਇੱਥੇ ਬੱਸ ਸਟੈਂਡ ਆ, ਆਹ ਆਹ ਬੈਲਵਿਲ ਦਾ ਬੱਸ ਸਟੈਂਡ ਆ, ਇੱਥੇ ਇੱਕ ਬੱਸਾਂ ਖੜ੍ਹੀਆਂ ਹੋਣੀਆਂ, ਅਤੇ ਇੱਥੇ ਗਲੀਆਂ ਜਿਹੀਆਂ ਵੜ ਕੇ ਇੱਧਰ ਡਾਊਨ ਟਾਊਨ ਆ, ਮਤਲਬ ਕਿ ਛੋਟਾ ਸ਼ਹਿਰ ਆ, ਵਧੀਆ ਆ। ਇੱਦਾਂ ਦੇ ਹੋਣੇ ਚਾਹੀਦੇ ਆ ਆਪਣੇ ਵੀ ਉੱਥੇ ਪਿੰਡ ਜੇ ਹੋਣ ਤਾਂ, ਇੱਕ ਤਰ੍ਹਾਂ ਦਾ ਪਿੰਡ ਆ ਕਿਉਂਕਿ ਜ਼ਿਆਦਾ ਇੰਡਸਟਰੀ ਆ ਇਸ ਕਰਕੇ ਜ਼ਿਆਦਾ ਫੈਲ ਗਿਆ ਇੰਡਸਟਰੀਆਂ ਕਰਕੇ, ਅਤੇ ਉਹ ਨਵ ਕੇ ਕੋਲਜ ਦੀ ਬਸ ਲੋਇਲਿਸਟ ਕੋਲਜ। ਬਾਕੀ ਚਲੋ ਕੁਛ ਖਾਣ ਨੂੰ ਲਿਆਉਂਦੇ ਆ ਤਾਂ ਫਿਰ ਆਪਾਂ ਦੇਖਦੇ ਹਾਂ। ਇਹ ਵੀਡੀਓ ਬਣਾਉਣ ਦਾ ਮੇਰਾ ਮੋਟਿਵ ਸਿਰਫ ਇੰਨਾ ਸੀਗਾ ਕਿ ਸਾਰੇ ਤੁਸੀਂ ਕਹਿੰਦੇ ਰਹਿੰਦੇ ਵੀ ਕੋਈ ਨਾ ਕੋਈ ਵੀਡੀਓ ਬਸ ਅਪਲੋਡ ਕਰ ਦਿਆ ਕਰੋ, ਅਤੇ ਇਸ ਕਰਕੇ ਮੈਂ ਸੋਚਿਆ ਵੀ ਜਿਹੜੀ ਵੀ 10-15 ਮਿੰਟ ਦੀ ਵੀਡੀਓ ਆ ਜਿੱਦਾਂ ਵੀ ਆ ਬਣਾ ਕੇ ਅਤੇ ਪਾ ਦਿਆ ਕਰੀਏ, ਬਸ ਜੋ ਵੀ ਆ ਠੀਕ ਆ। ਆਪਦੇ ਪਾਸ ਹੋਏ ਦੀ ਖੁਸ਼ੀ 'ਚ ਅਤੇ ਨਵ ਲੈ ਕੇ ਆਇਆ ਖਾਣ ਪੀਣ ਨੂੰ ਕੁਛ, ਅਤੇ ਆਹ ਸਪੋਂਦੇ ਹੋਇਆ ਇੱਕ ਮਿੰਟ, ਅਤੇ ਹੋਰ ਠੀਕ ਆ। ਬਾਹਰ ਚੱਲਿਆ ਸੀਗਾ ਮੈਂ, ਤੇ ਆਹ ਆਪਣਾ ਪੁੱਤ ਰੋਕ ਆ, ਰੋਕ ਮੈਨੂੰ ਰੁਮਾਲ ਫੜਾਉਣ ਵਾਸਤੇ ਰੋਕ ਨੇ ਰੋਕਿਆ ਸੀਗਾ। ਇਹ ਰੋਕ ਆ ਆਪਣੇ ਇੱਥੇ ਪਿੰਡ, ਤੁਸੀਂ ਦੇਖਿਆ ਨਾ ਟੋਪੂ ਬੈਠਾ ਹੁੰਦਾ ਉੱਥੇ ਆਪਣੇ ਬਾਹਰ ਜਿਹੜਾ ਗੈਸਟ ਰੂਮ ਜਿਹਦੇ ਵਿੱਚ, ਇਹ ਉਹਦਾ ਬੇਟਾ ਆ, ਮਤਲਬ ਉਹਨੇ ਅਡੋਪਟ ਕੀਤਾ ਹੋਇਆ ਉਹਨੂੰ, ਰੋਕ ਨੂੰ ਰੋਕ 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 ਵੀ ਪਿੰਡੋਂ ਆਇਆ ਹੋਇਆ ਉੱਥੋਂ ਹੀ, ਅਤੇ ਬੜਾ ਮਤਲਬ ਕਿ ਵਧੀਆ ਬੱਚਾ ਆ, ਇਹ ਬੜਾ ਕਿਊਟ ਜਿਹਾ ਬੱਚਾ ਆ, ਬੜਾ ਵਧੀਆ ਬੱਚਾ ਆ, ਆਹ ਵੀ ਵਧੀਆ ਬੱਚਾ ਹੁਣ ਇੱਥੇ ਗਣੀਤ ਨੂੰ ਮੇਰੀ ਬੇਟੋ ਵਧੀਆ ਵਧੀਆ ਵੀਡੀਓ ਲੈਣਾ ਤੁਸੀਂ ਇਹ, ਹਾਂ ਇੱਦੀ ਰਹਿੰਦਾ ਸੀ। ਮੈਂ ਕਿਹਾ ਤੇਰੀ ਵਰਗੀ ਉਹੀ ਨਹੀਂ ਹੈਗਾ ਕੋਈ ਦੂਜਾ ਖੂਬਸੂਰਤੀ, ਇੱਥੇ ਝੂਮਰ ਦੇ ਵਿੱਚ ਆਉਣਾ ਚਾਹੀਦਾ ਪੂਰਾ, ਝੂਮਰ ਦੇ ਪੈਸੇ ਲੱਗੇ ਆ ਤੇ ਪਿੱਛੇ ਮੈਂ ਘਰ ਲੈ ਲਿਆ, ਝੂਮਰ ਤਾਂ ਆਉਣਾ ਚਾਹੀਦਾ ਉਹ ਭਰਾਵਾ, ਅੱਜ ਘਰ ਰੈਂਟ ਤੇ ਦੇਖਣ ਵਾਸਤੇ ਆ, ਸਾਡੇ ਨੇ ਝੂਮਰ ਦੇਖਿਆ, ਉਦੋਂ ਬਾਅਦ ਲੈਟ ਗਈ ਜਰਾ ਕਰੀ, ਫੇਰ ਵੀਡੀਓ ਕਾਲ ਕਰਕੇ ਮੈਨੂੰ ਕਹਿੰਦਾ ਭਾਜੀ ਆ ਜਾਓ ਛੇਤੀ, ਝੂਮਰ ਵਾਲਾ ਘਰ ਲੈ ਲਿਆ, ਸਾਡੇ ਨੇ ਲਾਈਟਾਂ ਦੇਖੀਆਂ ਤੇ ਘਰ ਲੈ ਲਿਆ। ਬਾਕੀ ਚਲੋ ਵਧੀਆ, ਓਦਾਂ ਆਪਾਂ ਹਾਊਸ ਟੂਰ ਵੀ ਕਿਸੇ ਦਿਨ ਕਰਾਵਾਂਗੇ, ਓਕੇ ਰਿਪੋਰਟ ਆ ਜਾ ਕੇ ਆ ਗਿਆ, ਨਵੇਂ ਨਵੇਂ ਕੱਪੜੇ ਮੰਗਾਏ ਇੰਡੀਆ ਤੋਂ, ਇੱਕ ਜੈਕਟ ਮੈਂ ਮੰਗੀ, ਥੋੜਾ ਰੋ ਹੀ ਪਿਆ ਮੈਨੂੰ ਜੈਕਟ ਨਹੀਂ ਦਿੱਤੀ, ਉਹ ਆਉਂਦੀ ਵੀ ਨਹੀਂ ਸੀ ਇਹਦੇ,
ਤੇ ਓਦਾਂ ਬਸ ਭਾਜੀ ਲਵ ਯੂ ਲਵ ਯੂ ਜੈਕਟ ਨਹੀਂ ਦਿੱਤੀ ਦੇਖ ਲਿਆ ਇਹਨੇ ਤੁਹਾਨੂੰ ਵਿਊਅਰਸ ਤੁਹਾਨੂੰ ਪਤਾ ਹੀ ਹੋਣਾ ਵੀ ਮੈਂ ਕਿੰਨਾ ਹੀ ਕਿਹਾ ਹੋਏਗਾ ਤਾਂ ਜੀ ਮੈਨੂੰ ਮੈਂ ਸੱਚੀ ਕਹਿੰਦਾ ਨੇ ਇੱਦਾਂ ਹੀ ਕਿਹਾ ਸੀ ਸੋਹਣ ਲੱਗੇ ਸੱਚ ਕਹਿ ਰਿਹਾ ਮੈਂ ਤੇ ਆਹ ਗੱਡੀ ਸਾਇਲੈਂਟ ਦੇਖੋ ਕਿੰਨੀ ਸੋਹਣੀ ਲੱਗਣ ਡਈ ਆ ਅੱਛਾ ਜੀ ਮੈਂ ਪਤਾ ਕੀਤਾ ਵੀ ਜੇ ਲਾਇਸੈਂਸ ਬਣ ਕੇ ਤੇ ਗੱਡੀ ਲਿਆਵਾਂਗੇ ਬਾਕੀ ਹੋਪ ਬਾਬਾ ਮਿਹਰ ਰੱਖੇ 2-3 ਮਹੀਨਿਆਂ ਦੇ ਵਿੱਚ ਉਹ ਸਾਲਿਆ ਇੰਨਾ ਲੰਮਾ ਕਹਿੰਦੇ 2-3 ਹਫ਼ਤੇ ਗਏ ਦੋ ਤਿੰਨ ਹਫ਼ਤੇ ਗਏ ਚਲੋ ਜੇ ਤੇ ਮੈਂ ਲੈਣੀ ਹੋਈ ਕੈਸ਼ ਤੇ ਫਿਰ ਤੇ 2-3 ਹਫ਼ਤਿਆਂ ਦੇ ਵਿੱਚ ਮੈਂ ਲੈ ਆਊਂਗਾ ਤੇ ਜੇ ਲੈਣੀ ਹੋਈ ਮੈਂ ਨਵੀਂ ਫਿਰ ਥੋੜ੍ਹਾ ਟਾਈਮ ਰੁਕ ਕੇ ਫਿਰ ਸੋਹਣੀ ਜਿਹੀ ਲੈ ਕੇ ਆਉਂਦੇ ਹਾਂ ਗੱਡੀ ਕੋਈ ਕਿਉਂਕਿ ਉਹੀ ਮੈਨੂੰ ਮਾੜਾ ਮੋਟਾ ਚਾਅ ਹੁੰਦਾ ਉਹੀ ਦੇ ਇੱਕ ਦਿਲ ਲੱਗੇਗਾ ਉਹਦੇ ਨਾਲ ਇੱਕ ਆ ਖੜੀ ਆ ਇੱਕ ਨਾਲ ਲਿਆ ਕੇ ਹੋਰ ਖੜਾਉਣੀ ਆ ਬਸ ਇੰਨੀ ਕੁ ਹਿੰਡ ਜੀ ਆ ਬਸ ਯਾਰ ਇੱਕ ਗੱਲ ਕਰਨੀ ਸੀ ਜ਼ਰੂਰੀ ਆਪਣਾ ਇਹ ਘਰ ਆ ਅਤੇ ਸਾਡੇ ਘਰ ਦੇ ਮੂਹਰੇ ਉਹ ਸ਼ੈਲਟਰ ਬਣਾ ਦਿੱਤਾ ਗਿਆ ਆ ਹੋਮਲੈਸ ਜਿਹੜੇ ਲੋਕ ਆ ਉਹਨਾਂ ਵਾਸਤੇ ਵੀ ਨਿੱਘੇ ਰਹਿਣਗੇ ਉਹ ਖੜੇ ਸਾਰੀ ਰਾਤ ਬਾਹਰ ਹੀ ਰਹਿੰਦੇ ਆ ਉਹ ਠੀਕ ਹੈ ਅੰਦਰ ਵੜਦੇ ਨਹੀਂ ਹੈਗੇ ਆਪਾਂ ਨੂੰ ਉਹਨਾਂ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਨੇ ਪਰ ਕੰਪਲੇਂਟ ਕੀਤੀ ਹੋਰ ਗੁਆਂਢੀ ਨੇ ਸਾਨੂੰ ਤੰਗ ਕਰਦੇ ਉਹ ਸਾਡੇ ਘਰੇ ਵੀ ਪੁੱਛ ਕੇ ਗਿਆ ਸੀ ਕਿ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਬਟ ਉਹ ਸਾਡੇ ਕੱਲ੍ਹ ਮੈਂ ਪਰਸੋਂ ਦੇਖਿਆ ਇੱਥੇ ਜੋਂਬੀ ਬਣ ਕੇ ਖੜੇ ਆ ਕਿੱਥੇ ਖੜਾ ਕੁੱਬਾ ਹੋ ਕੇ ਕਿੱਥੇ ਖੜਾ ਅਤੇ ਮੈਂ ਸੋਚਿਆ ਰਾਤ ਦੇ 2:30 ਸੀ ਮੈਂ ਕਿਹਾ ਇਹ ਸਾਲਿਆਂ ਨੂੰ ਇੱਦਾਂ ਤਾਂ ਆ ਨਹੀਂ ਹੋਣਾ ਉਹ ਦੂਜਾ ਪਿਆ ਆਇਆ ਅੰਦਰ ਇੱਕ ਸ਼ੂਟ ਵਾਸਤੇ ਨਾ ਇੱਕ ਉਹ ਲਿਆ ਸੀਗਾ ਵੇਪ ਜਿਹਾ ਅਤੇ ਉਹ ਲੈ ਕੇ ਆਇਆ ਮੈਂ ਇੱਥੇ ਦਰਵਾਜ਼ੇ 'ਚ ਖੜ ਗਿਆ ਮੈਂ ਕਿਹਾ ਮੈਨੂੰ ਸੱਚੀ ਡਰ ਦਾ ਆਇਆ ਮੈਂ ਕਿਹਾ ਵੀ ਸਾਲੇ ਹੋਰ ਸਮਝਣਗੇ ਕਿਤੇ ਪਤਾ ਨਹੀਂ ਕੌਣ ਆ ਮੈਂ ਡਰਗੀ ਬਣ ਕੇ ਪੂਰਾ ਖੜਾ ਰਿਹਾ ਇੱਥੇ ਦੇਖੀ ਗਿਆ ਉਹ ਕੋ ਬੰਦੇ ਕੋਲ ਨਾ ਅੱਧਾ ਘੰਟਾ ਮੈਂ ਦੇਖੀ ਗਿਆ ਉਹਨੂੰ ਇੱਦਾਂ ਉੱਪਰ ਵੀ ਖਿਆਲ ਕੇ ਮੈਂ ਵਾਰੀ ਵਾਰੀ ਦੇਖੀ ਉਹ ਲਾਈਟਰ ਇੱਦਾਂ ਬਾਲਿਆ ਕਰੇ ਲਾਈਟਰ ਜਗਾ ਕੇ ਬਸ ਉੱਥੇ ਹੀ ਹੈਂਗ ਹੋ ਗਿਆ ਬਸ ਉਹ ਬੜਾ ਖਤਰਨਾਕ ਨਸ਼ਾ ਬਾਬਾ ਜੀ ਇਹ ਬਾਕੀ ਮੇਰੇ ਵੱਲ ਫੋਨ ਫੜੀ ਯਾਰ ਓਏ ਹੋਏ 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 ਕਿਆ ਬਾਤ ਹੈ ਭਾਜੀ ਗੱਲਬਾਤ ਭਾਜੀ ਪੂਰੀ ਪਹਿਲਾਂ ਤੱਕ ਸਾਰਾ ਅਸਲੀ ਉਹਨਾਂ ਨੇ ਉਹ ਗੱਭਰੂ ਕੋਈ ਬ੍ਰਾਂਡ ਨਕਲੀ ਕਿਉਂਕਿ ਆਪਾਂ ਹਲਕੇ ਬ੍ਰਾਂਡ ਪਾਈਦੇ ਆ ਅਸਲੀ ਨਕਲੀ ਦਾ ਕੋਈ ਚੱਕਰ ਨਹੀਂ ਹੁੰਦਾ ਬਾਕੀ ਮੈਂ ਗੱਲ ਇਹ ਕਰਨੀ ਸੀਗੀ ਬਾਬਾ ਜੀ ਕਿ ਆਇਆ ਚੱਲ ਕਿੱਦਾਂ ਮੈਨੂੰ ਸੂਟ ਕੀਤਾ ਬਹੁਤ ਸੋਹਣਾ ਆਇਆ ਭਾਜੀ ਹੋਰ ਕੀ ਗੱਲ ਕਰਨੀ ਸੀ ਹਾਂ ਮੈਂ ਗੱਲ ਇਹ ਕਰਨੀ ਸੀਗੀ ਕਿ ਤੁਸੀਂ ਦੇਖ ਲਓ ਕੋਟੀ ਐਵੇਂ ਤੋਂ ਇਹ ਪਾ ਕੇ ਚੱਲਾਂ ਮੈਂ ਬਾਹਰ ਅਤੇ ਇਹਦੇ ਥੱਲੇ ਉਹਦੀ ਮੈਂ ਟੀ ਸ਼ਰਟ ਜਿਹੜੀ ਮੈਂ ਪਿੰਡੋਂ ਲਿਆਇਆ ਸੀ ਸ਼ਰਟ ਉਹ ਟੀ ਸ਼ਰਟ ਆ ਮੇਰੀ ਠੀਕ ਆ ਅਤੇ ਜੈਕਟ ਨਹੀਂ ਦਿੱਤੀ ਇਹਨੇ ਬਾਕੀ ਗੱਲਬਾਤ ਕਰਦੇ ਹਾਂ ਸੀਗਾ ਕਿੱਧਰ ਥੱਲੇ ਪਾ ਲੈਣ ਨਵਜੋਤ ਸਿੰਘ ਬੈਠੇ ਸੀਗੇ ਇੱਧਰ ਵੀ ਭਾਜੀ ਬੈਠੇ ਸੀ ਯਾਰ ਐਨਾ ਕਰੇ ਕਰੋ ਯਾਰ ਗੱਡੀ ਨੇ ਮੇਰੀ ਇੱਜ਼ਤ ਦੇਖ ਕਰਨੀ ਨੂੰ ਪਤਾ ਉਹ ਇਤਰਾ ਮਾਲਕ ਆ ਗਿਆ ਆ ਦੇਖੋ ਇੱਜ਼ਤ ਕਰੂਗੀ ਪਰ ਮਾਲਕ ਚਾਬੀ ਰੱਖੂਗਾ ਫਿਰ ਇੱਜ਼ਤ ਕਰੂਗੀ ਮਾਲਕ ਆ ਗਿਆ ਮਾਲਕ ਆ ਜਾ ਆ ਜਾ ਆ ਜਾ ਭਾਜੀ ਵੇ ਬੈਣ ਤੋਂ ਬਾਅਦ ਜ਼ਿਆਦਾ ਵਧੀਆ ਦੇਖੇ ਬੜੀ ਹੱਤ ਕਰਾਉਂਦੇ ਆ ਆਹ ਵਾਲਾ ਫੀਚਰ ਜਿਹਾ ਦਿਖਾ ਕੇ ਉਹ ਭਰਾਵਾ ਇੰਡੀਆ ਵੀ ਗੱਡੀਆਂ 'ਚ ਹੈਗਾ ਈਜ਼ੀ ਐਗਜ਼ਿਟ ਐਡੀ ਵੀ ਕੋਈ ਵੱਡੀ ਗੱਲ ਨਹੀਂ ਗੀ ਜਿਹੜੇ ਜਿਹੜੇ ਮੇਰੇ ਵੀਰ ਭਰਾ ਇੱਦਾਂ ਦੀ ਵੀਡੀਓ ਪਾ ਕੇ ਦੂਜਿਆਂ ਨੂੰ ਦਿਖਾਉਂਦੇ ਪਤਾ ਨਹੀਂ ਕੀ ਵੱਖਰਾ ਹੈ ਇੱਦਾਂ ਦਾ ਕੁਛ ਨਹੀਂ ਵੱਖਰਾ ਹੈਗਾ ਹੁਣ ਲਾਈਟ ਬਹੁਤ ਅੱਖਾਂ 'ਚ ਪੈ ਰਹੀ ਆ ਤੰਗ ਕਰ ਰਹੀ ਆ ਮੈਨੂੰ ਅਤੇ ਮੈਂ ਬੰਦ ਕਰਾਉਣ ਲੱਗਾ ਇਹਨੂੰ ਲਾਈਟ ਨੂੰ ਅਸੀਂ ਕਿਸੇ ਪਾਸੇ ਜਾਂਦੇ ਹਾਂ ਕਿਤੇ ਨਾ ਕਿਤੇ ਜਾਵਾਂਗੇ ਅਤੇ ਜੋ ਵੀ ਕੁਛ ਹੋਇਆ ਤਾਂ ਦੇਖ ਆਉਂਦੇ ਹਾਂ ਕਿਉਂਕਿ ਮੈਂ ਸੋਚਿਆ ਵੀ ਹੁਣ ਨਾ ਮਤਲਬ ਕਿ ਕੁਛ ਹੈਗਾ ਨਹੀਂ ਨਾ ਨਹੀਂ ਹੈਗਾ ਮਤਲਬ ਕਿ ਵੀਡੀਓ ਪਾਇਆ ਕਰਨੀ ਆ ਰੈਗੂਲਰ ਠੀਕ ਆ ਅਤੇ ਇਸ ਕਰਕੇ ਮੈਂ ਸੋਚਿਆ ਵੀ 15 ਮਿੰਟ ਦੀ ਹੋਵੇ 20 ਮਿੰਟ ਦੀ ਹੋਵੇ ਵੀਡੀਓ ਪਾਇਆ ਕਰਨੀ ਰੈਗੂਲਰ ਰਹਿਣਾ ਤੁਹਾਡੇ ਨਾਲ ਕਿਉਂਕਿ ਯਾਰ ਮੈਂ ਜੇ ਵੀਡੀਓ ਨਹੀਂ ਵੀ ਪਾਉਣਾ ਤਾਂ ਵੀ ਵਿਊ ਆ ਜਾਂਦੇ ਜਿੱਦਾਂ ਜਦੋਂ ਕਿੰਨੇ ਦਿਨਾਂ ਬਾਅਦ ਮਹੀਨੇ ਬਾਅਦ ਵੀਡੀਓ ਪਾਉਣਾ ਨਾ ਆਪਾਂ ਵੀਡੀਓ ਪਾਇਆ ਕਰਨੀ ਰੈਗੂਲਰ ਰੈਗੂਲਰ ਰਿਹਾ ਕਰਨਾ ਉਹਦੇ ਨਾਲ ਕੀ ਮਤਲਬ ਕਿ ਯਾਨੀ ਕਿ ਜੇ ਕੋਈ ਕੰਮ ਕਰਨਾ ਯਾਰ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਵੀ ਮਤਲਬ ਕਿ ਉਸੇ ਕੰਮ 'ਚ ਮੁੜ ਕੇ ਧਿਆਨ ਦੇਣਾ ਚਾਹੀਦਾ ਪਰ ਆਪਾਂ ਧਿਆਨ ਨਹੀਂ ਦਿੰਦੇ ਹੈਗੇ ਉਸ ਕੰਮ 'ਚ ਜਿੱਦਾਂ ਟਾਈਮ ਪਾਸ ਕਰਦਾ ਰਹਿੰਦਾ ਮੈਂ ਕਦੀ ਵੀਡੀਓ ਪਾਤੀ ਪਰ ਹੁਣ ਇੱਦਾਂ ਨਹੀਂ ਕਰਨਾ ਜਿੱਦਾਂ ਵੀਡੀਓ ਜਦੋਂ ਬਣ ਜਾਂਦੀ ਨਾ ਮੁੜ ਕੇ ਐਡਿਟ ਕਰਕੇ ਅਪਲੋਡ ਕਰਨ ਦਾ ਬੜਾ ਘੋਲ ਹੈ ਕਿਉਂਕਿ ਜਦੋਂ ਮੈਂ ਵੀਡੀਓ ਬਣਾਉਣਾ ਉਹ 'ਚ ਮੈਨੂੰ ਹੀ ਪਤਾ ਆ ਕਿੱਥੇ ਗਲਤ ਲੈਂਗੁਏਜ ਯੂਜ਼ ਕੀਤੀ ਕਿੱਥੇ ਕੱਟ ਲਾ ਕੇ ਨਾ ਐਡਿਟ ਕਰਨੀ ਕਿਸੇ ਨੂੰ ਭੇਜ ਕੇ ਕਿਸੇ ਤੋਂ ਵੀ ਨਹੀਂ ਕਰਾ ਸਕਦੇ ਬੜੇ ਸਿਆਪੇ ਆ ਅਤੇ ਇਸ ਕਰਕੇ ਪਰ ਅੱਜ ਮੈਂ ਸੋਚਿਆ ਅੱਜ ਵੀਡੀਓ ਬਣਾ ਕੇ ਅੱਜ ਹੀ ਪਾਉਣੀ ਆ ਜਦੋਂ ਥੰਬਨੇਲ ਲਾਉਣਾ ਇੱਥੇ ਵੱਡਾ ਨਵ ਨੇ ਬਣਾਇਆ ਵੱਡਾ
ਨਵ ਨੇ ਬਣਾਇਆ ਇੱਕੋ ਵਾਰੀ ਵੱਡਾ ਲਾਇਸੈਂਸ, ਇੱਕੋ ਵਾਰੀ ਜਾਂ ਲਿਖ ਦਿੰਦੇ ਹਾਂ ਜਸ਼ਨ ਨੇ ਬਣਾਇਆ ਵੱਡਾ ਲਾਇਸੈਂਸ ਆ। ਦੇਖੋ ਹੋਮਲੈਸ ਹੋਣ ਲੱਗ ਪਿਆ, ਬਸ ਤੂੰ ਮੇਰੇ ਮੂੰਹ 'ਤੇ ਰੱਖੀ ਬਸ। ਬਾਬਾ ਇਹ ਤਾਂ ਬੜਾ ਭੈਣ ਮੋਹਰੇ ਵਾਲਾ ਅੰਕਲ ਬੜਾ ਔਖਾ ਸੀਗਾ, ਸਿਰ ਲਾਉਣ ਲੱਗੇ ਵੀ ਉਹਨੂੰ ਟਾਈਮ ਲੱਗਾ। ਅਤੇ ਉਹ ਬਈ ਆਹ ਦੇਖੋ ਆਉਣ ਲੱਗ ਪਏ 8 to 8:15 ਹੋਏ ਆ, 8 ਤੋਂ ਸਵੇਰ ਦੇ 8 ਤੱਕ ਇਹਨਾਂ ਨੂੰ ਨੈਗ ਮਿਲਦਾ ਹੋਮਲੈਸ। ਤੁਹਾਨੂੰ ਕਿਸੇ ਦਿਨ ਦਿਖਾਵਾਂਗੇ ਇੱਥੇ ਹੋਮਲੈਸ, ਆਪਣੇ ਲੋਕ ਤਾਂ ਕੈਨੇਡਾ ਨੂੰ ਤੁਰੀ ਜਾਂਦੇ ਆ, ਠੀਕ ਆ, ਬਟ ਇਹਨਾਂ ਵਾਲੇ ਇਹਨਾਂ ਵਿਚਾਰਿਆਂ ਵੱਲ ਦੇਖ ਕੇ ਬੜਾ ਤਰਸ ਹੁੰਦਾ। ਜਿਹਨਾਂ ਦੀ ਦੇਸ਼ ਹੈਗਾ, ਜਿਹਨਾਂ ਦੀ ਕੰਟਰੀ, ਉਹਨਾਂ ਬਾਰੇ ਆਪਣੇ ਲੋਕ ਵਿਚਾਰ ਇਹ ਰੱਖਦੇ ਆ ਕਿ ਅਖੇ ਇਹਨਾਂ ਨੂੰ ਤਾਂ ਸਹੂਲਤਾਂ ਬੜੀਆਂ, ਸਰਕਾਰ ਪੈਸੇ ਦਿੰਦੀ, ਫਿਰ ਵੀ ਤੂੰ ਭੁੱਖੇ ਤੁਰੇ ਫਿਰਦੇ ਆ। ਭਰਾਵਾ ਇੱਕ ਡਾਕੂਮੈਂਟਰੀ ਜੀ ਮੈਂ ਦੇਖੀ ਸੀ, ਖਰੇ ਅੱਗੇ ਵੀ ਮੈਂ ਦੱਸਿਆ ਵੀਡੀਓ ਵਿੱਚ, ਅਮੈਰੀਕਾ ਦੀ ਡਾਕੂਮੈਂਟਰੀ ਇੱਕ ਤੁਸੀਂ ਵੀ ਦੇਖਿਓ, ਹੋਮਲੈਸ ਬਾਰੇ ਬਣਾਈ ਹੋਈ ਵੀ ਹੋਮਲੈਸ ਲੋਕ ਕਿੱਦਾਂ ਹੋਏ। ਜਦੋਂ ਆਹ ਪੈਂਡਮਿਕ ਜਿਹਾ ਆਇਆ ਸੀਗਾ, ਕੋਵਿਡ ਜਦੋਂ ਆਇਆ, ਉਹਦੇ ਵਿੱਚ ਜਿਹੜੇ ਸੋਫਟਵੇਅਰ ਇੰਜੀਨੀਅਰ ਵੱਡੇ ਵੱਡੇ ਲੋਕ ਜਿਹੜੇ ਸੀਗੇ ਉਹ ਸੜਕਾਂ 'ਤੇ ਆ ਗਏ। ਇੱਕ ਅੰਕਲ ਮੈਂ ਦੇਖਿਆ ਸੀਗਾ ਯਾਰ, ਉਹਦੇ ਵੱਲ ਦੇਖ ਮੈਨੂੰ ਬੜਾ ਤਰਸ ਜਿਹਾ ਆਇਆ, ਪਤਾ ਨਹੀਂ ਕਿੰਨੇ ਸਾਲ, 25 ਸਾਲ ਕਿ 35 ਸਾਲ, ਕਹਿੰਦਾ ਮੈਂ ਇਹ ਜੋਬ ਕੀਤੀ, ਇੱਕਦਮ ਹੀ ਕਹਿੰਦਾ ਉਹ ਵਾਇਰਲ ਉਹ ਆਇਆ ਕੋਵਿਡ, ਕਹਿੰਦਾ ਇੱਕ ਖਿੱਚ ਰੁੱਟੀ ਘਰੋਂ ਬਾਹਰ। ਅਤੇ ਇੱਕ ਸ਼ਹਿਰ ਵੀ ਅਮੈਰੀਕਾ ਜਿੱਦਾਂ ਦਾ ਨਾ ਜਿੱਥੇ ਕਿਰਾਇਆ ਨਹੀਂ ਦਿੱਤਾ, ਅਤੇ ਮਾਲਕ ਨੂੰ ਅਧਿਕਾਰ ਆ ਵੀ ਬੰਦੇ ਨੂੰ ਉਸੇ ਦਿਨ ਘਰੋਂ ਬਾਹਰ ਕੱਢ ਸਕਦੇ, ਇੱਕ ਦਿਨ ਵੀ ਜੇ ਲੇਟ ਹੋ ਗਿਆ ਤਾਂ। ਅਤੇ ਉਹ ਕਹਿੰਦਾ ਵੀ ਇੰਨੇ ਸਾਲਾਂ ਦਾ ਕਹਿੰਦਾ ਵਿਹਾਰ ਸੀਗਾ ਸਾਰਾ ਖਤਮ, ਅਤੇ ਮੈਨੂੰ ਘਰੋਂ ਬਾਹਰ ਆਉਣਾ ਪਿਆ, ਅਤੇ ਫੈਮਲੀ ਮੁੜ ਕੇ ਛੱਡ ਕੇ ਜਾਣਾ ਹੀ ਸੀਗਾ। ਅਤੇ ਉਹ ਅੰਕਲ ਗੱਡੀ 'ਚ ਸੌਂਦਾ, ਉੱਥੇ ਇੱਕ ਬਣਿਆ ਹੋਇਆ ਆ ਕਿੱਡਾ ਜਿੱਦਾਂ ਪਲਾਜ਼ਾ ਜਿਹਾ ਆ, ਉੱਥੇ ਬਾਹਰੋਂ ਲੋਕ ਲੱਗ ਜਾਂਦਾ ਜਿੱਦਾਂ ਸ਼ਰਟ ਲਾ ਦਿੰਦੇ ਲੋਕ, ਉਹ ਗੱਡੀਆਂ 'ਚ ਸੌਂਦੇ। ਉੱਥੇ ਇੱਕ ਆਂਟੀ ਸੀ, ਅੰਕਲ ਕਿੰਨੇ ਮਤਲਬ ਕਿ ਲੋਕ, ਅਤੇ ਉਹ ਜਾ ਕੇ ਨਾ ਇਹ ਪੀਜ਼ਾ ਸਟੋਰਾਂ 'ਤੇ ਜਾ ਕੇ ਜਿਹੜਾ ਪੀਜ਼ਾ ਡਿਸਪਲੇ 'ਤੇ ਲੱਗਾ ਹੁੰਦਾ ਉਹ ਪੀਜ਼ਾ ਲੈ ਕੇ ਆਉਂਦਾ, ਅਤੇ ਉਹ ਲਿਆ ਕੇ ਲੋਕਾਂ ਨੂੰ ਖਿਲਾਉਂਦਾ। ਮਤਲਬ ਡਿਸਪਲੇ ਦੇ ਵਿੱਚ ਜਿਹੜੇ ਹੋਣ ਵਾਲੇ ਹੁੰਦੇ ਆ ਆਊਟਡੇਟਡ, ਜਿਹੜੇ ਹਫ਼ਤਾ ਹਫ਼ਤਾ ਪਏ ਰਹਿੰਦੇ ਪੀਜ਼ੇ ਬਾਹਰ ਦੇਖਣ ਵਾਸਤੇ, ਲੈ ਉਹ ਵਾਲਾ ਲਿਆ ਕੇ ਅਤੇ ਖਾਂਦਣ ਵਾਲੇ ਲੋਕਾਂ ਨੂੰ ਖਿਲਾਉਂਦਾ। ਉਸ ਬੰਦੇ ਵੱਲ ਦੇਖ ਕੇ ਮੈਨੂੰ ਪਤਾ ਲੱਗਾ ਸੀ ਵੀ ਇਹ ਸਾਰੇ ਹੋਮਲੈਸ ਜਿਹੜੇ ਆ ਇਹ ਦੂਜੇ ਨਹੀਂ ਹੁੰਦੇ ਹੈਗੇ, ਨਸ਼ੇੜੀ ਨਹੀਂ ਹੁੰਦੇ ਹੈਗੇ, ਇਹ ਮਜਬੂਰੀ ਹੈ ਇੱਥੇ ਯਾਰ। ਜੇ ਚੱਕਰੇ ਥੋੜ੍ਹੀ ਦੇਖਣਾ, ਜਿੱਦਾਂ ਆਪਣੇ ਇੰਡੀਆ ਹੈਗਾ ਆਪਾਂ ਕਹਿ ਜਿਹਦਾ ਕਰਜ਼ਾ ਆ, ਉੱਥੇ ਤਾਂ ਆਪਣੀ ਜੇ ਕਿਸ਼ਤ ਆਪਾਂ ਦਿੰਦੇ ਪਏ ਹਾਂ, ਚੱਲ ਕੋਈ ਵਿਹਾਰ ਵਿਹੂਰ ਬਣਿਆ ਹੋਇਆ ਬੈਂਕ ਨਾਲ, ਹੈ ਨਾ। ਇੱਥੇ ਇੱਦਾਂ ਦਾ ਕੋਈ ਸੀਨ ਸਟੋਰੀ ਨਹੀਂ ਯਾਰ, ਕਿਸੇ ਦੀ ਕਿਸ਼ਤ ਟੁੱਟੀ ਅਤੇ ਬਸ ਫਿਰ ਉਹਦਾ ਚੱਕਰ ਹੀ ਪੈਣਾ ਉਹ ਵਿਚਾਰੇ। ਅਮੈਰੀਕਾ 'ਚ ਜਿਹੜੇ ਸ਼ਹਿਰ ਦੀ ਉਹ ਗੱਲ ਕਰਦੇ ਉਹ ਤਾਂ ਕੋਈ ਜ਼ਿਆਦਾ ਹੀ ਰੂਲ ਖਤਰਨਾਕ ਸੀ, ਮੈਨੂੰ ਸ਼ਹਿਰ ਦਾ ਨਾਂ ਨਹੀਂ ਪਤਾ, ਕਦੇ ਉਹ ਸੁਣਿਆ ਸੁਣਿਆ ਵੀ ਨਹੀਂ ਹੈਗਾ। ਆਪਾਂ ਮੈਂ ਡਾਕੂਮੈਂਟਰੀ ਤਾਂ ਬੜੀ ਗੱਲ ਲਿੰਕ ਪਾ ਦੂੰਗਾ ਇੱਥੇ ਡਿਸਕ੍ਰਿਪਸ਼ਨ 'ਚ, ਤੁਸੀਂ ਉਹ ਦੇਖਿਓ ਜ਼ਰੂਰ। ਅਤੇ ਜਿਹੜੇ ਲੋਕ ਹੋਮਲੈਸ ਤੁਰੇ ਫਿਰਦੇ ਆ, ਅੱਧੇ ਕੁ ਤਾਂ ਬਾਅਦ 'ਚੋਂ ਡਰੱਗੀ ਬਣੇ, ਜਦੋਂ ਘਰਾਂ ਘਰ ਹੀ ਹੈ ਨਹੀਂ ਸੀ ਰਹਿਣ ਨੂੰ, ਬਾਅਦ ਡਰੱਗ 'ਚ ਲੱਗੇ ਹੋਏ ਆ। ਕਈ ਹੈ ਇਹ ਹੁਣ ਡਰੱਗੀ ਆ, ਕੀ ਕਰ ਸਕਦੇ ਆ। ਇੱਧਰ ਡੋਨਟੋਨ ਨੂੰ ਪਾਉਣਾ ਤੁਹਾਨੂੰ ਦਿਖਾਉਣਾ ਮੈਂ, ਜੇ ਹੋਏ ਤਾਂ ਉੱਥੇ ਝੁੰਡ ਹੀ ਲੱਗਾ ਪਿਆ ਆ। ਬਾਕੀ ਗਾਂ ਅਸੀਂ ਚੱਲੇ ਹਾਂ ਕਿਸੇ ਪਾਸੇ, ਜਾਂਦੇ ਜਾ ਕੇ ਫੇਰ ਗੱਲ ਕਰਦੇ ਹਾਂ। ਡਰੰਗ ਤਿੰਨ ਨੰਗ ਹੀ ਆ, ਪਤਾ ਨਹੀਂ ਕਿਉਂ ਜਦੋਂ ਆਪਾਂ ਕੋਈ ਚੀਜ਼ ਲੈਂਦੇ ਹਾਂ, ਇੱਕ ਸਿਆਣੇ ਬੰਦੇ ਨੇ ਕਿਹਾ ਸੀ, ਮੇਰੇ ਤੋਂ ਵੀ ਸਿਆਣੇ ਨੇ, ਜਦੋਂ ਆਪਾਂ ਕੋਈ ਵੀ ਚੀਜ਼ ਲੈਣੀ ਤੁਸੀਂ ਕਦੀ ਨੋਟ ਕਰਿਓ ਆਪਾਂ ਨੂੰ ਉਹੀ ਲੱਭਦੀ ਹੁੰਦੀ ਆ। ਅਤੇ ਉਹ ਬੰਦੇ ਨੇ ਦੱਸਿਆ ਸੀ, ਕਹਿੰਦਾ ਵੀ ਨਹੀਂ ਜਦੋਂ ਆਪਾਂ ਕੋਈ ਚੀਜ਼ ਗੱਡੀ ਜਾਂ ਕੁਛ ਵੀ ਲੈ ਲੈਂਦੇ ਹਾਂ ਨਾ, ਫਿਰ ਆਪਾਂ ਉਹ ਧਿਆਨ ਦੇਣ ਲੱਗ ਪਈਦਾ ਜਦੋਂ ਉਹਦੇ ਨਾਲ ਦੀ ਗੱਡੀ ਕੋਈ ਹੋਰ ਆਉਂਦੀ ਆ, ਫਿਰ ਜਾਂ ਫਿਰ ਤਾਂ ਕਰਕੇ ਆਪਾਂ ਨੂੰ ਲੱਭਣ ਲੱਗ ਪੈਂਦੀ। ਜੇ ਆਪਾਂ ਗੱਡੀ ਕੋਈ ਲੈਣੀ ਹੋਵੇ ਜਾਂ ਆਪਾਂ ਲੈ ਲਈ ਹੋਵੇ, ਆਪਾਂ ਨੂੰ ਉਹੀ ਲੱਭਦੀ ਹੁੰਦੀ ਨਾ, ਤਾਂ ਲੱਭਦੀ ਹੁੰਦੀ ਆ, ਕਿਉਂਕਿ ਆਪਾਂ ਜ਼ਿਆਦਾ ਧਿਆਨ ਦੇਈਦਾ। ਪਹਿਲਾਂ ਵੀ ਉੱਦਾਂ ਹੀ ਹੁੰਦੀਆਂ ਆ, ਪਰ ਪਹਿਲਾਂ ਆਪਾਂ ਧਿਆਨ ਨਹੀਂ ਦੇਈਦਾ। ਤੁਹਾਨੂੰ ਸਮਝ ਆ ਗਈ ਨਾ ਮੈਂ ਕੀ ਕਿਹਾ? ਬੰਦੇ ਨੇ ਬੈਲਟ ਨਹੀਂ ਲਾਈ, ਬੈਲਟ ਪਾਈ, ਤੁਸੀਂ ਲਾਉਣ ਦਾ ਟਾਈਮ ਹੀ ਨਹੀਂ ਦਿੱਤਾ। ਆਪਾਂ ਉੱਥੋਂ ਗਲੀ 'ਚ ਵੜਦਾ ਟਰਮੀਨਲ, ਮੈਨੂੰ ਵੀ ਜਿੱਦਣ ਪਹਿਲੇ ਦਿਨ ਕਹਿੰਦੇ ਟਰਮੀਨਲ, ਮੈਂ ਲੱਗੇ ਨਾ ਰਿਹਾ ਸੀ, ਮੈਂ ਕਿਹਾ ਯਾਰ ਇਹਦੇ ਜਾਂ ਜਾਣ ਰਹੇ ਏਅਰਪੋਰਟ ਦੇ ਹੁੰਦੇ ਆ, ਇੱਥੇ ਬੱਸ ਸਟੈਂਡ ਨੂੰ ਟਰਮੀਨਲ ਕਹਿੰਦੇ ਆ ਯਾਰ, ਮੈਨੂੰ ਬੜਾ ਔਰਾ ਜਿਹਾ ਲੱਗਾ ਜਦੋਂ ਪਹਿਲੀ ਵਾਰੀ ਸੁਣਿਆ। ਆਹੋ, ਜਿੱਦਾਂ ਆਪਾਂ ਕਿਸੇ ਦੇ ਮੂੰਹੋਂ ਸੁਣਨਾ ਟਰਮੀਨਲ ਟਰਮੀਨਲ ਜੇ ਆਪਣੇ ਬੰਦੇ ਮੂਹਰੇ ਬੋਲਣਾ ਸਿੱਧਾ ਕਹਦੋ ਯਾਰ ਬੱਸ ਸਟੈਂਡ ਤੇ ਜਾਣਾ ਆ। ਆਹੋ, ਗੱਲ ਖਤਮ ਹੋਈ ਹੈ ਨਾ, ਤੂੰ ਤਾਂ ਇਹ ਕਹਿੰਦਾ ਸੀ ਮੈਨੂੰ ਟਰਮੀਨਲ ਤੇ ਜਾਣਾ, ਟਰਮੀਨਲ ਤੇ ਜ਼ਿਆਦਾ ਹੀ, ਮੈਂ ਟਰਮੀਨਲ ਕੀ ਆ ਯਾਰ, ਯਾਰ ਜਸ਼ਨ ਦਾ ਭਰਾਵਾ ਹੈਗਾ ਨਾ, ਇਦਾਂ ਕਰਦਾ ਇਦਾਂ ਪਿੱਛੇ ਰੱਖੀ ਫੋਨ ਬੜਾ ਜਾਂਦਾ ਨੇ ਨੇੜੇ, ਉਹ ਕਰਦਾ ਇਦਾਂ ਜਿੱਦਾਂ ਇੱਥੇ ਦਾ ਬੋਆ ਹੁੰਦਾ ਨਾ, ਉੱਥੇ ਦੱਸਿਆ ਤੁਹਾਨੂੰ, ਉੱਥੇ ਜਦੋਂ ਮੋਨਟਰੀਅਲ ਗਿਆ ਉੱਥੇ ਮਨਜੀਤ ਨੂੰ ਕਹਿਣ ਡਿਆ ਸੀ ਸਾਡੇ ਬਿਲ ਵਿਲ ਇੱਦਾਂ, ਸਾਡੇ ਬਿਲ ਵਿਲ ਇੱਦਾਂ, ਕਹਿੰਦਾ ਇੱਥੇ ਤਾਂ ਕਹਿੰਦਾ ਰਿਚ ਲੋਕ ਰਹਿੰਦੇ ਆ,
ਜਿੱਥੇ ਕਹਿੰਦਾ ਇਸ ਸ਼ਹਿਰ ਵਿੱਚ ਸਾਨੂੰ ਦੱਸਣ ਡਿਆ ਸੀ ਇਹ, ਕਹਿੰਦਾ ਜਦੋਂ ਅਸੀਂ ਗਲੀ ਚੋਂ ਲੰਘੀ ਤੇ ਕਹਿੰਦੇ ਸਾਡੇ ਵੱਲ ਦੇਖ ਕੇ ਹਾਏ ਕਰਦੇ ਸਾਨੂੰ, ਕਹਿੰਦੇ ਘਰੇ ਆ ਜਾਓ ਸਾਡੇ ਫੂਡ ਖਾਣ ਵਾਸਤੇ। ਕਮਾਲ ਆ ਯਾਰ, ਆਹ ਦੇ ਕਿੱਦਾਂ ਬੈਠੇ ਆ ਸਾਰੇ ਸਮਾਨ ਸਮਾਨ ਪਿਆ ਆ, ਉਹਦੇ ਕਿੱਦਾਂ ਵਿਚਾਰਿਆਂ ਦਾ ਸਮਾਨ। ਲੈ ਮੈਂ ਦਿਖਾਉਣਾ ਇੱਧਰੋਂ ਫੋਨ ਫੜਾ, ਰਹਿਣ ਦੇ ਭਾਈ ਅਗਲੇ ਗੁੱਸਾ ਨਾ ਕਰ ਜਾਣੇ ਵੀ ਕਿੱਦਾਂ ਸਾਡੀ ਦਾ ਹੱਸਦੇ ਕੰਡੀਸ਼ਨ ਵਿਚਾਰੇ ਇੱਦਾਂ ਦੇ ਬਹੁਤ ਲੋਕ ਆ। ਆਹ ਚਰਚ ਆ, ਇੱਥੇ ਚਰਚ ਦੇ ਬਾਹਰ ਬੈਠੇ ਹੁੰਦੇ, ਇੱਥੇ ਫੂਡ ਮਿਲਦਾ ਚਰਚ ਵਾਲ ਤੋਂ ਤਾਂ ਕਰਕੇ, ਤੇ ਮੁੜ ਕੇ ਇੱਥੋਂ ਵਿਚਾਰੇ ਨੇ ਉੱਥੇ ਚਲੇ ਜਾਣਾ। ਹੱਦ ਦਿਲ ਆ, ਕਿੰਨਾ ਵਿਚਾਰੇ ਦਾ ਸਮਾਨ ਦੇਖ, ਕਿੰਨਾ ਕਿੰਨਾ ਨਾ ਪਿੱਛੇ। ਇਹ ਭਾਜੀ ਇਕੱਲੇ ਦੋ ਜਣੇ ਦਾ ਨਹੀਂ, ਕਿੰਨੇ ਜਣੇ ਦਾ ਆ ਇਹ, ਬਾਕੀ ਅੱਗੇ ਪਿੱਛੇ ਕਿੰਨਾ ਕਿੰਨਾ ਸਾਰਾ। ਉਹ ਵਿਚਾਰਾ ਕਿੱਦਾਂ ਆਂਟੀ ਕੰਬਣ ਦੀ ਠੰਡ ਵਿੱਚ, ਉਹੀ ਤੇ ਗੱਲ ਆ। ਹੁਣ ਇਹਨਾਂ ਚੋਂ ਡਰਗੀ ਤਾਂ ਸਿਰਫ ਮੈਨੂੰ ਇੱਕ ਬੰਦਾ ਲੱਭਿਆ, ਬਾਕੀ ਚਾਰ ਬੰਦੇ ਆ, ਪੰਜ ਬੰਦੇ ਆ, ਤੇ ਉਹ ਕਿੰਨੇ ਜਾਣ ਦੋ ਭਾਜੀ, ਉਹ ਚੰਗੇ ਭਲੇ ਆ। ਇੱਥੇ ਚਰਚ ਆ, ਦੋ ਤਿੰਨ ਉਹਨਾਂ ਕੋਲ ਬਹਿ ਜਾਂਦੇ ਆ। ਆਹ ਆਪਣਾ ਹੈਗਾ ਥੋਮਸਨ ਚਰਚ, ਇੱਕ ਉਮਰੇ ਪਿੱਛੇ ਸੀਗਾ ਕੈਥੋਲਿਕ। ਚਲੋ ਅੱਗੇ ਜਾਂਦੇ ਆ, ਕਿਤੇ ਜਾ ਕੇ ਗੱਲਬਾਤ ਕਰਦੇ ਆ, ਦੇਖਦੇ ਆ ਕਿੱਥੇ ਜਾਣਾ ਕਿੱਥੇ ਜਾਣਾ ਨਾ ਬਾਬਾ। ਆਪਾਂ ਚੱਲਦੇ ਆ ਭਾਈ ਕੁੰਟੇ ਮੋਲ, ਫਿਰ ਤੁਰ ਕੇ ਆਉਂਦੇ ਆ ਕੋਈ ਕੱਪੜਿਆਂ ਦੀ ਦੁਕਾਨ ਲੱਭਦੇ ਸੋਹਣੀ ਜੀ। ਲਓ ਜੀ ਘੁੰਮਦੇ ਘੁਮਾਉਂਦੇ ਪਹਿਲਾਂ ਪਹੁੰਚ ਗਏ ਆ ਆਪਣੇ ਟਿਮ ਹੋਟਨਸ, ਤੇ ਇੱਥੇ ਆਪਾਂ ਹਾਜ਼ਰੀ ਪੱਕੀ ਆ, ਇੱਥੇ ਆਉਣਾ ਪੈਂਦਾ ਇਸ ਟਾਈਮ। ਟਾਈਮ ਹਲੇ ਹੈਗਾ ਆ, ਕਿੰਨਾ ਟਾਈਮ ਆ, 8:27 ਹੋਏ ਆ ਹਾਏ ਤੇ ਭਾਈ, ਹਲੇ ਤਾਂ ਐਂਟਰੀ ਅੰਦਰ ਅਲਾਉਡ ਆ। ਲੈ ਵੀ ਇਹ ਮੁੰਡਾ ਮੇਰੇ ਸਾਹਮਣੇ ਨਾਲ ਹੀ ਆ, ਇੱਕ ਹੋਮਲੈਸ ਤੇ ਇੱਕ ਆਹ ਵਾਲਾ ਇਹਨਾਂ ਦਾ ਦੂਜਾ ਓਲਡ ਏਜ ਹੋਮ ਜਿਹੜਾ। ਆਹ ਇਹ ਦੋਨੇ ਚੀਜ਼ਾਂ ਇੱਥੇ ਮੈਨੂੰ ਬਹੁਤ ਖਤਰਨਾਕ ਲੱਗਦੀਆਂ। ਇੱਥੇ ਜਿਹੜੇ ਬਜ਼ੁਰਗ ਤੁਰੇ ਫਿਰਦੇ ਹੁੰਦੇ, ਇਕੱਲੇ ਰਹਿੰਦੇ ਆ, ਫਿਰ ਵੀ ਜਿੱਦਾਂ ਉਹ ਘਰ ਜਾ ਦੇ ਦਿੰਦੇ ਉਹਨਾਂ ਨੂੰ। ਅਤੇ ਇੱਥੇ ਤਾਂ ਚਲੋ ਮੈਂ ਗੋਰੇ ਦੇਖੇ ਸੀਗੇ, ਬਟ BC ਵਿੱਚ ਜਿੱਦਾਂ ਜਿਹੜੇ ਪੁਰਾਣੇ ਆਏ, ਸਰੀ ਵਿੱਚ ਹੋ ਗਿਆ ਆਪਣੇ, ਵੈਨਕੂਵਰ ਹੋ ਗਿਆ, ਉੱਧਰ ਕਹਿੰਦੇ ਜ਼ਿਆਦਾ ਕੰਮ ਖਰਾਬ ਆ। ਉੱਧਰ ਕਹਿੰਦੇ ਆਪਣੇ ਵਾਲੇ ਵੀ ਪੰਜਾਬੀ ਵੀ ਬਹੁਤ ਆ। ਇੱਕ ਆਂਟੀ ਬਾਰੇ ਮੈਂ ਸੁਣਿਆ ਸੀਗਾ, ਇਹ ਆਂਟੀ 13 ਸਾਲਾਂ ਤੋਂ ਉੱਥੇ ਰਹਿਣ ਦੀ, ਉਹਨੂੰ ਕੋਈ ਮਿਲਣ ਨਹੀਂ ਆਉਂਦਾ, ਵੀ ਕਹਿੰਦੇ ਕਿਸੇ ਦੀ ਡਿਊਟੀ ਲਾਉਣੀ ਆ, ਰੇਡੀਓ ਸ਼ੋਅ 'ਤੇ ਸੁਣਿਆ ਸੀਗਾ, ਜਿਹੜਾ ਕੋਈ ਉਹਨੂੰ ਮਿਲਣ ਆਇਆ ਕਰੇ ਆਂਟੀ ਨੂੰ ਨਾ, ਉੱਥੇ ਛੱਡੀ ਹੋਈ ਆ ਕਿਸੇ ਨੇ ਆਪਣੀ ਮਾਂ, ਕਿਸੇ ਨੇ ਆਪਣੀ ਮਾਂ ਇੱਥੇ ਛੱਡੀ। ਇੱਥੇ ਲੋਕ ਫਿਰ ਕੈਨੇਡੀਅਨ ਵੀ ਬਣ ਜਾਂਦੇ ਨਾ, ਕਲਚਰ ਲੈਣਾ ਹੁੰਦਾ ਨਾ ਸਾਰਾ। ਗੱਡੀ ਸਰਵਿਸ ਮੰਗਦੀ ਭਰਾਵਾ, ਤੇਲ ਕਹਿੰਦੇ ਓਇਲ ਚੇਂਜ ਕਰੋ। ਚਲ ਅੰਦਰ ਜਾ ਕੇ ਟਿਮ ਜਾਂਦੇ ਹਾਂ, ਬਾਕੀ ਗੱਲਾਂ ਬੱਤਾਂ ਫੇਰ ਕਰਦੇ ਹਾਂ। ਗੱਲਾਂ ਤਾਂ ਕਿੰਨੀਆਂ ਬਿਨਾਂ ਦੱਸੇ ਬਿਨਾਂ ਸੋਚੇ ਵੀ ਸੁਣਾਤੀਆਂ। ਇੱਥੇ ਜਦੋਂ ਮੈਂ ਆਉਣਾ ਇੱਧਰ ਦੇਖਦਾ, ਮੈਨੂੰ ਵਧੀਆ ਬੜਾ ਤਰਸ ਜਿਹਾ ਆਉਂਦਾ ਇੱਥੇ ਫਿਰਦੇ ਹੁੰਦੇ, ਤਾਕੀਆਂ ਵਿੱਚ ਵੀ ਦੇਖਦਾ ਹੁੰਦਾ ਮੈਂ, ਉਹ ਜਿੱਦਾਂ ਹੁਣ ਉਹ ਬਜ਼ੁਰਗ ਲੱਗੇ ਹੋਏ ਆ ਉੱਥੇ, ਅਤੇ ਉਹ ਅੰਦਰ ਕਿਚਨ 'ਚ ਆਪੇ ਕੰਮ ਕਰਦੇ, ਤੁਰ ਉਹਨਾਂ ਕੋਲ ਹੋਣ ਨਹੀਂ ਡਿਆ ਹੁੰਦਾ। ਕੁੱਤੇ ਨੂੰ ਕਹਿਣਗੇ ਸਾਡਾ ਪੇ ਆ, ਅੱਛਾ ਇਹੀ ਕੰਮ ਤਾਂ ਫਿਰ ਆਪਣੇ ਵਾਲੇ ਕਰਦੇ ਆ। ਕੁੱਤੇ ਬਿੱਲੀ ਨੂੰ ਬਾਪ ਬਣਾਉਣਾ, ਉਹ ਚਾਬੀ ਕਿੱਥੇ ਗਈ? ਮੇਰੀ ਜੇਬ 'ਚੋਂ ਤਾਂ ਆਹ ਨਿਕਲਣੀਆਂ ਪਈਆਂ ਆ ਚੁਇੰਗਮਾਂ। ਕੁੱਤੇ ਬਿੱਲੀ ਨੂੰ ਬਾਪ ਬਣਾਉਣਾ ਅਤੇ ਮਾਂ ਬਾਪ ਨੂੰ ਇੱਥੇ ਛੱਡਣਾ, ਕਿਆ ਬਾਤ ਹੈ, ਕਿਆ ਬਾਤ ਹੈ। ਚਲੋ ਅੰਦਰ ਜਾ ਕੇ ਦੇਖਦੇ ਹਾਂ, ਮਿਲਦੇ ਹਾਂ। ਸਪਰੇ ਤਾਂ ਪਾ ਲਈਏ ਮਾੜੀ ਜੀ। ਹੁਣ ਅਸੀਂ ਪਹੁੰਚ ਗਏ ਹਾਂ ਟਿਮ, ਪੀਣੀ ਤਾਂ ਆਪਾਂ ਆਪਣੀ ਚਾਹ ਹੀ ਆ, ਸ਼ੱਕਰ ਪਾਰੇ ਹੈ ਨਹੀਂ ਗੇ ਅੱਜ, ਸ਼ੱਕਰ ਪਾਰੇ ਦੇ ਹੈ ਬਣਾਉਣ ਸ਼ੱਕਰ ਪਾਰੇ। ਉਹ ਤੁਹਾਡੀ ਨੂੰ ਖਾਲੀ ਗਿਫਟ ਸੀ, ਆਪਣੇ ਜੋਗੇ ਹੀ ਆ। ਇੱਦਾਂ ਦੇ ਕੱਪ ਇੰਡੀਆ 'ਚ ਜਾ ਕੇ ਬੜਾ ਧੂੰਆਂ ਕੱਢਿਆ ਮੈਂ, ਉਸ ਵਾਲਾ ਕੱਪ ਕਿੰਨਾ ਸਸਤਾ ਹੋ ਗਿਆ, ਅੱਗੇ ਨਾਲੋਂ ਵੀ ਸਸਤਾ ਹੋ ਗਿਆ, $2 ਦਾ, 3 ਦਾ। ਆਹ ਸਗੋਂ ਸਹੀ ਆ, ਬਟ ਬਾਬਾ ਜੀ ਇਹਦੇ ਥੱਲੇ ਦੇਖੋ ਡੇਟ ਲਿਖੀ ਹੁੰਦੀ ਆ ਵੀ ਕਿੰਨਾ ਚਿਰ ਆਪਾਂ ਯੂਜ਼ ਕਰ ਸਕਦੇ ਹਾਂ, ਪਰ ਆਪਾਂ ਹਟੀਦਾ ਹੀ ਨਹੀਂ। ਇਹਦੇ ਥੱਲੇ ਤੁਹਾਨੂੰ ਪੜਾਉਣਾ ਮੈਂ, ਜਿੱਦਾਂ ਕਿ ਆਹ ਹੋ ਗਿਆ, ਆਹ ਜਿੱਥੇ ਆ ਰੀਸਾਈਕਲ ਬਣਿਆ ਹੋਇਆ ਨਾ,
ਪੰਜ ਵਾਰੀ ਯੂਜ਼ ਕਰਕੇ ਬਾਅਦ 'ਚ ਸਿੱਟਣਾ ਆ, ਪੰਜ ਵਾਰੀ ਯੂਜ਼ ਕਰਕੇ, ਪਰ ਨਹੀਂ ਹਟੀਦਾ ਆਪਾਂ। ਬੰਦਾ ਮਿਲਿਆ ਭਰਾਵਾ ਚਾਹ ਪੀਂਦੇ ਪੀਂਦੇ ਇੱਥੇ, ਇਹਨੂੰ ਮੈਂ ਬੜਾ ਪੁੱਛਿਆ ਚਾਹ ਕਿਹੜੀ ਪੀਣੀ ਆ, ਉਹਨੇ ਮੇਰੇ ਵਾਲਾ ਹੀ ਫੜ ਲਿਆ। ਉਹਨੂੰ ਅੰਗਰੇਜ਼ੀ ਮੇਤੋਂ ਵੀ ਘੱਟ ਆਉਂਦੀ ਸੀਗੀ। ਹੈ ਮਸਤੀ ਜੀ ਆ, ਪੂਰਾ ਐਨ ਲਹਿਰ ਟਿਕਟ ਟੁਕਾ ਲੱਗਾ ਹੋਇਆ, ਪਰ ਜਦੋਂ ਕੰਮ ਚੱਕਦਾ ਫਿਰ ਮਾੜੀ ਜੀ, ਯਾਨੀ ਕਿ 10 ਕੁ ਮਿੰਟ ਸਟਾਰਟ ਹੋਣ ਨੂੰ ਲੱਗਦੇ ਆ ਅਤੇ ਉਸ ਤੋਂ ਬਾਅਦ ਕਰ ਦਿੰਦਾ ਕੋਈ ਨਾ ਕੁਛ। ਮੈਨੂੰ ਲੱਗਦਾ ਨਹੀਂ ਉਹ ਚਾਹ ਪੀਊਗਾ, ਹਲੇ ਸੈਟਿੰਗ ਜਾਨੂੰ ਉਹਦੀ ਪੈਂਟ ਡਿੱਗ ਪੈਣੀ ਆ ਯਾਰ। ਚੱਕ ਦੇ ਬਾਬਾ, ਚੱਕ ਦੇ ਢੋਲੀ ਆ ਫੜ ਕੇ ਲਿਆ ਯਾਰ, ਇਹਦੀ ਕੰਪੋਜੀਸ਼ਨ ਭੁੱਲ ਗਈ ਉਹਨੂੰ। ਲਓ ਜੀ ਚਾਹ ਆ ਗਈ ਆ, ਬੰਦ ਹੀ ਕਰਦੇ, ਬਾਹਰ ਜਾ ਕੇ ਮਿਲਦੇ। ਕਮਲ ਕੁੱਟਣ ਲੱਗ ਪਿਆ ਵਿਚਾਰਾ, ਓਏ ਹੋਏ ਉਹ ਪਿੱਛੇ ਕੁਰਸੀ ਵੀ ਡਿੱਗ ਪੈਣਾ। ਚੱਲ ਵੱਜਣਾ ਮੈਂ ਕਰ ਯਾਰ, ਕੰਮ ਖਰਾਬ ਨਾ ਹੋ ਜਾਵੇ। ਸਿਰਾ ਸਿਰਾ ਬਾਬਾ ਤੂੰ ਸਿਰਾ ਲਾਣਾ ਪੂਰੀ। ਚੀਅਰਸ ਚੀਅਰਸ ਥੈਂਕ ਯੂ ਚੀਅਰਸ ਲਓ ਜੀ, ਉੱਥੋਂ ਆ ਗਏ ਹਾਂ। ਇੱਧਰ ਇੱਕ ਮੌਲ ਜਿਹਾ ਆਇਆ ਇੱਥੇ, ਵਨ ਐਂਡ ਓਨਲੀ ਇੱਕ ਮੌਲ, ਅਤੇ ਉਹਦੇ ਵਿੱਚ ਗੱਡੀ ਮੈਂ ਮੇਰੀ ਪਾਰਕਿੰਗ ਦੇਖ ਲਓ। ਚਲੋ ਪਤਾ ਨਹੀਂ ਕਿੱਦਾਂ ਖੁੱਲ੍ਹਾ ਮਿਲਿਆ ਇੱਥੇ ਵਿਨਰਸ, ਵਿਨਰਸ ਵੱਲੋਂ ਐਂਟਰੀ ਮਾਰ ਕੇ ਅੰਦਰ ਮੌਲ 'ਚ ਵੀ ਗੇੜੀ ਲੈ ਆਵਾਂਗੇ। ਵੈਸੇ ਵਿਨਰਸ 'ਤੇ ਹੀ ਟਾਈਮ ਪਾਸ ਕਰ ਲੈਂਦੇ ਹਾਂ, ਟਾਈਮ ਪਾਸ ਹੀ ਕਰਨਾ ਘੜੀ। ਇੱਥੋਂ ਜਾਣਾ ਆ, ਅਸੂਲ ਰੂਲ ਫੋਲੋ ਕਰਨੇ ਆ, ਜਿਹੜੀ ਜਿਹੜੀ ਗੱਲ ਉਹ ਦੀਦੀ ਨੇ ਸਮਝਾਈ ਆ। ਕੀ ਉਹਨਾਂ ਦਾ ਦੀਦੀ ਦਾ ਨਾਮ ਆ ਜਿਹੜੇ ਤਿੱਖੇ 'ਚ ਦੰਦਾਂ ਵਾਲੇ ਆ, ਬੀ ਸੀ 'ਚ ਆਏ ਹੋਏ ਆ, ਏਂਜਲ ਦੀਦੀ, ਭਾਬੀ ਦੇ ਚੱਲ ਕਾਹਦੇ ਕਹਿਣਾ। ਟਾਈਮਿੰਗਾਂ ਚੇਂਜ ਹੋਈਆਂ ਨਵੀਆਂ ਨਵੀਆਂ, ਸੈਟਰਡੇ 25 ਨਵੰਬਰ ਤੋਂ 14 ਦਸੰਬਰ ਤੱਕ ਆਹ ਆ। ਚਲ ਸ਼ੁਰੂ ਹੋ ਜਾ ਇੱਥੋਂ ਦੇਖਣੇ ਕੱਪੜੇ, ਰੌਣਕਾਂ ਆ ਬਾਈ। ਉੱਥੋਂ ਸ਼ੁਰੂ ਹੋਏ, ਉੱਥੋਂ ਗਾਂ ਜਾਂ ਪਿਛਾਂ ਪਿਛਾਂ ਜਾਂ ਗਾਂ, ਪੈਂਟ ਲੈਣੀ ਸੀ ਇੱਦਾਂ ਦੀ ਫਿਟਿੰਗ ਵਾਲੀ ਝੋਲਾ ਛਾਪ, ਕਦੋਂ ਪੈਂਟ ਨਹੀਂ ਮਿਲੀ ਹੈਗੀ, ਠੀਕ ਆ। ਪਜਾਮੇ ਵੀ ਮੈਂ ਇਹਨਾਂ ਦੇ ਦੇਖੇ ਸਾਈਜ਼ ਕਿੱਦਾਂ ਦੇ ਆ, ਉਹ ਵੀ ਉੱਦਾਂ ਹੀ ਨੈਰੋ ਬੋਟਮ, ਕੁਛ ਨਹੀਂ ਲੱਭਿਆ। ਆਹੋ ਇੱਕ ਆਹ ਲੈਣਾ ਯਾਰ, ਪੈਸਾ ਬਹੁਤ ਹੁੰਦਾ ਆ, ਉੱਥੋਂ ਲੈ ਕੇ ਆਉਣਾ ਦੂਜਾ ਐਲ ਵੀ ਦਾ, ਐਲ ਵੀ ਦਾ ਇੱਕ ਆਹ ਲੈ ਕੇ ਆਉਣਾ ਜੀ, ਛੋਟਾ ਛੋਟਾ ਲੈਣਾ, ਇਹਦੂ ਪੈਸਾ ਜ਼ਿਆਦਾ ਹੁੰਦਾ ਆ। ਲੋਕ ਘੁੰਮਦੇ ਘੁੰਮਾਉਂਦੇ ਇੱਧਰ ਜੁੱਤੀਆਂ ਦੇ ਸੈਕਸ਼ਨ 'ਚ ਆ ਗਿਆ ਸੀ, ਅਤੇ ਇੱਥੇ ਇੱਕ ਬੂਟ ਪਸੰਦ ਆਏ ਆ, ਬੂਟ ਪਾ ਲਿਆ, ਸਾਰਾ ਕੁਛ ਕਰ ਲਿਆ। ਪਰ ਉਸ ਤੋਂ ਬਾਅਦ ਮੈਂ ਫਿਰ ਦੇਖਿਆ ਕਿ 5-6 ਜੋੜੇ ਪਹਿਲਾਂ ਐਡੀਡਾਸ ਦੇ ਪਏ ਆ,
ਉਹ ਨਵ ਦੇ ਪੈਰਾਂ 'ਚ ਪਾਏ ਉਹ ਵੀ ਐਡੀਡਾਸ ਆ, ਮੇਕੋ ਜਿੰਨੇ ਹੁੰਦੇ ਉਹ ਵੀ ਸਾਰੇ ਐਡੀਡਾਸ, ਸਾਰੇ ਐਡੀਡਾਸ ਦੇ ਬੂਟ ਆ ਮੇਤੋਂ ਅੱਜ ਤੀਕਰ, ਜਦੋਂ ਤੋਂ ਮੈਂ ਮਤਲਬ ਕਿ ਸੋਹਣੇ ਲੱਗੇ ਸੀ ਰੰਗ ਰੁੰਗ ਜਿਹਾ, ਪਰ ਹੁਣ ਇਹ ਰੰਗ ਉਹਦੇ ਨਾਲ ਮੈਚ ਕਰ ਗਿਆ, ਉੱਪਰ ਦੀ ਬਰਫ਼ਾਂ ਆ ਅਤੇ ਇੱਕ 11 ਨੰਬਰ ਦੇ ਲੈ ਲਏ ਤਾਂ ਵੀ ਛੋਟੇ ਆ। ਉਹ ਜੀ ਖੱਜਲ ਖਰਾਬ ਹੋ ਕੇ ਆ ਗਏ ਆ ਅਤੇ ਆ ਪੱਖੇ ਦੀ ਇੱਥੇ ਆਵਾਜ਼ ਬਹੁਤ ਜ਼ਿਆਦਾ ਆ। ਜਿਹੜਾ ਮਰਜ਼ੀ ਕੱਪੜਾ ਲੈ ਲਓ, ਜਿਹੜੀ ਮਰਜ਼ੀ ਚੀਜ਼ ਲੈ ਲਓ, ਇੰਡੀਆ ਤੋਂ ਹੀ ਆ, ਇੰਡੀਆ ਤੋਂ ਹੀ ਸਾਰਾ ਕੁਛ, ਸਾਰਾ ਕੁਛ ਇੰਡੀਆ ਤੋਂ ਹੀ ਆਇਆ ਹੋਇਆ। ਨਵ ਤੂੰ ਇੰਨੀ ਗੱਲ ਦੱਸ, ਤੂੰ ਸਵੇਰੇ ਡਰ ਕਾਹਦੇ ਗਿਆ ਸੀ ਉਹ? ਜਦੋਂ ਉੱਥੇ ਟੈਸਟ ਦੇਣ ਆਏ ਡਰਨ ਦੀ ਰੀਜ਼ਨ, ਇੱਕ ਮਿੰਟ ਪਹਿਲਾਂ ਗੱਡੀ ਸਟਾਰਟ ਕਰ ਲਈਏ। ਇਹ ਵਾਹਿਗੁਰੂ, ਚਲੋ ਐਂ ਯਾਰ, ਅੱਗੇ ਬੜਾ ਅਡਾਟ ਪਾਉਂਦੀ ਸੀ ਬੜੀ, ਮੈਨੂੰ ਯਾਰ ਖਿਜਾਉਣ ਲੱਗ ਪਈ ਸੀਗੀ, ਹੁਣ ਸਾਇਲੈਂਟ ਹੋਈ ਆ ਅਤੇ ਮੈਨੂੰ ਵਧੀਆ ਲੱਗਣ ਲੱਗ ਪਿਆ। ਹਾਂ ਦੱਸਣਾ, ਮੈਂ ਕਿਹਾ ਅੰਦਰ ਜਾਣ ਤੋਂ ਡਰਦਾ ਕਾਹਦੇ ਸੀ ਇੰਨਾ? ਮੈਂ ਇਹੀ ਗੱਲ ਕਰਦਾ ਸੀ ਵੀ ਉਹ ਡਰਦਾ ਨਹੀਂ ਸੀ, ਬਸ ਉਹ ਟੈਨਸ਼ਨ ਜਿਹੀ ਸੀ, ਇੱਦਾਂ ਜਿੱਦਾਂ ਡਰਾਪ ਉਹ ਦਿੰਦੇ ਆ ਮੈਨੂੰ, ਜਿੱਦਾਂ ਬੂਟੇ ਨੇ ਕਿਹਾ ਯਾਰ, ਬੂਟੇ ਦਾ ਹੀ ਪਤਾ ਤੁਹਾਨੂੰ, ਲੋਹੜੀ ਆਪਣਾ, ਉਹੀ ਮੈਨੂੰ ਕਿਹਾ ਸੀ ਬਾਬੇ ਤੂੰ ਗਲਤੀ ਕੀਤੀ, ਕਲਾਸਾਂ ਲਾਲਾ ਕਰਦਾ ਜਿਵੇਂ ਕਰਦਾ, ਉਹ ਬੰਦੇ ਨੂੰ ਥੋੜ੍ਹਾ ਜਿਹਾ ਡਰਾ ਦਿੰਦੇ ਆ। ਅਤੇ ਵੈਸੇ ਬੰਦੇ ਉਹ ਮਿਲੇ, ਉਹ ਹੋਰ ਵੀ ਦੋ ਤਿੰਨ ਜਣੇ ਮਿਲੇ, ਉਹਨਾਂ ਡਰਾਇਆ ਤੇ ਜਿਹੜੀ ਬੀਬੀ ਤੋਂ ਪਹਿਲਾਂ ਮੈਂ ਫੇਲ ਹੋ ਕੇ ਆਇਆ ਆ, ਅਤੇ ਰੱਬ ਵੱਲੋਂ ਵੇਖੋ ਪਾਸ ਵੀ ਉਹਦੇ ਕੋਲ ਹੀ ਹੋਇਆ, ਉਹਦੇ ਦਾ ਬੜਾ ਡਰਾਪ ਆਇਆ ਤਾ ਵੀ ਉਹ ਬੀਬੀ ਤੋਂ ਸਾਰੇ ਬਚਦੇ ਆ, ਵੀ ਉਹ ਸਾਰਿਆਂ ਨੂੰ ਫੇਲ ਕਰ ਦਿੰਦੀ ਆ। ਪਰ ਅੱਜ ਵੀ ਉਹਨੇ ਮੈਨੂੰ ਅੱਜ ਸਿਰਫ ਮੇਰਾ 10 ਮਿੰਟ ਵੀ ਕਿੱਥੇ, 8 ਮਿੰਟ ਯਾਨੀ ਕਿ ਯਾਰ, ਇਹ 47-48 ਦੇ ਗਿਆ ਸੀ ਅਤੇ 4 ਵਜੇ ਆ ਗਿਆ ਸੀ 48 ਦੇ ਗੱਡੀ 'ਚ, ਯਾਨੀ ਕਿ 4:45 ਦੇ ਗੱਡੀ 'ਚ ਬੈਠੇ ਸੀ ਅਤੇ 4 ਵਜੇ 1 ਮਿੰਟ 'ਤੇ ਆ ਗਿਆ ਸੀ। ਹਾਂ, ਛੋਟਾ ਜਿਹਾ ਰੂਟ 'ਤੇ ਉਹਨੇ ਮੈਨੂੰ ਖੜਿਆ, ਜਸਟ ਸਿੱਧਾ ਹੀ ਗਏ ਹਾਂ, ਅਤੇ ਇੱਕ ਦੋ ਨੇ ਐਮਰਜੈਂਸੀ 3 ਟਰਨ ਜਿਹੜਾ ਹੁੰਦਾ ਆ ਉਹ ਵਾਲਾ ਮਰਾਇਆ, ਇੱਕ ਅਪਹਿਲ ਪਾਰਕਿੰਗ ਲਵਾਈ, ਦੈਟਸ ਆਲ। ਹੋਰ ਉਹਨੇ ਇਹਦੇ ਵਿੱਚ ਰਿਜ਼ਲਟ ਤੂੰ ਕੀ ਕੱਢਿਆ ਵੀ ਕਿਸੇ, ਜਦੋਂ ਤੈਨੂੰ ਵਾਰ ਵਾਰ ਮੈਂ ਬੋਲ ਕੇ ਦੱਸਦਾ ਹਾਂ ਉਸ ਗੱਲ 'ਤੇ ਯਕੀਨ ਕਰਨਾ ਚਾਹੀਦਾ ਕਿ ਨਹੀਂ? ਰਿਜ਼ਲਟ ਇਹੀ ਆ ਵੀ ਜਿੰਨਾ ਲੋਕ ਦੱਸਦੇ ਆ ਗਰਾਊਂਡ ਲੈਵਲ 'ਤੇ ਆ ਗਏ, ਉੱਡੀ ਗੱਲ ਹੁੰਦੀ ਨਹੀਂ ਆ ਵੈਸੇ। ਹਾਂ, ਅਤੇ ਕੁਛ ਕੁ ਮੈਂ ਤਾਂ ਟੈਨਸ਼ਨ ਜੀ ਵੀ ਯਾਰ ਭੈਣ ਜੋ, ਫਿਰ ਵੀ ਉਹ ਇੱਕ ਵੈਸੇ ਬਣ ਜਾਂਦਾ ਜਦੋਂ ਤੂੰ ਤਾਂ ਜਿੱਦਾਂ ਕਹਿੰਦਾ ਸੀ ਵੀ ਜੂੜਾ ਕਰਨ ਤੋਂ ਪਹਿਲਾਂ ਗੱਡੀ ਸਿੱਖੀ ਆ, ਵੀ ਭੈਣ ਯਾਰ ਕਿ ਨਿੱਕਾ ਜਿਹਾ ਟੈਸਟ ਨਹੀਂ ਨਿਕਲਣ ਡਿਆ, ਉਹ ਕਹੋ ਕਹੋ, ਬਾਕੀ ਕੋਈ ਐਡਾ ਵੈ ਡਰਨ ਵਾਲੀ ਗੱਲ ਹੁੰਦੀ ਨਹੀਂ ਆ ਜਿੰਨੀ ਕੁ ਵੈ ਲੋਕ ਬਣਾ ਦਿੰਦੇ ਆ। ਹਾਂ, ਐਡਾ ਕੀ ਆ, ਮੈਂ ਹੁਣ ਵੀ ਮੈਂ ਜੇ ਕਿਤੇ ਮੈਂ ਕਲਾਸਾਂ ਲੜਦਾ ਫਿਰ ਮੈਂ ਕਿਹਾ ਯਾਰ ਮੈਂ ਕਲਾਸ ਲਾ ਕੇ ਪਾਸ ਹੋਇਆ, ਮੈਂ ਇੱਦਾਂ ਨਹੀਂ। ਤੂੰ ਸਾਰਿਆਂ ਨੂੰ ਤੂੰ ਵੀ ਦੱਸਣਾ ਸੀ ਯਾਰ ਕਲਾਸ ਲਾ ਕੇ ਪਾਸ ਹੋ ਗਿਆ, ਯਾਰ ਪਾਸ ਹੋਇਆ, ਮੈਂ ਵੀ ਗੱਡੀ ਚਲਾਉਂਦੇ ਪਰ ਮੈਂ ਫਿਰ ਵੀ ਕਲਾਸ ਲਾਈ, ਪਰ ਹੁਣ ਮੈਂ ਬਿਨਾ ਹੋ ਹੀ ਗਿਆ, ਭਾਵੇਂ ਦੂਜੀ ਵਾਰੀ ਹੋਇਆ ਹੋ ਗਿਆ ਹਨਾ, ਉਹ ਮਨ 'ਚ ਫਿਰ ਵਹਿਮ ਹੀ ਬਣ ਜਾਂਦਾ ਆ, ਵੈ ਐਡੀ ਗੱਲ ਹੁੰਦੀ ਨਹੀਂ ਆ, ਬਸ ਇਹੀ ਇੰਨੀ ਕੁ ਬੇਸਿਕ ਜੀ ਗੱਲ। ਮਤਲਬ ਕਿ ਆਪਣੇ ਵਾਲੇ ਨੂੰ ਡਰਾਉਂਦੇ ਰਹਿੰਦੇ ਆ, ਆਪਣੇ ਵਾਲੇ ਜ਼ਿਆਦਾ ਪੱਠਾ ਭਾਲਦੇ ਆ। ਅਤੇ ਹੋਰ ਇੱਕ ਸੀ, ਹੋਰ ਕੀ ਹੋਇਆ ਮੁੰਡਾ ਇੱਕ ਆਪਣੇ ਦੱਸਦਾ ਯਾਰ, ਹੋਰ ਗੱਲਾਂ ਇੱਦਾਂ ਆ ਵੀ ਜਿੱਦਾਂ ਬੰਦਾ ਨਵਾਂ ਜਦੋਂ ਇੱਥੇ ਬਾਹਰੇ ਹੁੰਦਾ, ਜਿੱਦਾਂ ਮੈਂ ਹੁਣ ਆਇਆ, ਮੇਰੇ ਮਨ 'ਚ ਵੀ ਬੜੇ ਮਤਲਬ ਮਿੱਥ ਹੁੰਦੇ ਆ, ਮਿੱਥ, ਚੱਲ ਮੈਂ ਅੰਗਰੇਜ਼ੀ ਮਾਰ ਲੈਣਾ, ਮਤਲਬ ਵੀ ਮਨ ਦੇ ਵਿੱਚ ਬੜੀਆਂ ਉੱਦਾਂ ਦੀਆਂ ਚੀਜ਼ਾਂ ਹੁੰਦੀਆਂ ਵੀ ਯਾਰ ਇੱਦਾਂ ਕਰਾਂਗੇ ਤਾਂ ਆਹ ਹੋਊਗਾ, ਜੇ ਇਉਂ ਕਰਾਂਗੇ ਤਾਂ ਇਹ ਹੋਏਗਾ, ਮਤਲਬ ਕਈ ਚੀਜ਼ਾਂ ਦਾ ਨਹੀਂ ਪਤਾ ਜੋ ਬੰਦਾ, ਓਬਵੀਅਸ ਜੀ ਗੱਲ ਆ ਵੀ ਜਦੋਂ ਬੰਦਾ ਪਿੱਛੋਂ ਛੱਡ ਕੇ ਆਉਂਦਾ ਇੱਥੇ ਸਾਰਾ ਕੁਛ ਡਿਫਰੈਂਟ ਹੋ ਜਾਂਦਾ, ਐਟਮੋਸਫੇਅਰ ਤੋਂ ਲੈ ਕੇ ਸਾਰਾ ਕੁਛ, ਭੈਣ ਜੀ ਨਵੀਂ ਚੀਜ਼ਾਂ ਮਿਲਣੀਆਂ। ਹੁਣ ਇੱਕ ਮੁੰਡਾ ਆ ਅਤੇ ਜਲੰਧਰ ਦਾ, ਉਹ ਆਪਣੇ ਸਾਹਮਣੇ ਜਲੰਧਰ ਹਾਈਟਸ 'ਚ ਰਹਿੰਦਾ ਰਿਹਾ ਆ, ਉਹ ਜਾਣਦਾ ਹੀ, ਉਹ ਮੈਨੂੰ ਮਿਲਿਆ ਹੈ ਨਾ, ਅਤੇ ਗੱਲਾਂ 'ਚ ਉਹਨੇ ਮੈਨੂੰ ਦੱਸਿਆ ਵੀ ਉਹ ਮੁੰਡੇ ਦਾ ਮੈਂ ਹੁਣ ਨਾਂ ਤਾਂ ਚੱਲ ਕੀ ਲੈਣਾ ਆ, ਹੈ ਆਪਣਾ ਘੈਂਟ ਮਿੱਤਰ ਹੀ ਆ, ਅਤੇ ਉਹਨੇ ਮੈਨੂੰ ਦੱਸਿਆ ਕਹਿੰਦਾ ਭਾਅ ਜੀ ਜਿੱਦਾਂ ਮੈਂ ਜਿੱਥੇ ਰਹਿੰਦਾ ਆ, ਅਤੇ ਉਹ ਪਿੱਛੋਂ ਪਹਿਲੀ ਗੱਲ ਤਾਂ ਜਦੋਂ ਆਇਆ ਸੀ ਤੈਨੂੰ ਆਉਂਦੇ ਸਾਰੀ ਕੀ ਕਹਿੰਦਾ ਕਿੱਥੇ ਫਸ ਗਿਆ ਮੈਂ, ਉਹ ਭਾਅ ਜੀ ਹੋਰ ਹੀ ਇੱਕ ਮੁੰਡਾ ਮੈਨੂੰ ਮਿਲਿਆ ਭਰਾਵਾ, ਮੈਂ ਬੱਸ 'ਤੇ ਜਾਣ ਡਿਆ ਸੀ, ਕਲਾਸ 'ਚ ਜਾਣ, ਕਲਾਸ ਲਾਉਣ ਜਾਣ ਡਿਆ ਸੀ, ਅਤੇ ਚੜਿਆ ਬੱਸ 'ਚ ਮੈਂ ਵੀ ਖੜਾ ਹੀ, ਉਦੋਂ ਬੱਸ 'ਚ ਸੀਟ ਨਹੀਂ, ਬਹਿਣ ਨੂੰ ਸਵੇਰੇ 8 ਵਜੇ ਵਾਲੀ ਕਲਾਸ 'ਚ ਜਾਣ ਡਿਆ, ਉੱਥੇ ਸਾਰੇ ਹੀ ਜ਼ਿਆਦਾ ਜਾਣੇ ਸੀ, ਅਤੇ
ਉਹ ਆਇਆ ਉਹਦਾ ਸਟੋਪ ਆਇਆ ਉਹ ਚੜਿਆ ਉੱਤੇ ਤੇ ਸਾਹਮਣੇ ਮੈਂ ਖੜਾ ਸੀ ਪਹਿਲਾਂ ਦੋ ਕੁ ਮਿੰਟ ਵੇਖਦਾ ਰਿਹਾ ਫਿਰ ਉਹ ਕਹਿੰਦਾ ਯਾਰ ਭਾਜੀ ਤੂੰ ਕਿੱਦਾਂ ਧੱਕੇ ਖਾਣ ਡਿਆ ਯਾਰ ਮੈਂ ਇੰਨੀ ਕੀ ਜ਼ਿਆਦਾ ਸ਼ਰਮ ਆਈ ਨਾ ਉਹ ਮੈਂ ਕਿਹਾ ਯਾਰ ਮੈਂ ਕੀ ਦੱਸਾਂ ਨਾਲੇ ਉਹ ਦੂਜਾ ਆ ਵੀ ਮੁੰਡਾ ਕਹਿੰਦਾ ਸੀ ਵੀ ਮੈਂ ਪਿੱਛੋਂ ਤਕੜੇ ਘਰੋਂ ਸੀਗਾ ਤੇ ਉਹਨੇ ਆਪਣੀ ਮੂੰਹ ਨਹੀਂ ਕਿਹਾ ਪਰ ਜਿੱਦਾਂ ਜਿਹੜੀਆਂ ਗੱਲਾਂ ਉਹ ਦੱਸਦਾ ਸੀ ਉੱਥੋਂ ਪਤਾ ਲੱਗਦਾ ਵੀ ਮੁੰਡਾ ਪਿੱਛੋਂ ਸੋਹਣੀ ਫੈਮਿਲੀ ਤੋਂ ਬਿਲੋਂਗ ਕਰਦਾ ਮਤਲਬ ਕਿ ਜਲੰਧਰ ਹਾਈਟਸ 'ਚ ਯਾਰ ਅਪਾਰਟਮੈਂਟ ਅਪੂਰਟਮੈਂਟ ਕਿਹੜਾ ਪੈਂਟ ਹਾਊਸ ਕਿਹੜਾ ਹੁੰਦਾ ਉਹ ਆ ਠੀਕ ਹੈ ਉਹਦੇ ਫਾਦਰ ਸਾਹਿਬ ਵੀ ਉਹੀ ਡੀਲਰ ਡੂਲਰ ਸੀ ਪ੍ਰੋਪਰਟੀ ਡੀਲਰ ਸੀ ਤੇ ਪਤਾ ਲੱਗ ਹੀ ਜਾਂਦਾ ਬੰਦੇ ਦਾ ਵੇ ਕੱਪੜੇ ਲੀੜ ਤੋਂ ਵੀ ਪਤਾ ਲੱਗ ਜਾਂਦਾ ਗੁੱਗ ਤੇ ਗੱਲਾਂ ਬਾਤਾਂ ਤਾਂ ਪਤਾ ਲੱਗ ਹੀ ਜਾਂਦਾ ਬੰਦਾ ਜੱਜ ਕਰ ਹੀ ਲਈਦਾ ਤੇ ਉਹ ਵਿਚਾਰਾ ਜਿੱਥੇ ਰਹਿਣ ਡਿਆ ਆ ਬਾਬੇ ਇੰਨੀ ਗੰਦੀ ਸਿਚੁਏਸ਼ਨ ਆ ਉੱਤੋਂ ਕਿਤੇ ਆਇਆ ਹੋਣਾ ਕਲਾਸ ਕਲੂਸ 'ਚੋਂ ਆਇਆ ਹੋਣਾ ਤੇ ਉੱਧਰੋਂ ਕਿਤੇ ਨਾ ਜਿਨ੍ਹਾਂ ਨਾਲ ਰਹਿਣ ਡਿਆ ਉੱਥੇ ਵਾਈਫ ਹਸਬੈਂਡ ਵਾਈਫ ਰਹਿਣ ਡੇ ਸੀ ਤੇ ਵਾਈਫ ਨੇ ਆ ਕੇ ਕਿਤੇ ਗੱਲ ਪਤਾ ਨਹੀਂ ਉਹਦੇ ਨਾਲ ਮੁੰਡੇ ਨਾਲ ਪਤਾ ਨਹੀਂ ਗੱਲਾਂ ਮਾਰਦੀ ਉਹਦਾ ਜਿਹੜਾ ਲਿਵਿੰਗ ਏਰੀਆ 'ਚ ਰਹਿਣ ਡਿਆ ਸੀ ਉਹ ਯਾਨੀ ਕਿ ਉਹ ਬੈਡਰੂਮ 'ਚ ਰਹਿੰਦੇ ਆ ਗੱਲ ਜਾਨੀ ਕਿ ਮੈਨੂੰ ਦੱਸੀ ਹੋਈ ਆ ਮੇਰੀ ਕਹਿੰਦਾ ਮੇਰੀ ਕੋਈ ਪ੍ਰਾਈਸ ਨਹੀਂ ਆ 700-800 ਪੇ ਕਰਦਾ ਤੇ ਉਹਨਾਂ ਦੇ ਘਰ 'ਚ ਲਿਵਿੰਗ ਏਰੀਆ 'ਚ ਰਹਿੰਦਾ ਲਿਵਿੰਗ ਏਰੀਆ 'ਚ ਰਹਿਣ ਡਿਆ ਤੇ ਕਿਤੇ ਉਹਦੀ ਵਾਈਫ ਉਹਨਾਂ ਗੱਲਾਂ ਮਾਰਦੀ ਹੋਊਗੀ ਤੇ ਉੱਤੋਂ ਦਾ ਹਸਬੰਡ ਆ ਗਿਆ ਉਹ ਮੁੰਡੇ ਨੂੰ ਗਾਲਾਂ ਗੂਲਾਂ ਕੱਢਣ ਡਿਆ ਯਾਨੀ ਕਿ ਜਿਹਨਾਂ ਦੇ ਘਰ ਉਹ ਰਹਿੰਦਾ ਆ ਇਹ ਸਾਡਾ ਅੱਧੀ ਗੱਲ ਕਰਨ ਡਿਆ ਠੰਡ ਕਰਕੇ ਅੰਦਰ ਬੜੀ ਅੱਧੀ ਗੱਲ ਵੈਸੇ ਤਾਂ ਭੁੱਲ ਗਈ ਨਹੀਂ ਠੰਡ ਉਹ ਨਾ ਮੁੰਡਾ ਉਹਨਾਂ ਦੇ ਘਰ ਲਿਵਿੰਗ ਏਰੀਆ 'ਚ ਰਹਿੰਦਾ ਕਿਸੇ ਨੇ ਆਪਣੇ ਘਰੇ ਰੱਖਿਆ ਹੋਇਆ ਨਾਲ ਸਾਂਝ 'ਚ ਰਹਿੰਦਾ ਆ ਨਾ 700-800 ਪੇ ਕਰਦਾ ਆ ਅਤੇ ਇਕੱਲਾ ਲਿਵਿੰਗ ਏਰੀਆ 'ਚ ਉਹਨੂੰ ਜਗ੍ਹਾ ਦਿੱਤੀ ਕੋਈ ਪਰਸਨਲ ਸਪੇਸ ਨਹੀਂ ਕੁਛ ਨਹੀਂ ਵੀ ਸਾਹਮਣੇ ਰੱਖਿਆ ਹੋਇਆ ਉਹਨੂੰ ਅਤੇ ਯਾਨੀ ਕਿ ਮਤਲਬ ਕਿ ਰੋਣ ਵਰਗੀ ਹਾਲਤੀ ਦੇਖ ਸਮਝ ਲਓ ਉਹਦੀ ਅਤੇ ਉਹਦੀ ਵਾਈਫ ਕਿਤੇ ਜਿਹੜੇ ਮੁੰਡੇ ਦੇ ਘਰੇ ਰਹਿੰਦਾ ਉਹਦੇ ਨਾਲ ਗੱਲ ਕਰਦੀ ਪਈ ਸੀ ਉੱਪਰ ਉਹਦਾ ਹਸਬੈਂਡ ਆ ਗਿਆ ਅਤੇ ਉਹ ਆ ਕੇ ਉਸ ਮੁੰਡੇ ਦੇ ਗਲੇ ਪੈ ਗਿਆ ਮੈਂ ਤੇਰੇ ਛਿੱਤਰ ਮਾਰੂੰ ਜੇ ਬੜਾ ਗਲਤ ਨਾਲ ਤਾਂ ਕੀ ਬੋਲਿਆ ਉਹੀ ਮਤਲਬ ਕੋਈ ਪੁੱਠਾ ਜਿਹਾ ਬੋਲਿਆ ਪੁੱਠਾ ਬੋਲਿਆ ਅਤੇ ਉਹ ਮੁੰਡਾ ਮੋਹਰੇ ਡਰਦਾ ਕੁਛ ਕਰ ਨਹੀਂ ਸਕਿਆ ਪਤਾ ਨਹੀਂ ਕੀ ਹੋ ਜਾਣਾ ਤੇ ਆਪਾਂ ਜਾ ਕੇ ਉਹਨੂੰ ਸਮਝ ਆ ਗਈ ਆਪੇ ਹੀ ਕਹਿੰਦਾ ਵੀ ਮੈਂ 9 ਕਹਿੰਦਾ ਮੈਂ ਫਿਰ ਮਾਗੋ ਮੈਂ ਵੀ ਕਹਿੰਦਾ ਵੀ 911 ਤੇ ਫੋਨ ਕਰ ਲੈਣਾ ਵੀ ਪਰ ਜ਼ਿਆਦਾ ਤੇ ਡਰੇ ਹੋ ਜਾਂਦੇ ਯਾਰ ਸਟੂਡੈਂਟਸ ਗੱਲ ਮੇਨ ਕਰਨ ਦਾ ਮੈਂ ਮੋਟੇ ਐਡਾ ਕੋਈ ਡਰਨ ਦਾ ਚੱਕਰ ਨਹੀਂ ਹੈਗਾ ਯਾਰ ਜਿਹੜਾ ਤੁਹਾਨੂੰ ਸਮਝਾਇਆ ਹੋਇਆ ਵੀ ਤੁਹਾਨੂੰ ਵਾਪਸ ਭੇਜ ਦੇਣਾ ਉਹ ਯਾਰ ਵਾਪਸ ਭੇਜਣ ਦਾ ਬਾਬਾ ਜੀ ਰਾਹ ਬੜੀ ਦੂਰ ਆ ਵਾਪਸ ਤਾਂ ਜਿਹਨਾਂ ਦੇ ਕੇਸ ਚੱਲਣ ਡਏ ਆ 20-20 ਸਾਲਾਂ ਤੋਂ ਉਹਨਾਂ ਨੂੰ ਨਹੀਂ ਵਾਪਸ ਭੇਜਣੇ ਵਾਪਸ ਭੇਜਣ ਵਾਲੇ ਰਾਹ ਬੜੀ ਦੂਰ ਆ ਉਹ ਟੈਨਸ਼ਨ ਵਾਪਸ ਤਾਂ ਭੇਜਣ ਦੀ ਗੱਲ ਹੀ ਨਹੀਂ ਤੁਸੀਂ ਜਿੱਥੇ ਤੁਹਾਡਾ ਜਿੱਥੇ ਤੁਹਾਡੇ ਨਾਲ ਕੋਈ ਤੜੀ ਦਿਖਾਉਂਦਾ ਆ ਇੰਡੀਆ ਦੇ ਚੱਲ ਮੰਨਿਆ ਕਿ ਠੀਕ ਹੈ ਪੁਲਿਸ ਚਲੋ ਦੂਜੇ ਦੀ ਗੱਲ ਸੁਣ ਲੂਗੀ ਤੁਸੀਂ ਇੱਥੇ ਸਿੱਧਾ ਕਰੋ ਫੋਨ ਜੇ ਤੁਹਾਨੂੰ ਕੋਈ ਤੰਗ ਕਰਦਾ ਤਾਂ ਪਹਿਲੀ ਗੱਲ ਤਾਂ ਇੰਨੇ ਤੇ ਰੱਖ ਹੀ ਨਹੀਂ ਸਕਦੇ ਇਹ ਜਿੰਨੇ ਰੈਂਟ ਤੇ ਰੱਖਿਆ ਹੋਇਆ ਕੈਨੇਡਾ ਤਾਂ ਬਾਬਾ ਜੀ ਦੇਖੋ ਤੁਸੀਂ ਇੰਡੀਆ ਦਾ ਆਪਾਂ ਸਾਰੇ ਜਣੇ ਬਹਿਸ ਕਰਨ ਲੱਗ ਪੈਂਦੇ ਆ ਮੈਂ ਵੀ ਆ ਗਿਆ ਇੱਥੇ ਕਿਤੇ ਬਾਲਾ ਉਹ ਵਧੀਆ ਨਹੀਂ ਰਿਹਾ 15-20 ਦਿਨ ਮੈਂ ਵੀ ਨਰਕ ਜੀ ਕੱਢੇ ਸੀ ਤੇ ਕੋਈ ਗੱਲ ਨਹੀਂ ਆ ਇਹ ਜਦੋਂ ਮੇਰੇ ਕੋਲੋਂ ਉੱਥੋਂ ਇੱਥੇ ਆ ਗਿਆ ਸੀ ਨਾ ਤਾਂ ਹੀ ਮੁੜ ਕੇ ਆਉਣਾ ਪਿਆ ਮੈਨੂੰ ਮੈਂ ਹੋਟਲ 'ਚ ਰਿਹਾ ਤੇ ਫਿਰ 4-15-16 ਦਿਨ ਮਹੀਨਾ ਹੀ ਵੈਸੇ ਲਾ ਲਓ ਉਹਨਾਂ ਦਾ ਰਿਹਾ ਹੀ ਤੂੰ ਦੇ ਹੋਣਾ ਨਾਲ ਉੱਥੇ ਉਹ ਕੰਮ ਤੁਹਾਨੂੰ ਮੈਂ ਘਰ ਦੀ ਹਾਲਤ ਦੱਸਾਂਗਾ ਵੀਡੀਓ 'ਚ ਤੇ ਕੋਈ ਐਡਾ ਯਾਰ ਮਤਲਬ ਬਾਹਲੀ ਹੱਥ ਚੁੱਕੀ ਦੀ ਆ ਕੈਨੇਡਾ ਕੱਖ ਨਹੀਂ ਹੈ ਮੇਰਾ ਭਰਾ ਵੀਡੀਓ ਵੇਖ ਕੇ ਕੈਨੇਡਾ ਨਾ ਆ ਜਿਓ ਇਹ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸੀਰੀਅਸ ਜੀ ਇੱਕ ਸੀਰੀਅਸ ਜਿਹੜੀ ਗੱਲ ਆ ਜਿੱਦਾਂ ਇੰਡੀਆ ਆਪਣੇ ਨਾ ਆਪਾਂ ਤੁਸੀਂ ਜਦੋਂ ਵੋਟਾਂ ਹੁੰਦੀਆਂ ਨਾ ਆਪਾਂ ਮੁੱਦੇ ਰੱਖੀ ਦੇ ਹਰੇਕ ਗੱਲ ਤੇ ਕਿ ਵੀ ਆ ਮਹਿੰਗਾਈ ਦਾ ਮੁੱਦਾ ਫਲਾਣੇ ਦਾ ਮੁੱਦਾ ਰੱਖੀ ਦੇ ਨਾ ਇੱਥੇ ਮੈਂ ਕੈਨੇਡਾ ਵਿੱਚ ਮੈਨੂੰ ਤਾਂ ਹੁਣ ਮੈਂ ਦੇਖ ਤੁਸੀਂ ਮੈਂ ਜਿਹੜੇ ਤੁਸੀਂ ਮਰਜ਼ੀ ਸਟੋਰ ਤੇ ਚਲ ਜਾਓ ਇੱਕ ਸਿਰਫ ਦੁੱਧ ਤੇ ਦੋ ਕੁ ਚੀਜ਼ਾਂ ਖਾਣ ਵਾਲੀਆਂ ਜਿਹਨਾਂ ਦਾ ਰੇਟ ਸੇਮ ਮਿਲੂਗਾ ਠੀਕ ਆ ਤੇ ਟੈਕਸ ਨਹੀਂ ਲੱਗਣਾ ਬਾਕੀ ਹਰੇਕ ਚੀਜ਼ ਦਾ ਹਰੇਕ ਦੁਕਾਨਦਾਰ ਦਾ ਆਪਣਾ ਰੇਟ ਆ ਜੇ ਜਿੰਨੇ ਵੀ ਸਟੋਰ ਆ ਕਿਤੇ ਕੋਕ ਮਿਲਣਾ ਤੁਹਾਨੂੰ ਜਿੱਦਾਂ ਹੁਣ ਕੋਕ ਦੀ ਕੈਨ ਦੀ ਪੇਟੀ ਜਿਹੜੀ ਆ ਉਹ $4 ਦੀ ਵੀ ਆ ਜਾਂਦੀ ਆ ਨਾ ਤੇ ਉਹ ਜਦੋਂ ਪੰਪ ਤੋਂ ਲੈਣੀ ਜਾਂ ਕਿਸੇ ਦੁਕਾਨ ਤੋਂ ਲੈਣੀ ਇਕੱਲੀ ਉਹ ਇਕੱਲੀ ਵੀ $4 ਦੀ ਮਿਲਣੀ ਪਾਣੀ ਦੀ ਬੋਤਲ ਵੀ ਜਿੱਦਾਂ ਉੱਧਰ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਪਾਣੀ ਦੀ ਬੋਤਲ ਵੀ 5 ਦੀ ਮਿਲਣੀ
ਜਿੱਦਾਂ 4-5 ਦੀ ਬੋਤਲ ਮਿਲਦੀ ਆ ਖਰੇ ਸੋਰੀ 2.5 ਦੀ ਗੈਸ ਸਟੇਸ਼ਨ ਤੋਂ, ਅਤੇ ਉੱਦਾਂ ਪੇਟੀ ਸਾਲੀ 4 ਦੀ ਆ ਜਾਂਦੀ ਆ। ਮਤਲਬ ਇੱਥੇ ਰੇਟ ਦਾ ਕੋਈ ਲੈਣ ਦੇਣ ਨਹੀਂ ਹੈਗਾ ਇੰਡੀਆ ਦਾ। ਆਪਾਂ ਨੇ ਕਹਿ ਜਾਈਦਾ ਆਪਾਂ ਨਾ ਕਿ ਅਸੀਂ ਇੱਦਾਂ ਕਰ ਦੇਣਾ ਇੱਦਾਂ, ਇੱਥੇ ਦੇ ਜਿਹੜੇ ਹਾਲਾਤ ਆ ਬਹੁਤ ਮੰਦੇ, ਇਹਦੇ ਵੱਲ ਕੋਈ ਧਿਆਨ ਨਹੀਂ ਦੇਣ ਡਿਆ। ਮਤਲਬ ਮੈਂ ਮੰਦੀ ਲੱਗੀ ਪਈ ਆ, ਮੈਨੂੰ ਵਿੱਚ ਟੋਕਦਾ। ਇੱਕ ਗੱਲ ਹੋ ਰਿਹਾ ਯਾਰ, ਤੁਸੀਂ ਇੱਥੋਂ ਲਾ ਲਓ ਵੀ ਇੱਥੇ ਇੰਨੀ ਅਨਇੰਪਲੋਇਮੈਂਟ ਆ, ਇੰਨੇ ਬਿਲਕੁਲ ਕੰਮ ਨਹੀਂ ਹੈਗਾ, ਜਿਹੜਾ ਉਹਨਾਂ ਨੇ GIC ਵਧਾਤੀ ਆ, $20 GIC ਕਰਤੀ ਆ, ਲੋਕਾਂ ਨੇ ਤਾਂ ਵੀ ਇੱਥੇ ਆਉਣਾ। ਉਹਨਾਂ ਨੇ ਵੇਖ ਲਓ ਵੀ ਉਹਨਾਂ ਕੋਲ ਉੱਥੇ ਕੰਮ ਨਹੀਂ ਦੇਣ ਨੂੰ ਹੈਗਾ, ਪਤਾ ਵੀ ਸਟੂਡੈਂਟਸ ਦਾ ਖਰਚੇ ਨਹੀਂ ਨਿਕਲਦੇ, ਉਹਨਾਂ ਨੇ ਤਾਂ GIC ਵਧਾਈ। ਬੰਦਾ ਇੱਥੋਂ ਹੀ ਸਮਝੀਏ, ਸਟੂਡੈਂਟਸ ਦੇ ਘੰਟੇ ਵੀ ਵਧਾਤੇ ਤੇ GIC ਵੀ ਵਧਾਤੀ, ਤੇ ਹੁਣ ਤਾਂ ਆਪਾਂ ਤਾਂ ਇੱਦਾਂ ਕਰ ਦਿੱਤਾ। ਜਿਹੜਾ ਵੀ ਬੰਦਾ ਪੁੱਛਦਾ ਨਾ ਕਿੱਦਾਂ, ਮੈਂ ਮੋਰੇ ਇੱਦਾਂ ਹੀ ਕਹਿੰਦਾ ਕਿ ਸਿਰਾ ਹੀ ਆ ਜਾਓ ਆ ਜਾਓ, ਕਿਉਂਕਿ ਰੋਕਿਆ ਜਿਹਨਾਂ ਨੂੰ ਨਹੀਂ ਸਮਝ ਆਈ। ਇਹਨੂੰ ਤਾਂ ਵੈਸੇ ਮੈਂ ਜਾਣ ਕੇ ਵਸਾਇਆ ਸੀਗਾ ਹਨਾ, ਕਿਉਂਕਿ ਮੈਂ ਇਕੱਲਾ ਸੀਗਾ, ਟਾਈਮ ਪਾਸ ਨਹੀਂ ਹੁੰਦਾ ਤਾਂ ਕਰਕੇ। ਬਟ ਬਾਕੀ ਹੁਣ ਜਿਹੜੇ ਕੋਈ ਹੋਰ ਪੁੱਛਦਾ ਮੈਂ ਸਮਝਾਉਂਦਾ ਆ, ਵਧੀਆ ਵਧੀਆ ਬੰਦੇ ਆਪਣੇ ਜਦੋਂ ਪੁੱਛਦੇ ਮੈਨੂੰ ਅਸੀਂ ਬਾਹਰ। ਹੁਣ ਮੈਂ ਕੀ ਕਹਾਂ, ਮੈਂ ਤਾਂ ਇਹ ਕਹਿੰਦਾ, ਮੈਂ ਕਿਹਾ ਇੱਥੇ ਹੀ ਆਓ, ਬੈਲ ਬੈਲ ਮੈਂ ਕਿਹਾ ਇਹਦੇ ਕਹਿੰਦਾ ਉਹ ਸ਼ਹਿਰ ਹੀ ਹੈ ਨੀਗਾ, ਇੱਥੇ ਆਓ, ਜੰਨਤ ਹੀ ਆ ਇਹ। ਹੁਣ ਮੈਂ ਇਹੀ ਕਹਿ ਸਕਦਾ, ਹੋਰ ਦੱਸੋ ਕੀ ਕਹਾਂ। ਬਾਕੀ ਗੱਲ ਇਹ ਆ ਵੀ ਆ ਨਾ ਵੀ ਜੇ ਹੁਣ ਆਪਾਂ ਕਿਸੇ ਨੂੰ ਕਹੀਏ ਵੀ ਭਰਾ ਕੋਈ ਮੰਨਦਾ ਹੀ ਨਹੀਂ, ਕੀ ਕਰੀਏ। ਮੈਂ ਹੁਣ ਫਸ ਗਿਆ ਆ, ਹੁਣ ਜਿੱਦਾਂ ਮਰਜ਼ੀ ਮੈਨੂੰ ਉੱਥੇ ਜਿੰਨੇ ਹੁਣ ਪੈਸੇ ਲਾਏ ਉਹਨੇ ਕਿਤੇ ਪੂਰੇ ਕਰਨੇ ਹੀ ਪੈਣੇ ਆ, ਉਹ ਪੂਰੇ ਕਰਨਾ। ਸੋਚੋ ਹੁਣ ਤੁਸੀਂ ਅੱਜ ਹੀ ਕਿਤੇ ਹੁਣੇ ਪੂਰੇ ਹੋਣੇ ਆ ਕਿਤੇ, ਉਹ ਜਿੰਨੇ ਵੀ ਡਾਲਰ ਲਾਏ ਆ, ਮਤਲਬ 20 ਲੱਖ ਰੁਪਇਆ ਉਹ, ਤੇ 20 ਲੱਖ ਰੁਪਇਆ ਮੇਰੇ ਹਿਸਾਬ ਨਾਲ ਸਟੂਡੈਂਟ ਇੱਥੇ ਆ ਕੇ ਫੀਸ ਦੁਬਾਰਾ ਦਿੰਦਾ ਹੋਣਾ। 40-40 ਲੱਖ ਰੁਪਇਆ ਹੋ ਗਿਆ, 35-40 ਲੱਖ ਰੁਪਇਆ ਹੋ ਗਿਆ ਨਾ, $18,000 ਹੋਰ ਦੇਣਾ ਆ, ਕਿੰਨੇ ਬਣੇ, ਚਲੋ ਜਿੰਨੇ ਵੀ ਜਾ ਕੇ ਫੀਸ ਪੂਰੀ ਹੋਏਗੀ ਫਿਰ ਮੈਂ ਆਪਣੇ ਪੈਸੇ ਜਿਹੜੇ ਲਾਏ ਉਹ ਪੂਰੇ ਕਰਾਂਗਾ, ਫਿਰ ਪੈਰਾਂ ਤੇ ਆਵਾਂਗਾ। ਕਿਤੇ ਹੁਣੇ ਗੱਲਾਂ ਮੁੱਕਣੀਆਂ ਆ, ਬੰਦਾ ਸੋਚੇ ਨਾ ਇੱਕ ਵਾਰੀ ਬਹਿ ਕੇ ਫਿਰ ਪਾ ਲੱਗੇ ਵੀ ਕੈਨੇਡਾ ਵਰਥ ਇਟ ਹੈਗਾ ਕਿ ਨਹੀਂ। ਇੱਥੇ ਆ ਕੇ ਸਮਝਾਇਆ। ਹੁਣ ਯਾਰ ਦੇਖੋ ਇਹ ਗੱਲ ਇਹ ਆ ਕਿ ਜਿਹੜੇ ਲੋਕੀ ਕਹਿੰਦੇ ਵੀ ਪਹਿਲਾਂ ਵਾਕਈ ਕੋਈ ਗੱਲਬਾਤ ਹੈਗੀ, ਮੈਂ ਦੇਖਿਆ ਅੱਜ ਤੋਂ 7-8 ਸਾਲ ਪਹਿਲਾਂ ਗੱਲਬਾਤ ਹੈਗੀ, ਇਹ ਮੈਂ ਦੇਖਿਆ ਕਿ ਜਿਹੜੇ ਸਾਡੇ ਆ ਨਾ, ਜਿੱਦਾਂ ਕਈ ਬੰਦੇ ਆ ਜਿਹਨਾਂ ਨੇ ਸਿਰਫ ਕਲੀਨਿੰਗ ਕੀਤੀ, ਕਿਸੇ ਰੈਸਟੋਰੈਂਟ ਦੇ ਭਾਂਡੇ ਧੋਤੇ, ਕੁਕਿੰਗ ਕੀਤੀ, ਜਾਂ ਕਿਸੇ ਮੀਟ ਫੈਕਟਰੀ 'ਚ ਲੱਗੇ ਰਹੇ, ਉਹਨਾਂ ਨੇ ਵਧੀਆ ਪ੍ਰੋਪਰਟੀਆਂ ਬਣਾਈਆਂ ਹੋਈਆਂ, ਇੱਥੇ ਵੀ ਘਰ ਵੀ ਲੈ ਕੇ ਫ੍ਰੀ ਕੀਤੇ ਹੋਏ ਆ ਨਾ, ਪੁਰਾਣੇ ਆਏ ਹੋਏ ਆ, 30-30 ਸਾਲ ਹੋ ਗਏ ਹੈ ਨਾ। ਬਟ ਹੁਣ ਜੇ ਕੋਈ ਬੰਦਾ ਸੋਚੇ ਮੇਰੇ ਵਰਗਾ ਵੀ ਮੈਂ ਮੀਟ ਫੈਕਟਰੀ 'ਚ ਕੰਮ ਕਰਨਾ, ਜਿੱਥੇ ਕਿ ਜੇ ਕੈਸ਼ 'ਤੇ $13 ਦੇਣੇ, ਉਹਨਾਂ ਨੇ ਮਿਨੀਮਮ ਵੇਜ ਸੈਲ ਅੰਟਾਰੀਓ 'ਚ 16 ਆ, ਉਹ ਵੀ ਨਹੀਂ ਦਿੰਦੇ ਹੈਗੇ ਕਿ ਜੇ ਕੋਈ ਕੈਸ਼ 'ਤੇ ਲੱਗ ਗਿਆ ਤਾਂ। ਹੁਣ $13 'ਤੇ ਬੰਦਾ ਕੰਮ ਕਰਕੇ 2 ਲਫਾਫੇ ਦੁੱਧ ਦੇ ਆਉਂਦੇ ਆ $13 ਵਿੱਚ ਇੱਥੇ, ਅਤੇ ਆਉਂਦਾ ਵੀ ਕੁਛ ਨਹੀਂ। ਗੋਭੀ ਦਾ ਫੁੱਲ ਸਾਡਾ $10 ਦਾ, ਇਸ ਟਾਈਮ ਇੱਥੇ ਗੋਭੀ ਅੰਟਾਰੀਓ 'ਚ $6 ਦੀ, $6.5 ਦੀ ਮਿਲਦੀ ਪਈ। ਹਰੇਕ ਦਾ ਆਪਣਾ ਵੱਖਰਾ ਵੱਖਰਾ ਰੇਟ ਆ ਯਾਰ। ਸਭ ਤੋਂ ਵੱਡੀ ਗੱਲ ਤਾਂ ਇਹ ਆ, ਜਿੱਥੇ ਜਿਹੜੇ ਦੇਸ਼ ਵਿੱਚ ਚੀਜ਼ਾਂ ਦਾ ਰੇਟ ਹੀ ਨਹੀਂ ਸੇਮ ਹੈਗਾ ਹਰੇਕ ਥਾਂ 'ਤੇ, ਇਹ ਕਿੱਦਾਂ ਹੋ ਸਕਦਾ? ਕੋਈ MRP ਕਿਸੇ ਚੀਜ਼ 'ਤੇ ਲਿਖੀ ਹੋਈ ਨਹੀਂ ਹੈਗੀ। MRP ਤਾਂ ਹੋਣੀ ਚਾਹੀਦੀ ਆ, ਜਿੱਦਾਂ ਆਪਾਂ ਕੋਈ ਚੀਜ਼ ਲੈਂਦੇ ਹਾਂ ਉੱਤੇ MRP ਹੋਣੀ ਚਾਹੀਦੀ ਆ। ਹਰੇਕ ਸਟੋਰ ਦਾ ਆਪਣਾ ਰੇਟ ਲਾਇਆ ਹੋਇਆ, ਜਿੱਦਾਂ ਖਾਣ ਵਾਲੀ ਚੀਜ਼ਾਂ ਦੇ, ਜਿੱਦਾਂ ਚੁਇੰਗਮ ਆ, ਆਪਣੇ ਹਰੇਕ ਚੀਜ਼ 'ਤੇ MRP ਹੁੰਦੀ ਆ, ਇੱਥੇ MRP ਮੈਂ ਕਿਤੇ ਨਹੀਂ ਲਿਖੀ। ਇੱਕ ਗੱਲ ਹੋ ਰਿਹਾ, ਹੁਣ ਲੋਕਾਂ ਨੇ ਕਹਿਣਾ ਆ ਵੀ ਜਿਹੜਾ ਦੇਸ਼ ਰੋਟੀ ਦਿੰਦਾ ਉਹਨੂੰ ਭੰਡਣ, ਆਪਾਂ ਭੰਡਣ ਨਹੀਂ ਡੇ, ਨਾ ਹੀ ਸਾਡਾ ਕੋਈ ਇੱਦਾਂ ਦਾ ਮੋਟਿਵ ਆ, ਨਾਲੇ ਰੋਟੀ ਜਸਟ ਗੱਲ ਕਰਦੇ ਆ। ਗੱਲ ਹੋਰ, ਪਹਿਲਾਂ ਰੋਟੀ ਵਾਲੀ ਗੱਲ ਕਲੀਅਰ ਕਰੀਏ, ਰੋਟੀ ਵੀ ਆਪਾਂ ਆਪਣੇ ਪੈਸੇ ਖਰਚ ਕੇ ਦਿੰਦੇ ਹਾਂ, ਖਰ ਖਾਣ ਡੇ ਹਾਂ, ਅਤੇ ਰੋਟੀ ਸਟੂਡੈਂਟਸ ਵੱਲੋਂ ਕੈਨੇਡਾ ਖਾ ਰਿਹਾ ਆ, ਸਟੂਡੈਂਟਸ ਦੇ ਪੈਸਿਆਂ ਤੋਂ ਕੈਨੇਡਾ ਚੱਲ ਰਿਹਾ ਆ, ਰੋਟੀ ਇਹਨੂੰ ਸਟੂਡੈਂਟਸ ਦੇ ਰਹੇ ਆ ਮੇਰੇ ਹਿਸਾਬ ਨਾਲ, ਜਿੰਨਾ ਕੁ ਮੈਨੂੰ ਨੌਲੇਜ ਆ। ਬਸ ਮੁੱਕ ਦੀ ਗੱਲ ਇਹ ਆ ਜੀ, ਕਿਸੇ ਦੇ ਪਿੱਛੇ ਲੱਗ ਕੇ ਡਰ ਨਾ ਜਾਇਆ ਕਰੋ ਮੇਰਾ ਭਰਾ, ਐਡਾ ਕੁਛ ਨਹੀਂ ਭਚਾਲ ਆ ਜਾਣਾ। ਬਾਕੀ ਗੱਲਾਂ ਮੈਂ ਕਰਦਾ ਗੱਡੀ 'ਚ ਬਹਿ ਕੇ, ਠੰਡ ਬਹੁਤ ਜੇ, ਮੈਂ ਗੱਡੀ 'ਚ ਬਹਿ ਕੇ ਗੱਲਾਂ ਬਾਤਾਂ ਤੁਹਾਨੂੰ ਸੁਣਾਉਣਾ ਬਾਕੀ ਦੀਆਂ। ਕੈਨੇਡਾ ਦੇ ਮੁੰਡੇ ਦੀ ਰੀਲ ਬਣਾ ਦਈਏ, ਤੇ 20 ਲੱਖ ਰੁਪਇਆ ਮੁੰਡਾ ਕਹਿੰਦਾ ਵਸੂਲ ਕਰਨਾ। ਇਹ ਗੱਲ ਮੈਂ 2 ਦਿਨ ਪਹਿਲਾਂ ਸੋਚੀ ਕਿ 20 ਲੱਖ ਰੁਪਇਆ ਲੱਗ ਗਿਆ ਇੱਥੇ ਪਹੁੰਚਣ ਦਾ, ਮੈਂ ਪੁੱਛਿਆ ਫੀਸ ਕਿੰਨੀ ਆ, $18,000 ਵਾਲੇ ਹੋਰ ਦੇਣਾ। ਹੁਣ ਸੋਚੋ 18,000 ਕੱਢਣਾ ਨਾਲ ਦੀ ਨਾਲ ਯਾਰ, ਬਹੁਤ ਹੋਰ ਹਿਸਾਬ ਤਾਂ ਵਿਆ। ਹੁਣ ਜਿੱਥੇ ਹੁਣ ਕਿਸੇ ਨੂੰ ਵੀ, ਜਿਹੜੇ ਮੇਰੇ ਭਰਾ ਮੇਰੇ ਆ ਵੀਡੀਓ ਦੇਖਦੇ ਪਏ ਆ, ਸੀਰੀਅਸ ਬੈਲਵਿਲ ਸ਼ਹਿਰ ਵਿੱਚ ਜਿਹੜਾ ਕਾਲਜ ਆ, ਲੋਇਲਿਸਟ ਕਾਲਜ ਦਾ ਨਾਂ ਅਪਲਾਈ ਕਰਿਓ,
ਕਿਉਂਕਿ ਇੱਥੇ 3,000-4,000 ਸਟੂਡੈਂਟ ਸਮੈਸਟਰ ਦਾ ਆ ਰਿਹਾ ਆ ਅਤੇ ਅਕੋਮੋਡੇਸ਼ਨ ਹੈ ਨਹੀਂ ਗੀ, ਘਰ ਜਿੰਨੇ ਹੈ ਨਹੀਂ ਗੇ। ਹੁਣ ਇੱਕ ਬੈੱਡ ਦਾ ਸਿਰਫ ਤੁਸੀਂ ਬੈੱਡ 'ਤੇ ਪੈਣ ਦਾ 700 ਰੁਪਇਆ, ਬ੍ਰੈਂਪਟਨ ਜਿੰਨਾ ਰੇਟ ਆ, ਬ੍ਰੈਂਪਟਨ ਨਾਲੋਂ ਜ਼ਿਆਦਾ ਹੀ ਰੇਟ ਚੱਕਿਆ ਹੋਇਆ ਆ, ਬ੍ਰੈਂਪਟਨ ਨਾਲੋਂ ਜ਼ਿਆਦਾ ਰੇਟ ਚੱਕਿਆ ਹੋਇਆ। ਜਦ ਕਿ ਹਾਲਾਂਕਿ ਹਲੇ ਬ੍ਰੈਂਪਟਨ 'ਚ ਰਹਿਣ ਦਾ ਫਿਰ ਵੀ ਚਲੋ ਸਹੂਲਤਾਂ ਹੈਗੀਆਂ, ਚਲੋ ਪੰਜਾਬ ਤੁਹਾਨੂੰ ਲੱਗਦਾ ਦੇਖਣ ਨੂੰ ਇੱਥੇ ਤਾਂ ਕੋਈ ਸਹੂਲਤ ਵੀ ਹੈ ਨਹੀਂ, ਫਿਰ ਵੀ ਪੂਰਾ ਰੇਟ ਚੱਕਿਆ ਹੋਇਆ। ਹੁਣ ਸਾਡੇ ਵਾਲਾ ਘਰ ਆ, ਤੁਹਾਨੂੰ ਮੈਂ ਕੀ ਦੱਸਾਂ ਕਿੱਥੇ ਉਹਦਾ ਰੇਟ ਗਿਆ ਹੋਇਆ ਯਾਰ, $3,3200 'ਚ ਘਰ ਆ। ਹੁਣ ਬਿੱਲ ਬੁੱਲ ਪਾ ਕੇ ਹੈ ਨਾ, ਅਤੇ ਯਾਰ ਮਤਲਬ ਕਿ ਤੁਸੀਂ ਸੋਚੋ ਆਮ ਆਦਮੀ ਦੀ ਜ਼ਿੰਦਗੀ ਕੋਈ ਜ਼ਿੰਦਗੀ ਥੋੜ੍ਹੀ ਆ। ਹੁਣ ਉੱਥੇ ਮੈਂ ਰੈਂਟ ਉੱਥੇ ਮੇਰਾ ਅਪਾਰਟਮੈਂਟ ਸੀ ਮੋਂਟਰੀਅਲ $1,000 'ਚ ਅਤੇ $1,200 'ਚ, ਬੜਾ ਘੈਂਟ ਪੂਰੀ ਓਕੇ ਰਿਪੋਰਟ ਗੱਲਬਾਤ ਸੀ, ਕੋਈ ਕਿਰਾਇਆ ਨਹੀਂ, ਕੋਈ ਕੁਛ ਨਹੀਂ। ਅਤੇ ਇੱਥੇ ਪਰ ਕੀ ਕਰ, ਡਬਲ ਹੀ ਹੋ ਗਿਆ, ਡਬਲ ਵੀ ਕੀ 1,200, 3 ਗੁਣਾ ਵੱਧ ਗਿਆ। ਹੁਣ ਬੰਦਾ 1 ਵਧਿਆ ਅਤੇ ਕਿਰਾਇਆ ਕਿੱਦਾਂ ਵੱਧ ਗਿਆ, ਕਿੱਥੋਂ ਕਰਨਾ? ਸਾਰਾ ਕੁਛ ਚੱਲ ਤਾਂ ਇੱਦਾਂ ਹੀ ਰਿਹਾ ਆ, ਅਕਾਊਂਟ ਤਾਂ ਇੰਡੀਆ ਵਾਲੇ ਚੱਲ ਰਿਹਾ ਆ, ਬਾਕੀ ਇਹਦੀ GIC ਆਉਂਦੀ 400-500 ਤਾਂ ਆਉਂਦੇ ਸਾਰੀ, ਜਦੋਂ ਆਉਂਦੀ ਆ ਨਾਲ ਹੀ ਚੱਕ ਦੇਦੀ ਆ। ਭਰਾਵਾ ਤੰਗੀਆਂ ਹਰੇਕ 'ਤੇ ਹੁੰਦੀਆਂ, ਆਪਣੇ 'ਤੇ ਵੀ ਬਹੁਤ ਚੱਲ ਰਹੀਆਂ, ਕੋਈ ਬਾਹਲੇ ਚੰਗੇ ਦਿਨ ਨਹੀਂ ਚੱਲ ਰਹੇ ਹੈਗੇ। ਪਰ ਬਾਕੀ ਗੱਲਾਂ ਪਤਾ ਮੈਂ ਗੱਡੀ 'ਚ ਬਹਿ ਕੇ ਤੁਹਾਨੂੰ ਦੱਸਦਾ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ ਜਦੋਂ ਤੁਹਾਨੂੰ ਕੁਛ ਕਹਿੰਦਾ ਆ। ਵੈਸੇ ਭਾਈ ਘੱਟ ਦਿੰਦਾ, ਮੈਂ ਵੀ ਕੀ ਗੱਲ ਕਰਾਂ, ਜਦੋਂ ਕੋਈ ਲਹਿਰ ਭਰਦੀ ਆ ਭਾਈ ਮੇਰੀ ਗੱਲ ਕੱਢ ਦਿੰਦਾ ਭਰਾਵਾ। ਚੱਲ ਹੁਣ ਤੂੰ ਦੱਸ ਫੇ ਕੀ ਕਹਿਣਾ, ਨਹੀਂ ਬਾਅਦ ਨੂੰ ਦਿਮਾਗ 'ਚ ਨਹੀਂ ਦੱਸ ਕੀ ਕਹਿਣਾ, ਆ ਜਾ ਹੁਣ ਆਪਾਂ ਰੀਲ ਬਣਾਉਂਦੇ ਹਾਂ। ਨਹੀਂ ਰੀਲ ਤਾਂ ਬਣਾਉਂਦੇ ਹਾਂ, ਸੀਰੀਅਸ ਨਹੀਂ ਹੋਣਾ, ਹਾਸੇ ਵਾਲੇ ਪਾਸੇ ਇਹ ਯਾਰ ਆ ਜਾਓ, ਜ਼ਿਆਦਾ ਸੀਰੀਅਸ ਜੇ ਤਾਂ ਵਾਕੇ ਕੰਡਾ ਕੱਢਣਾ ਆ ਪਿੰਡ ਵਾਲਿਆਂ ਨੂੰ ਦੱਸਣਾ, ਆ ਜਾਓ ਭੈਣ ਜੋ ਵੇਖੀ ਜਾਏ। ਹੁਣ ਸੋਚਣ ਵਾਲੀ ਗੱਲ ਇਹ ਆ, ਜਿੱਦਾਂ ਇਹਨੇ ਕਿਹਾ ਪਿੰਡ ਵਾਲਿਆਂ ਨੂੰ ਦੱਸਣਾ, ਪਿੰਡ ਵਾਲਿਆਂ ਨੂੰ ਦੱਸਣ ਵਾਲੀ ਤਾਂ ਕੋਈ ਵਿੱਚ ਸੈਂਸ ਨਹੀਂ। ਹੁਣ ਮੈਂ ਦੱਸਦਾ ਨਾ, ਹੁਣ ਆਪਣੇ ਵਾਲੇ ਇੱਥੇ ਆ ਕੇ ਕਰੀ ਜਾਣਗੇ, ਉਹ ਸ਼ਰੀਕ ਮਚਾਤੇ ਪਿੰਡ ਵਾਲੇ ਮਚਾਤੇ, ਉਹ ਤੁਹਾਡੇ ਪਿੰਡ 'ਚੋਂ 1,000 ਘਰ ਜੇ ਹੋਇਆ ਪਿੰਡ ਵਿੱਚ, 1,000 ਘਰ ਤਾਂ ਚੱਲ ਜ਼ਿਆਦਾ ਹੋ ਗਿਆ, ਜੇ 500 ਘਰ ਹੋਇਆ, 300 ਘਰ ਹੋਇਆ, ਹਰੇਕ ਘਰ 'ਚੋਂ 2-2 ਬੰਦੇ ਤਾਂ ਪਹਿਲੋਂ ਹੀ ਬਾਹਰ ਬੈਠੇ ਆ, ਤੁਸੀਂ ਕਿਹੜੇ ਪਿੰਡ ਵਾਲੇ ਮਚਾਉਣੇ, ਕਿਹੜੇ ਸ਼ਰੀਕ ਮਚਾਉਣੇ, ਸਾਰੇ ਤਾਂ ਪਹਿਲੋਂ ਬਾਹਰ ਆ। ਬਾਕੀ ਹੁਣ ਕੋਈ ਐਡ ਹੈ ਕਿ ਅਮਰੀਕਾ ਦਾ ਵੀ ਇਹੀ ਹਾਲ ਆ, ਸਾਰੇ ਸੇਮ ਹੀ ਆ ਬਾਬਾ ਜੀ। ਜਿਹੜੇ UK ਚੱਲ ਗਏ ਉਹ ਵੀ ਆਪਣੇ ਭਰਾ ਸਾਰੇ ਪਾਸੇ ਹੈਗੇ, ਸਾਰੇ ਪਾਸੇ ਬੰਦੇ ਤੰਗ ਆ, ਖੱਜਲ ਆ, ਕੋਈ ਫਾਇਦਾ ਨਹੀਂ ਹੈਗਾ। ਬਾਕੀ ਯਾਰ ਗੱਡੀ 'ਚ ਬਹਿ ਕੇ ਗੱਲ ਕਰਦਾ, ਠੰਡ ਬਹੁਤ ਲੱਗ ਗਈ, ਕੰਨ ਕਾਲੇ, ਕੰਨ ਠੰਡੇ ਹੋ ਗਏ ਪੂਰੇ, ਐਨ ਲਾਲ ਹੋ ਗਏ ਲਾਲ। ਰੀਲ ਬਣਾਉਣੀ ਮੁੰਡੇ ਨੇ ਬਾਬਾ ਜੀ, ਵੀਡੀਓ ਸ਼ੂਟ ਚੱਲ ਰਿਹਾ ਸੀਗਾ, ਗੱਡੀ ਬਹੁਤ ਸੋਹਣੀ ਲੱਗ ਰਹੀ ਪਿੱਛੇ, ਮੇਰੇ ਕੰਨ ਤੇ ਹੱਥ ਗੱਡੀ ਜਰਾ ਅੱਗੇ ਲੈ ਕੇ ਲਾਈ, ਉਸਕੋ ਅੰਦਰ ਬੈਠੋ ਤਾਂ ਬਹੁਤ ਟੈਂਪਰੇਚਰ ਕਿੰਨਾ ਆਇਆ। ਮੇਰੀ ਇੱਕ ਫੋਟੋ ਖਿੱਚ ਦੋ, ਸਾਰਿਆਂ ਫੋਟੋ ਖਿੱਚਦਾ ਹੁਣ ਮੈਂ, ਇੰਨੀਆਂ ਤਾਂ ਇੰਨੇ ਵੀਡੀਓ 'ਚ ਕੱਟ ਲਈ। ਨਹੀਂ ਵੀਡੀਓ 'ਚ ਨਹੀਂ ਕੱਟਣੀ, -4 ਟੈਂਪਰੇਚਰ ਆ, ਪਰ ਹੱਥਾਂ ਦੀ ਮਾਂ ਭੈਣ ਇੱਕ ਹੋ ਚੁੱਕੀ ਆ, ਤੇ ਬਸ ਇੱਕ ਫੋਟੋ ਖਿੱਚ ਦੋ ਵਾ। ਮੈਂ ਵੀ ਵੈਸੇ ਨੰਗੇ ਹੱਥ ਆ, ਪਰ ਮੈਂ ਕੰਪਲੇਂਟ ਨਹੀਂ ਕੀਤੀ ਭਾਜੀ, ਮੇਰੇ ਨਾਲ ਇੱਦਾਂ ਹੀ ਕਰਦੇ ਆ। ਉਹ ਜੀ ਜਾਂਦੇ ਜਾਂਦੇ ਪੀਜ਼ੇ 'ਤੇ ਆ ਗਏ ਆ, ਕਹਿੰਦੇ ਪੀਜ਼ਾ ਖਾਣਾ ਆ, ਅਤੇ ਇੱਥੇ ਉਹਨਾਂ ਨੇ ਵੱਡਾ ਵੱਡਾ ਲੈ ਕੇ ਆਇਆ ਡਾਈਨ ਐਂਡ ਕਲੋਜ਼, ਪਰ ਜਿੱਦਾਂ ਪਿੱਛੇ ਕਹਿੰਦੇ ਆਏ ਆ ਵੀ ਪਿਆਰ ਨਾਲ ਆਪਣੇ ਬੰਦਿਆਂ ਨਾਲ ਬੋਲਿਆ ਕਰੋ, ਇਸ ਕਰਕੇ ਬੰਦਾ ਆਪਣੇ ਨਾਲ ਬੜੇ ਪਿਆਰ ਨਾਲ ਬੋਲਿਆ, ਮੁੰਡੇ ਇੱਥੇ ਪਿਆਰ ਨਾਲ ਬੋਲਦੇ ਆ। ਹੁਣ ਤੂੰ ਕੁਛ ਕਹਿਣਾ ਹੀ, ਜਾਂਦੇ ਜਾਂਦੇ ਕੁਛ ਕਹਿਣਾ ਚਾਹੋਗੇ ਤੁਸੀਂ? ਜਾਂਦੇ ਜਾਂਦੇ ਬਸ ਇਹੀ ਆ ਵੀ ਸਤਿ ਸ਼੍ਰੀ ਅਕਾਲ ਪੰਜਾਬੀਓ, ਅਤੇ ਵੀਡੀਓ ਦੇ ਵਿੱਚ ਬੁੜੀਆਂ ਗੱਲਾਂ ਕੀਤੀਆਂ, ਜੇ ਕਿਸੇ ਗੱਲ ਦਾ ਮਾੜਾ ਲੱਗਿਆ ਹੋਇਆ ਤਾਂ ਇਹਦੇ ਲਈ ਮਾਫ਼ੀ ਆ, ਕਿਉਂਕਿ ਆਪਾਂ ਦਾ ਜੋ ਹੈ ਉਹ ਸੱਚ ਹੀ ਦੱਸਿਆ, ਪਰ ਫਿਰ ਵੀ ਬੰਦੇ ਆ, ਗਲਤੀਆਂ ਹੋਈ ਜਾਂਦੀਆਂ। ਬਾਕੀ ਸਤਿ ਸ਼੍ਰੀ ਅਕਾਲ ਆ, ਮਿਲਦੇ ਹਾਂ ਕਿਸੇ ਵਧੀਆ ਜੀ ਵੀਡੀਓ 'ਚ ਅਗਲੇ 'ਚ ਘੈਂਟ ਜਿਹੇ ਕੰਟੈਂਟ ਨਾਲ, ਤਦ ਤੱਕ ਬਾਏ ਬਾਏ। ਬਾਈ ਪੀਜ਼ਾ ਤਾਂ ਲੈ ਆਉਂਦਾ ਆ, ਅਤੇ ਹੁਣ ਉੱਥੇ ਬੈਠ ਕੇ ਤੁਹਾਨੂੰ ਦਿਖਾਉਣਾ ਮੈਂ ਕਿੱਥੇ ਬੈਠ ਕੇ ਖਾਣਾ ਵਾ। ਪਰ ਗੱਡੀ ਸਟਾਰਟ ਕਰ, ਚਾਬੀ ਦੇ ਗੱਡੀ ਸਟਾਰਟ ਕਰਨ ਕਿਉਂ ਦੇ। ਉਹ ਮੁੰਡੇ ਆਪਣੇ ਗੁਆਂਢੀ ਨਿਕਲੇ, ਉਹ ਡੀਲਾਂ ਦਾ ਮੁੜ ਕੇ ਚੇਤਾ ਆ, ਮੁੜ ਕੇ ਤਾਂ ਸਮਾਨ ਹੀ ਬਹੁਤ ਮਿਲ ਗਿਆ, ਡੀਲਾਂ ਦਾ ਮੁੜ ਕੇ ਸਾਈਡ 'ਤੇ ਰਹਿ ਗਈਆਂ। ਕਿਆ ਗੱਲਬਾਤ ਹੈ,
ਉਪਰਾਲਾ ਕੀਤਾ ਭਾਜੀ ਨੇ। ਚਲੋ ਮਿਲਦੇ ਆ, ਸੀਜ਼ਨਿੰਗ ਲੈ ਅੰਦਰ। ਚਲੋ ਹੁਣ ਮਿਲਦੇ ਆ। ਇੱਥੇ ਤੱਕ ਤੁਸੀਂ ਵੀਡੀਓ ਨਾਲ ਜੁੜੇ ਰਹੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਾਬਾ ਜੀ ਤੁਹਾਨੂੰ ਰੱਖਣ ਚੜ੍ਹਦੀ ਕਲਾ ਚ, ਨਜ਼ਾਰਿਆਂ ਚ ਰਹੋ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਤੱਕ ਵੀਡੀਓ ਦੇਖਣ ਨੂੰ। ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ, ਖੁਸ਼ ਰਹੋ, ਤੰਦਰੁਸਤ ਰਹੋ। ਜੇ ਕਿਸੇ ਵੀ ਗੱਲ ਦਾ ਬੁਰਾ ਲੱਗਿਆ ਤਾਂ ਤਹਿ ਦਿਲੋਂ ਮਾਫੀ ਆ। ਗੱਲ ਦਾ ਬੁਰਾ ਲੱਗਿਆ ਤਹਿ ਦਿਲੋਂ ਮਾਫੀ ਆ। ਤੇ ਪੰਜਾਬ, ਪੰਜਾਬੀ ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।